This is Sunrayo number one South Asian news talk radio, Shere Punjab. Pesh hai Shere Punjab Radio da The Kiran Aulak Show. Kiran Aulak de naal. असाजी तुहाड़ी मुलाकात होई असाजी तुहाड़ी मुलाकात होई जी दोस्तों दीप किरण शो विच आप सबका बहुत ही निघा ते प्यारा स्वागत है जी अज बुधवार का दिन हो चुके अक्टूबर की 24 तारीख 2012 तुहाडे ते साडा साथ पूरा 3 बजे तक रहेगा 2 घंटे किरण औलख कोलों आप सब नूं प्यार प्री सत श्री अकाल नमस्कार अदावत गुड आफ्टरनून दोस्तों अज आफ्टरनून कह रहे हैं लेकिन लग रहा है शाम है क्योंकि बहुत बारिश हो रही है सो ड्राइव केयरफुली हौली हौली गड्डियां चलाओ चलो बुधवार का दिन है जी कुछ पहला अहम जिहड़ियां तुहाडे नाल गल्लां शेयर करांगे ते उस तों बाद आपां इक विषय ते भी गल करनी है और साडे नाल जी दूरों स्टेट्स दे विचों अमेरिका दे विचों यूएसए चों जी साडे इक साडा साथ देणगे अज मैं दूजे हिस्से दे विच साडे कॉलर जिन्होंने की बहुत वधिया काम किया उन्हां नाल थोड़ी गलबात रहेगी और मैं चाहूंगी कि तुसीं वी उहदे विच अपना हिस्सा जरूर पा सकदे हो सो विषय ते गल करांगे ते नाल दी नाल तुहाडियां कॉल्स भी लवांगे सब तो पहला जी अज जिथे की अक्टूबर की 24 तारीख है अज दुनिया भर के दशहरा मनाया जा रहा है साडे हिंदू भाईचारे वालों बहुत सारे साडे परिवार ने जिहड़े कि उह भी अज मैं देख रही सी गुरद्वारा साहब ते मंदिर सवेरे सवेरे ही नूं मत्था टेकन आपां जा रहे हैं गुरु घर जा रहे हैं मंदिरां च जा रहे हैं सो दशहरा बुराई ते सच्चाई दी जित दा प्रतीक है दशहरा जी और सारी ही दुनिया भर दे विच जिथे जिथे भी साडे भारती भाईचारे दे नाल साडे लोक वस रहे ने उत्थे जी इस नूं मनाया जा रहा है सो सब नूं पहलां तां मेरे वल्लों जी हैप्पी दशहरा सो अज दशहरा बहुत खूबसूरत थॉट भेजदे हुंदे आ चलो आपां दो थॉट तुहाडे नाल शेयर करिए कहिंदे कि इफ यू डू समथिंग यू शुड डू इट फॉर द राइट रीजन जे तुसीं कुछ करना चाहुंदे हो तां जिहड़ा तुहाडा मकसद है ਉਹ ਸਹੀ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਤੁਸੀਂ ਫੋਰ ਦਾ ਸਰਵਿਸ ਆਫ ਗੋਡ ਰੱਬ ਦੇ ਨਾਮ ਤੇ ਐਂਡ ਇਫ ਯੂ ਡੂ ਇਟ ਇਨ ਦਾ ਸਰਵਿਸ ਆਫ ਗੋਡ ਯੂ ਕੈਨੋਟ ਗੋ ਰੋਂਗ ਤੇ ਜੇ ਤੁਸੀਂ ਉਹਦੇ ਨਾਮ ਤੇ ਹੀ ਕੋਈ ਵੀ ਕੰਮ ਕਰਦੇ ਹੋ ਸੇਵਾ ਕਰਦੇ ਹੋ ਤਾਂ ਉਹ ਕੰਮ ਕਦੇ ਵੀ ਗਲਤ ਨਹੀਂ ਹੋ ਸਕਦਾ ਤੇ ਲਓ ਇੱਕ ਥਾਟ ਉਹਨਾਂ ਨੇ ਹੋਰ ਭੇਜਿਆ ਬੜਾ ਖੂਬਸੂਰਤ ਹੈ ਕਹਿੰਦੇ ਕਿ ਟੂ ਹੇਟ ਸਮਵਨ ਹੂ ਹੇਟਸ ਯੂ ਇਜ਼ ਲਾਈਕ ਸ਼ੇਅਰਿੰਗ ਦਾ ਸੇਮ ਡਿਜ਼ੀਜ਼ ਜੇ ਕੋਈ ਤੁਹਾਨੂੰ ਨਫ਼ਰਤ ਕਰਦਾ ਹੈ ਤੇ ਤੁਸੀਂ ਉਸਨੂੰ ਬਦਲੇ ਵਿੱਚ ਵੀ ਨਫ਼ਰਤ ਕਰਦੇ ਹੋ ਤਾਂ ਫਿਰ ਉਹ ਇੱਕੋ ਹੀ ਬਿਮਾਰੀ ਦਾ ਨਾਮ ਹੈ ਥੈਂਕ ਯੂ ਸ਼ਰਮਾ ਜੀ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਹਮੇਸ਼ਾ ਹੀ ਵਧੀਆ ਵਧੀਆ ਜਿਹੜੇ ਥਾਟਸ ਨੇ ਭੇਜਦੇ ਹੋ ਅਤੇ ਲਓ ਵਕਤ ਹੋ ਗਿਆ ਜੀ ਬ੍ਰੇਕ ਦਾ ਅਤੇ ਉਸ ਤੋਂ ਬਾਅਦ ਜਿਹੜਾ ਕਿ ਮੈਂ ਵਿਸ਼ਾ ਸ਼ੁਰੂ ਕਰਨ ਲੱਗੀ ਹਾਂ ਤੁਸੀਂ ਜ਼ਰੂਰ ਹਿੱਸਾ ਬਣ ਸਕਦੇ ਹੋ ਲੇਕਿਨ ਉਸ ਤੋਂ ਪਹਿਲਾਂ ਜੀ ਮੈਂ ਇੱਕ ਤੁਹਾਨੂੰ ਥੋੜ੍ਹਾ ਜਿਹਾ ਟੁਕੜਾ ਜਿਹੜਾ ਕਿ ਜ਼ਰੂਰ ਸੁਣਾਉਂਗੀ ਔਰ ਉਹਨੂੰ ਗੌਰ ਨਾਲ ਸੁਣਿਓ ਕਿਉਂਕਿ ਇਹ ਦਿਨ ਨੇ ਇਹ ਵਕਤ ਹੈ ਖਾਸ ਕਰਕੇ ਜਦੋਂ ਆਪਾਂ ਦੇਖਦੇ ਹਾਂ ਕਿ ਆਪਾਂ ਮਲਟੀਕਲਚਰਿਜ਼ਮ ਜਦੋਂ ਆਪਾਂ ਕਹਿੰਦੇ ਹਾਂ ਹੁਣ ਤਾਂ ਮੈਂ ਦੁਨੀਆ ਭਰ ਦੇ ਵਿੱਚ ਇਹ ਕਹੂੰਗੀ ਜਦੋਂ ਆਪਾਂ ਭਾਰਤ 'ਚ ਰਹਿੰਦੇ ਸੀ ਤਾਂ ਸ਼ਾਇਦ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਸੀ ਕਿਉਂਕਿ ਆਪਾਂ ਸਾਰੇ ਹੀ ਸਕੂਲਾਂ ਦੇ ਵਿੱਚ ਵੀ ਯੂ ਨੋ ਦੋਸਤ ਮਿੱਤਰ ਸਹੇਲੀਆਂ ਸਭ ਰਲ ਮਿਲ ਕੇ ਪਤਾ ਨਹੀਂ ਸੀ ਹੁੰਦਾ ਕਿਤੇ ਕਿਸੇ ਦਾ ਲਾਸਟ ਨੇਮ ਨਹੀਂ ਸੀ ਪੁੱਛਿਆ ਲੇਕਿਨ ਇਹ ਰੁਝਾਨ ਮੈਨੂੰ ਲੱਗਦਾ ਜੀ ਹੁਣ ਵੱਧਦਾ ਜਾਂਦਾ ਕਿ ਹਰ ਕੋਈ ਪੁੱਛ ਰਿਹਾ ਤੁਹਾਨੂੰ ਜੀ ਤੁਹਾਡਾ ਲਾਸਟ ਨੇਮ ਕੀ ਹੈ ਤੁਸੀਂ ਕਿਹੜੇ ਪਿੰਡ ਤੋਂ ਆ ਕਿੱਥੋਂ ਆ ਕਿਹੜੇ ਸਾਈਡ ਤੋਂ ਆ ਕਿਹੜੇ ਦਰਿਆ ਦੀ ਸਾਈਡ ਤੋਂ ਆ ਬਹੁਤੇ ਨੇ ਜਿਨ੍ਹਾਂ ਨੂੰ ਸ਼ਾਇਦ ਨਾ ਹੀ ਪਤਾ ਹੋਵੇ ਕਿ ਮਾਝਾ ਮਾਲਵਾ ਦੁਆਬਾ ਕੀ ਚੀਜ਼ ਹੈ ਠੀਕ ਹੈ ਜਿਹੜੇ ਸਾਡੇ ਇਲਾਕੇ ਵੰਡੇ ਹੋਏ ਨੇ ਦਰਿਆ ਦੇ ਇਧਰਲੇ ਪਾਸੇ ਨੇ ਉਧਰਲੇ ਪਾਸੇ ਨੇ ਪਰ ਹੈ ਸਾਰੇ ਅਸੀਂ ਕੋਈ ਪਰ ਅਸੀਂ ਉਹਨਾਂ ਦੇ ਆਧਾਰ ਤੇ ਵੀ ਕਈ ਵਾਰੀ ਗੱਲ ਕਰਦੇ ਹਾਂ ਸੋ ਬਹੁਤੀ ਵਾਰੀ ਜਦੋਂ ਅਸੀਂ ਕਿਸੇ ਨੂੰ ਈਵਨ ਮਿਲਣਾ ਸ਼ੁਰੂ ਕਰਦੇ ਹਾਂ ਤਾਂ ਸਾਡੇ ਕੋਲ ਦੋ ਤਿੰਨ ਸਵਾਲ ਜ਼ਰੂਰ ਹੁੰਦੇ ਨੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਜੀ ਸੰਬੰਧਿਤ ਲੋੜੀਂਦੀਆਂ ਵਸਤਾਂ ਯਾਨੀ ਫੋੜੀਆਂ ਵੀਲਚੇਅਰ ਵਾਕਰ ਸਾਹ ਵਾਲੀ ਮਸ਼ੀਨ ਬ੍ਰੈਸਟ ਪੰਪ ਖਰੀਦ ਵੀ ਸਕਦੇ ਹੋ ਰੈਂਟ ਵੀ ਕਰ ਸਕਦੇ ਹੋ ਲੱਤਾਂ 'ਚ ਫੁੱਲਦੀਆਂ ਨਾੜੀਆਂ ਵਾਸਤੇ ਕੰਪਰੈਸ਼ਨ ਸਟਾਕਿੰਗਸ ਦੰਦ ਕੱਢਦੇ ਛੋਟੇ ਬੱਚਿਆਂ ਵਾਸਤੇ ਟੀਥਿੰਗ ਟੈਬਲੇਟਸ ਅਤੇ ਦਿਲ ਦੇ
ਮਰੀਜ਼ਾਂ ਵਾਸਤੇ ਸਟਾਊਸ ਹਾਰਡ ਡ੍ਰੌਪਸ ਵੀ ਮਿਲਦੇ ਨੇ। ਹੁਣੇ ਫੋਨ ਕਰੋ ਕਿਰਨ ਨੂੰ 581-1900 581-1900। ਨਿਵਾਸੀਆਂ ਲਈ ਖੁਸ਼ਖਬਰੀ, ਪਟਨਾ ਸਵੀਟ ਐਂਡ ਰੈਸਟੋਰੈਂਟ ਵੱਲੋਂ ਦੀਵਾਲੀ ਮੌਕੇ ਖਾਸ ਤੁਹਾਡੇ ਲਈ ਪੇਸ਼ ਹੈ ਦੀਵਾਲੀ ਸਪੈਸ਼ਲ ਸੇਲ। ਹਰ ਤਰ੍ਹਾਂ ਦੇ ਪਾਰਟੀ ਖਾਣੇ ਅਤੇ ਸਨੈਕਸ ਵਧੀਆ ਕੀਮਤਾਂ ਤੇ ਖਰੀਦਣ ਲਈ, ਵਧੀਆ ਕੁਆਲਿਟੀ ਤੇ ਸਵਾਦਲੀ ਕੇਟਰਿੰਗ ਕਰਵਾਉਣ ਲਈ ਅੱਜ ਹੀ ਪਹੁੰਚੋ 2580 ਸੀਟਰ ਪਾਰਕ ਪਲੇਸ, ਜਾਂ ਇਕਬਾਲ ਨੂੰ ਫੋਨ ਕਰੋ 604-756-0383। ਗੁਰਦੁਆਰਿਆਂ ਦੀ ਕੇਟਰਿੰਗ ਲਈ ਖਾਸ ਰੇਟ। ਸੋ ਇਸ ਵਾਰ ਦੀਵਾਲੀ ਤੇ ਆਨੰਦ ਮਾਣੋ ਪਟਨਾ ਸਵੀਟ ਐਂਡ ਰੈਸਟੋਰੈਂਟ ਦੇ ਖਾਣੇ ਦਾ। ਸਾਡੀ ਤੁਹਾਡੀ ਮੁਲਾਕਾਤ ਹੋਈ। ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀਗਾ ਜੀ, ਵਿਸ਼ਾ ਆਪਾਂ ਸ਼ੁਰੂ ਕਰਨ ਲੱਗੇ ਹਾਂ, ਔਰ ਵਿਸ਼ੇ ਤੇ ਮੈਂ ਚਾਹੂੰਗੀ ਕਿ ਸਾਡੇ ਸਰੋਤੇ ਵੀ ਜ਼ਰੂਰ ਹਿੱਸਾ ਲੈ ਸਕਦੇ ਨੇ। ਔਰ ਮੇਰੇ ਨਾਲ ਜੀ ਦੂਰੋਂ ਸਟੇਜ ਤੋਂ ਵਿੱਚੋਂ ਇੰਦਰਜੀਤ ਸਿੰਘ ਅਤੇ ਨਾਲ ਦਿਲਬਾਗ ਸਿੰਘ ਜੀ ਜ਼ਰੂਰ ਸ਼ਾਮਿਲ ਹੋਣਗੇ ਪ੍ਰੋਗਰਾਮ ਦੇ ਵਿੱਚ, ਗੱਲਬਾਤ ਰਹੇਗੀ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਹੀ ਕਿਹਾ ਕਿ ਜਦੋਂ ਅਸੀਂ ਹੁਣ ਦੇਖਦੇ ਹਾਂ ਕਿ ਪੜ੍ਹ ਲਿਖ ਤਾਂ ਅਸੀਂ ਬਹੁਤ ਗਏ ਹਾਂ, ਅਸੀਂ ਸੋਚਦੇ ਹਾਂ ਕਿ ਸਾਨੂੰ ਸਿੱਖਣਾ ਬਹੁਤ ਕੁਛ ਚਾਹੀਦਾ ਸੀ, ਲੇਕਿਨ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਅਸੀਂ ਪੜ੍ਹ ਲਿਖ ਕੇ ਵੀ ਪਿੱਛੇ ਨੂੰ ਜਾ ਰਹੇ ਹਾਂ, ਸਾਡੀ ਜਿਹੜੀ ਸੋਚ ਹੈ ਹੋਰ ਵੀ ਛੋਟੀ ਹੁੰਦੀ ਜਾ ਰਹੀ ਹੈ। ਤੁਸੀਂ ਆਮ ਪਰਿਵਾਰਾਂ 'ਚ ਹੁਣ ਕਿਤੇ ਨਾ ਕਿਤੇ ਜਾਂਦੇ ਹਾਂ ਆਪਾਂ, ਅਤੇ ਜੇ ਕੋਈ ਨਵਾਂ ਇਨਸਾਨ ਤੁਹਾਨੂੰ ਪਹਿਲੀ ਵਾਰੀ ਮਿਲਦਾ, ਤੁਸੀਂ ਉਹਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋ, ਤਾਂ ਉਹਦੇ ਮਨ ਦੇ ਵਿੱਚ ਇੱਕ ਸਵਾਲ ਜਿਹਾ ਉੱਠ ਖੜਦਾ। ਪਹਿਲਾਂ ਤੁਹਾਡਾ ਨਾਮ ਪੁੱਛਣਗੇ, ਜੇ ਨਾਮ ਤੁਹਾਨੂੰ ਉਹਨਾਂ ਨੂੰ ਤੁਹਾਡਾ ਲਾਸਟ ਨੇਮ ਨਹੀਂ ਪਤਾ, ਪੁੱਛਣਗੇ ਤੁਸੀਂ ਕਿੱਧਰੋਂ ਆ, ਇਹ ਵੀ ਪੁੱਛਣਗੇ, ਫਿਰ ਨਾਲ ਪੁੱਛਣਗੇ ਤੁਹਾਨੂੰ ਕਿ ਤੁਹਾਡੀ ਜਾਤ ਕੀ ਹੈ ਜੀ, ਜੇ ਉਹਨਾਂ ਨੂੰ ਨਹੀਂ ਪਤਾ। ਔਰ ਕਈ ਵਾਰੀ ਇਹ ਹੁੰਦਾ ਕਿ ਇਨਸਾਨ ਨੂੰ ਤੁਸੀਂ ਪਹਿਲਾਂ ਜਦ ਤੱਕ ਤੁਹਾਨੂੰ ਨਹੀਂ ਪਤਾ ਹੁੰਦਾ ਲਾਸਟ ਨੇਮ ਕੀ ਹੈ, ਤਾਂ ਬੜੀ ਵਧੀਆ ਵਾਰਤਲਾਪ ਚੱਲਦਾ, ਇਨਸਾਨ ਵਧੀਆ ਲੱਗਦਾ, ਲੇਕਿਨ ਤੁਹਾਡਾ ਲਾਸਟ ਨੇਮ ਤੋਂ ਬਾਅਦ ਜਾਂ ਤੁਸੀਂ ਨਹੀਂ ਦੱਸਦੇ, ਤਾਂ ਉਹ ਤੋਂ ਬਾਅਦ ਇੱਕਦਮ ਉਹਨਾਂ ਦਾ ਵਿਵਹਾਰ ਚੇਂਜ ਹੋ ਜਾਂਦਾ, ਬਦਲ ਜਾਂਦਾ। ਔਰ ਅਕਸਰ ਆਪਾਂ ਇਹਨਾਂ 'ਤੇ ਗੱਲਾਂ ਕਰਦੇ ਹਾਂ ਕਿ ਸਭ ਹਰ ਕੋਈ ਆਪਣੇ ਵੱਲੋਂ ਵਧੀਆ ਕੰਮ ਕਰ ਰਿਹਾ, ਮੈਂ ਸੋਚਦੀ ਹਾਂ ਆਪਣੇ ਵੱਲੋਂ ਕੁਛ ਨਾ ਕੁਛ ਸੇਵਾ ਕਰ ਰਿਹਾ। ਕੁਛ ਚੀਜ਼ਾਂ ਨੇ ਜਿਹੜੀਆਂ ਕਿ ਹਾਲੇ ਵੀ ਅਸੀਂ ਦੇਖ ਰਹੇ ਹਾਂ ਕਿ ਦੂਰ ਨਹੀਂ ਹੋ ਰਹੀਆਂ, ਉਹ ਹਾਲੇ ਵੀ ਸਾਡੇ ਨਾਲ। ਇੱਕ ਮੈਂ ਹੁਣੇ ਤੁਹਾਨੂੰ ਥੋਟ ਸ਼ੇਅਰ ਕੀਤਾ ਸੀਗਾ ਕਿ ਜੇ ਤੁਸੀਂ ਕਿਸੇ ਨੂੰ ਨਫ਼ਰਤ ਕਰਦੇ ਹੋ ਅਤੇ ਜੇ ਤੁਹਾਨੂੰ ਕੋਈ ਨਫ਼ਰਤ ਕਰਦਾ ਹੈ, ਇਹ ਇੱਕੋ ਹੀ ਡਿਜ਼ੀਜ਼ ਹੈ, ਇੱਕੋ ਬਿਮਾਰੀ ਦਾ ਨਾਮ ਹੈ। ਸੋ ਬਿਮਾਰੀ ਹੋਈ ਹੈ, ਔਰ ਇਹ ਬਿਮਾਰੀ ਦਾ ਇਲਾਜ ਕੀ ਹੈ? ਅਸੀਂ ਬਿਮਾਰੀ ਵੱਧਦੀ ਬਹੁਤ ਜ਼ਰੂਰੀ ਦੇਖਦੇ ਹੁੰਦੇ ਹਾਂ, ਲੇਕਿਨ ਉਹਦਾ ਇਲਾਜ ਕੋਈ ਨਹੀਂ ਲੱਭ ਰਿਹਾ। ਲੇਕਿਨ ਜਿਹੜੇ ਲੱਭਦੇ ਨੇ ਅਤੇ ਉਹਨਾਂ ਨੂੰ ਕਿੰਨੇ ਕੁ ਲੋਕ ਸੁਣਦੇ ਨੇ? ਹਮੇਸ਼ਾ ਪੈ ਕਹਿੰਦੇ ਕਿ ਆਪਣੇ ਆਪ 'ਤੇ ਕੰਮ ਕਰਨਾ ਚਾਹੀਦਾ, ਸਾਨੂੰ ਵਧੀਆ ਇਨਸਾਨ ਬਣਨਾ ਚਾਹੀਦਾ, ਲੇਕਿਨ ਕੁਛ ਗੱਲਾਂ ਨੇ ਜੇ ਹਾਲੇ ਵੀ ਅਸੀਂ ਉਹਨਾਂ ਤੋਂ ਉੱਪਰ ਨਹੀਂ ਉੱਠ ਸਕੇ, ਤਾਂ ਇਨਸਾਨ ਵਧੀਆ ਕਿਵੇਂ, ਉਹਦਾ ਕੀ ਮਤਲਬ ਹੈ? ਮੈਂ ਕਈ ਵਾਰ ਸੋਚਦੀ ਹੁੰਦੀ ਹਾਂ ਕਿ ਇਨਸਾਨ ਦਾ ਵਧੀਆ ਹੋਣਾ ਕੀ ਹੈ, ਕਿ ਸਾਹਮਣੇ ਵਾਲਾ ਇਨਸਾਨ ਜਿਹੜਾ ਕਿ ਉਸਨੂੰ ਇਨਸਾਨ ਸਮਝਣਾ, ਜਦਕਿ ਪਤਾ ਹੈ ਕਿ ਸਾਡੇ ਸਭ ਦਾ ਸੋਚ ਇੱਕੋ ਜਿਹੀ ਹੈ, ਅਸੀਂ ਉਹੀ ਚੀਜ਼ਾਂ ਚਾਹੁੰਦੇ ਹਾਂ ਜੋ ਦੂਸਰਾ ਸਾਹਮਣੇ ਵਾਲਾ ਇਨਸਾਨ ਚਾਹੁੰਦਾ ਹੋਵੇ, ਰਿਗਾਰਡਲੈਸ ਉਹਦਾ ਕਲਰ ਕੀ ਹੈ, ਰੰਗ ਕੀ ਹੈ, ਜਾਤ ਕੀ ਹੈ, ਸਭ ਖੂਨ ਦਾ ਰੰਗ ਵੀ ਇੱਕੋ ਹੀ ਹੈ, ਖਾਣਾ ਵੀ ਅਸੀਂ ਉਹੀ ਖਾਣਾ, ਕਿਸੇ ਨੇ ਸੋਨਾ ਨਹੀਂ ਖਾਣਾ, ਚਾਂਦੀ ਨਹੀਂ ਖਾਣੀ, ਖਾਣਾ ਵੀ ਅਸੀਂ ਉਹੀ ਖਾਣਾ। ਔਰ ਜ਼ਿੰਦਗੀ ਦੇ ਵਿੱਚ ਵਧੀਆ ਬਣਾਉਣ ਲਈ ਹਰ ਕੋਈ ਇਨਸਾਨ ਚਾਹੁੰਦਾ ਕਿ ਇੱਕ ਵਧੀਆ ਸਾਥੀ ਹੋਵੇ, ਸਾਰਾ ਪਰਿਵਾਰ ਵਧੀਆ ਰਹੇ। ਸੋ ਇਹ ਚੀਜ਼ਾਂ ਜੇ ਸਾਨੂੰ ਸਭ ਨੂੰ ਇਹ ਚੀਜ਼ਾਂ ਜਿਹੜੀਆਂ ਆਮ ਜਿਹੜੀਆਂ ਸਾਰਿਆਂ ਦੀ ਇੱਕੋ ਹੀ ਜ਼ਰੂਰਤ ਨੇ, ਅਤੇ ਫਿਰ ਅਸੀਂ ਕਿਉਂ ਇੱਕ ਦੂਜੇ ਨਾਲ ਵਿਤਕਰਾ, ਫਰਕ ਕਿਉਂ ਸਾਨੂੰ ਲੱਗਣ ਲੱਗ ਜਾਂਦਾ ਕਿ ਅਸੀਂ ਇੱਕ ਦੂਜੇ ਤੋਂ ਉੱਚੇ ਹਾਂ, ਵੱਡੇ ਹਾਂ, ਜਾਂ ਕੋਈ ਨੀਵਾਂ। ਅਕਸਰ ਆਪਾਂ ਕਹਿੰਦੇ ਹਾਂ ਕਿ ਜੀ ਸਾਨੂੰ ਨੀਵਾਂ ਹੋ ਕੇ ਚੱਲਣਾ ਚਾਹੀਦਾ। ਕੱਲ੍ਹ ਸਾਡੇ ਬਹੁਤ ਸਾਰੇ ਸਰੋਤੇ ਜਿਨ੍ਹਾਂ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ, ਬਹੁਤ ਤੁਸੀਂ ਵਧੀਆ ਵਿਚਾਰ ਦਿੱਤੇ। ਸਿੰਪਲ ਲਿਵਿੰਗ, ਹਾਈ ਥਿੰਕਿੰਗ ਦੀ ਹਮੇਸ਼ਾ ਆਪਾਂ ਗੱਲ ਕਰਦੇ ਹਾਂ। ਮੈਂ ਸੋਚੀ ਜਿੰਨੇ ਆਪਾਂ ਪ੍ਰੋਗਰਾਮ ਕਰਦੇ ਰਹਾਂਗੇ, ਜੋ ਕੁਛ ਨਾ ਕੁਛ ਜ਼ਰੂਰ ਨਿਕਲੇਗਾ, ਔਰ ਕੁਛ ਨਾ ਕੁਛ ਅਸੀਂ ਸਿੱਖਾਂਗੇ, ਆਪਣੇ ਜੀਵਨ ਨੂੰ ਜ਼ਰੂਰ ਸਫਲ ਬਣਾਵਾਂਗੇ। ਚਲੋ ਪਹਿਲਾਂ ਮੈਂ ਤੁਹਾਡਾ ਜੀ ਇੱਕ ਛੋਟਾ ਜਿਹਾ ਟੁਕੜਾ ਸ਼ੇਅਰ ਕਰੂੰਗੀ, ਅਤੇ ਉਸ ਤੋਂ ਬਾਅਦ ਆਪਾਂ ਇੰਦਰਜੀਤ ਜੀ ਨਾਲ ਗੱਲ ਕਰਦੇ ਹਾਂ। ਖਾਲਸਾ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਹਨ,
के अव्वल अल्लाह नूर पाया कुदरत के सब बंदे एक नूर ते सब जग उपजिया कौन भले को मंदे एक पिता एक सके हम बारिक तू मेरा गुरियाई तुम मात पिता हम बारक तेरे सतगुरु जी कहिंदे हन कि असी सारे उस एक अकाल पुरख परमात्मा दी संतान हां जिसने सारी सृष्टि सजाई है जिसने मनुखा देही बनाई है। खालसा जी सिख धर्म दी विचारधारा अनुसार मनुख दी इको जात है वह है मनुखता इंसानियत ह्यूमैनिटी मानस की जात सब एक के पहचान वो दोस्तों यह जातां पातां पशुआ जानवर भेड़ा बकरिया दे विच हुंदियां हन इंसानां विच नहीं। अगर हिस्टोरिकल व्यू तो जरा कि गौर दे नाल वेखिए तां पता लगता है कि जातां पातां भारत नूं आर्यन ब्राह्मण की देन है। असल विच शूद्रा गुलामां नूं अपने कंट्रोल विच रखण दा एक तरीका है एक मैथड है। खालसा जी गुरु साहिब जी फरमाउंदे हन कि जात का गर्व ना करे कोए ब्रह्म बिंदे सो ब्राह्मण होए जात का गर्व ना कर मूर्ख गुवारा इस गर्व ते चले बहुत विकारा। गुरु साहिब जी दसते हैं कि सारिया समस्यावां वेकार लड़ाइया झगड़े इस अखौती जात पाती सिस्टम तो ही पैदा होंदे हन। दोस्तों यह अखौती जातां मनु ब्राह्मण वालों भारतीय मूल निवासियों के मूहां के उपर मारिया हुई जात रूपी चपेड़ा है ना और जिन्हां दे अर्थ भी बड़े भैड़े ते बड़े मजाकिया किस्म के निकलते हैं जिमें कि चमड़े का काम करने वाले नू चमियार कपड़े सीन वाले नू शीम्बा कपड़े बुन वाले नू जलाहा रसोई च काम करने वाले नू झोर वाल ते नह कटने वाले नू नाई गंदगी जनटोरियल का भाव जमादारी का काम करने वाले नू चूड़ा भेड़ा बकरियां शिकार खेडन वालियां नू सैंसी जमीन च काम करने वाले नू जट भाव जमीनी टट्टू टट्टू का मतलब हुंदा आ खच्चर जां गधा जो कि बड़ा ही एक निगर जानवर हुंदा आ। कई थां ते इस मेहनती किरती भोले भाले इंसान नू जट बूट गंवार भी आख्या गया आ। लोकां दे किले करन वाले नू तखाण ते कई थां ते इहनू गुल्ली घाड़ा भी कहा गया आ। बड़ी लंबी लिस्ट है शूद्र दियां इहनां 6000 जातां दी। खालसा जी कई अखौती उच्चियां जातां वालियां दा मनणा है कि जातां कित्तियां दे आधारित हन तां फिर उह अखौती उच्ची जात वाले भावे कि वह देश में रेंदे या विदेशों में रेंदे हैं उन्होंने एक सवाल है कि जेकर वह चमड़े या गंदगी साफ सफाई का भाव जमादारी का जा हेयर कटिंग या ब्यूटी पार्लर का काम करते हैं तो कि वह अपने आप को चमार या चूड़ा या नाई कवाने के लिए तैयार हैं। जेकर नहीं तो क्यों नहीं। गुरु साहब जी कहते हैं कि सिख की कोई जात नहीं जिस की जात है वह सिख नहीं। पर बड़ी शर्म वाली गल आ कि असी बड़े हंकार विच आण के बड़े फुकरेपण विच आण के कहिंदे हां कि जट सिख राजपूत सिख सैणी सिख रामगढ़िया सिख कबीरिया सिख सिगलीगर सिख बाजीगर सिख सहसी सिख छिंबा सिख मजबी सिख भापा सिख लबाणा सिख बेदी सिख बहरा सिख ओए लख लाणत है इहो जिहा खौती सिखां दे जिन्हां विचों कोई भी अपनी अखौती जात नूं छड्ड के गुरु दा सिख गवाउण दी हिम्मत नहीं कर सकदा। फिर जातां पातां दे नामां ते बखो बखरे गुरुद्वारे बखो बखरे शमशान घाट बखो बखरे जंज घर बखो बखरे महल्ले दसो बई कि यह सिख समाज है जां ब्राह्मणी समाज। इस गल दा उत्तर अपनी आत्मा तो जरूर पुछो कि इना खौती उच्चियां जां नीवियां जातां वालियां दे खून दा रंग भी बखो बखरा ही आ। गुरु साहिब जी अज भी इना उच्चियां जातां वालियां नूं बंगाल के पुछदे हन कि जो तू ब्राह्मण ब्राह्मणी जाया ता आन बाट काहे नहीं आया तुम कद ब्राह्मण हम कद सूद हम कद लोहू तुम कद दूध कहो कबीर जो ब्रह्म बचारा है सो ब्राह्मण कहियत है हमारे। सतगुरु जी कहिंदे जेकर शूद्रा गरीबां दीआं नाड़ां दे विच लाल रंग दा लहू वगदा है ता की आ खोती उच्ची जात वालिया तेरिया नाड़ां दे विच चिट्टे रंग दा दुध वगदा जेकर नहीं ता वट इज द डिफरेंस। दसी मैं रणजीत सिंह तेजी हरदयाल सिंह चीमा ने की लिखिया है। एक नूर ते सब जग उपजिया गुरबाणी नू भुल्ले। चलो दोस्तों ये तुसी बहुत ही खूबसूरत जी जड़ी की इंद्रजीत सिंह बलूवालिया मेखले इन्हां दी आवाज दे विच है ते लो पहले ना गलबात करिए। हां जी जी आया नू जी। हां जी सत श्री अकाल जी भैन जी। अच्छा पहले मैनूं दसो तुसी कि पहली गल ते कि जी तुहाडी बड़ी बुलंद आवाज है तुसी किस तरह यह लहू दा रंग जड़ी की मैं एक बार नहीं बहुत बारी ए काफी जड़े की गीत लगा चुकी है
ਔਰ ਇਹ ਰਣਜੀਤ ਸਿੰਘ ਤੇਜੀ ਦੀ ਮੇਖਲਾ ਆਵਾਜ਼ ਦੇ ਵਿੱਚ ਹੈ। ਲਹੂ ਦਾ ਰੰਗ ਲਾਲ ਕਿਉਂ, ਔਰ ਇਹ ਕਿਉਂ ਜ਼ਰੂਰਤ ਪਈ ਸਾਨੂੰ, ਕੀ ਤੁਸੀਂ ਤੁਹਾਨੂੰ ਕਿੱਦਾਂ ਲੱਗਿਆ, ਕਿਵੇਂ ਤੁਸੀਂ ਇਹਦੇ ਵਿੱਚ ਸ਼ੁਰੂਆਤ ਕੀਤੀ? ਹਾਂਜੀ, ਸ਼ੁਰੂਆਤ ਇੱਦਾਂ ਜੀ, ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪਾਠ ਕਰਦੇ ਆ ਪੜ੍ਹਦੇ ਆ ਜੀ, ਤੇ ਪਹਿਲਾਂ ਤਾਂ ਮੈਂ ਤੁਹਾਨੂੰ ਪਹਿਲੀ ਗੱਲ ਦੱਸਦਾ ਵੀ ਕੁਛ ਕੁ ਸਾਲ ਤਾਂ ਮੈਂ ਜਿੱਦਾਂ ਪੜ੍ਹਨ ਤੱਕ ਸੀਮਤ ਸੀਗਾ, ਸਵੇਰੇ ਸ਼ਾਮ ਪੜ੍ਹ ਲਿਆ ਤਾਂ ਇਟਸ ਓਕੇ। ਪਰ ਜਦੋਂ ਹੋ ਗਿਆ 2-3 ਸਾਲਾਂ ਤੋਂ ਮੈਂ ਕੋਸ਼ਿਸ਼ ਕੀਤੀ ਕਿ ਮੈਂ ਚਿੰਤਨ ਕਰਾਂ ਇਹਦੇ ਉੱਪਰ, ਇਹਨੂੰ ਸਮਝ ਆਵੇ ਗੁਰੂ ਸਾਹਿਬ ਨੇ ਕੀ ਕਿਹਾ ਸਾਨੂੰ ਇਹਦੇ ਵਿੱਚ ਜੀ। ਜਦੋਂ ਮੈਂ ਸਮਝਿਆ ਚਿੰਤਨ ਕੀਤਾ, ਫਿਰ ਮੈਂ ਆਪਣੇ ਸਮਾਜ ਦੇ ਉੱਪਰ ਝਾਤੀ ਮਾਰੀ, ਮੈਂ ਵੀ ਵਿੱਚੇ ਸੀਗਾ, ਮੈਂ ਵੀ ਉਹਨਾਂ ਦੇ ਵਿੱਚ ਸੀ, ਤੇ ਫਿਰ ਮੈਨੂੰ ਮਹਿਸੂਸ ਹੋਇਆ ਕਿ ਗੁਰੂ ਸਾਹਿਬ ਨੇ ਜੋ ਸਾਨੂੰ ਹਲੂਣਾ ਦਿੱਤਾ ਆ ਕਿ ਸਾਰੇ ਇਨਸਾਨ ਤਾਂ ਪਰਮਾਤਮਾ ਨੇ ਬਣਾਏ ਆ, ਉਹ ਸਾਰੇ ਉਹਦੀ ਸੰਤਾਨ ਆ, ਸਾਰੀਆਂ ਜਗ੍ਹਾ ਦੇ ਵਿੱਚ ਵੀ ਗੁਰੂ ਸਾਹਿਬ ਕਹਿੰਦੇ ਲਾਲ ਰੰਗ ਦਾ ਲਹੂ ਵਗਦਾ, ਤਾਂ ਕੀ ਫਿਰ ਅਸੀਂ ਇੱਕ ਦੂਜੇ ਦੇ ਨਾਲ ਜਾਤਾਂ ਪਾਤਾਂ ਦੇ ਉੱਪਰ ਬਿਤਕਰਾ ਕਿਉਂ ਕਰ ਰਹੇ? ਜੇ ਲਹੂ ਦਾ ਰੰਗ ਲਾਲ ਹੈ ਤਾਂ ਫਿਰ ਬਿਤਕਰਾ ਕਿਉਂ? ਤੇ ਇਹ ਫਿਰ ਗੁਰੂ ਮਹਾਰਾਜ ਵੱਲੋਂ ਸ਼ਕਤੀ ਮਿਲੀ ਆ ਜੀ, ਉਹਦੇ ਵੱਲੋਂ ਪਰਮਾਤਮਾ ਦੀ ਕਿਰਪਾ ਹੋਈ ਆ, ਤੇ ਇੱਧਰ ਨੂੰ ਫਿਰ ਮੇਰੀ ਕਲਮ ਚੱਲੀ ਆ। ਸਾਡੇ ਰਾਈਟਰ ਸਾਹਿਬ ਹਰਦਿਆਲ ਸਿੰਘ ਬੈਣੀਵਾਲੀ ਆ, ਉਹ ਵੀ ਸਿਆਟਲ ਤੋਂ ਹੀ ਆ ਜੀ, ਤੇ 5-10 ਬੰਦੇ ਹੋਰ ਨਾਲ ਟੀਮ ਦੇ ਹੈਗੇ ਆ, ਤੇ ਰਣਜੀਤ ਸਿੰਘ ਤੇਜੀ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ, ਮੈਂ ਕਿਹਾ ਵੀ ਆਹ ਵਿਸ਼ਾ ਆ, ਤੇ ਉਹਨਾਂ ਨੇ ਐਕਸੈਪਟ ਕੀਤਾ। ਤੇ ਵੈਸੇ ਮੇਰਾ ਉਦਾਂ ਇੱਥੇ ਇੱਕ ਸਾਡਾ ਲੋਕਲ ਕਵੀਸ਼ਰੀ ਜੱਥਾ ਜਿੱਦਾਂ ਹੈਗਾ। ਅੱਛਾ ਜੀ। ਹਾਂਜੀ, ਪਰ ਇਹ ਜਿਹੜੀ ਪ੍ਰੋਫੈਸ਼ਨਲ ਟੇਪ ਦੇ ਵਿੱਚ ਇਹ ਰਣਜੀਤ ਸਿੰਘ ਤੇਜੀ ਪ੍ਰੋਫੈਸ਼ਨਲ ਸਿੰਗਰ ਹੀ ਲਿਆ ਗਿਆ, ਤੇ ਮੇਰੀ ਪਹਿਲੀ ਵਾਰੀ ਇਹ ਇੱਕ ਇੰਟਰਨੈਸ਼ਨਲ ਟੇਪ ਦੇ ਵਿੱਚ ਕਮੈਂਟਰੀ ਆ। ਪਰ ਜੋ ਗੁਰੂ ਸਾਹਿਬ ਵੱਲੋਂ ਹਿੰਮਤ ਮਿਲੀ ਆ, ਦਲੇਰੀ ਮਿਲੀ ਆ, ਮਹਿਸੂਸ ਹੋਇਆ ਕਿ ਜੋ ਕੁਛ ਅਸੀਂ ਪੜ੍ਹ ਰਹੇ ਹਾਂ ਗੁਰੂ ਸਾਹਿਬ ਦੇ, ਗੁਰੂ ਗ੍ਰੰਥ ਸਾਹਿਬ ਜੀ ਇੱਕ ਲਾਈਫ ਸਟਾਈਲ ਆ ਜੀ, ਪਰ ਅਸੀਂ ਉਹਨੂੰ ਪ੍ਰੈਕਟੀਕਲੀ ਗਰਾਊਂਡ ਵਰਕ ਦੇ ਵਿੱਚ ਨਹੀਂ ਲਿਆ ਰਹੇ, ਸਿਰਫ ਪੜ੍ਹਨ ਤੇ ਕੇ ਸੀਮਤ ਰੱਖਿਆ ਹੋਇਆ। ਤੇ ਮੈਂ ਇਹੀ ਕਹੂੰਗਾ ਗੁਰੂ ਸਾਹਿਬ ਵੱਲੋਂ ਮਿਲੀ ਹੋਈ ਹਿੰਮਤ ਦਲੇਰੀ ਤੇ ਇਹਦਾ ਸਦਕਾ ਹੀ ਆ ਜੀ। ਅੱਛਾ, ਮੈਂ ਥੋੜਾ ਜਿਹਾ ਤੁਹਾਨੂੰ, ਇਫ ਯੂ ਡੋਨਟ ਮਾਈਂਡ, ਮੈਂ ਤੁਹਾਨੂੰ ਥੋੜਾ ਪਿੱਛੇ ਲੈ ਕੇ ਜਾਊਂਗੀ ਕਿ ਤੁਹਾਡਾ ਪਿਛੋਕੜ ਕਿੱਥੋਂ ਆ ਜੀ? ਹਾਂਜੀ, ਮੇਰਾ ਪਿੰਡ ਜੀ ਬੱਲੋਵਾਲ ਆ, ਮਕੰਦਪੁਰ ਦੇ ਕੋਲ ਡਿਸਟ੍ਰਿਕਟ ਨਵਾਂ ਸ਼ਹਿਰ। ਅੱਛਾ ਜੀ। ਸੋ ਤੁਹਾਡੀ ਜਿਹੜੀ ਆਪਣਾ ਤਾਲੀਮ, ਤੁਹਾਡੀ ਜਿਹੜੀ ਸਟੱਡੀ ਹੈ, ਤੁਸੀਂ ਉੱਥੋਂ ਹੀ ਕੀਤੀ ਹੈ? ਹਾਂਜੀ, ਸਟੱਡੀ ਮੈਂ ਡੀਪੀਐਡ ਦਾ ਕੋਰਸ, ਮੈਂ ਸਪੋਰਟਸਮੈਨ ਸੀ ਦਰਅਸਲ ਜੀ ਪਹਿਲਾਂ। ਆਹ ਮੇਰੀ ਲਾਈਨ ਕਿਵੇਂ ਚੇਂਜ ਹੋ ਗਈ, ਇਹ ਵੀ ਇੱਕ ਕ੍ਰਿਸ਼ਮਾ ਹੋਇਆ ਗੁਰੂ ਸਾਹਿਬ ਦੀ ਕਿਰਪਾ ਨਾਲ। ਹਾਂਜੀ। ਤੇ ਮੈਂ ਕਬੱਡੀ ਖੇਡਦਾ ਸੀਗਾ, ਤੇ ਡੀਪੀਐਡ ਦਾ ਕੋਰਸ ਮੈਂ ਡਿਪਲੋਮਾ ਇਨ ਫਿਜ਼ੀਕਲ ਐਜੂਕੇਸ਼ਨ ਖਰੜ ਤੋਂ ਕੀਤਾ ਜੀ। ਅੱਛਾ ਜੀ। ਮੋਹਾਲੀ ਦੇ ਲਾਗੇ ਖਰੜ। ਹਾਂਜੀ ਹਾਂਜੀ, ਬਿਲਕੁਲ। ਫਿਜ਼ੀਕਲ ਕਾਲਜ ਤੋਂ, ਤੇ ਮੈਂ ਗ੍ਰੈਜੂਏਸ਼ਨ ਬੀਏ ਮੈਂ ਕੀਤੀ ਐਸਐਨ ਕਾਲਜ ਬੰਗਾ ਤੋਂ, ਤੇ ਐਮਏ ਇਨ ਹਿਸਟਰੀ ਮੈਂ ਰਾਮਗੜੀਆ ਕਾਲਜ ਫਗਵਾੜਾ ਤੋਂ ਕੀਤੀ ਹੈ। ਅੱਛਾ ਜੀ, ਠੀਕ ਹੈ। ਤੇ ਫਿਰ ਤੁਸੀਂ ਇੱਥੇ ਨਾ ਯੂਐਸਏ ਕਦੋਂ ਆਏ? ਹਾਂਜੀ, ਇੱਥੇ 1997 ਚ। ਓਕੇ। ਸੋ ਫਿਰ ਤੁਸੀਂ ਬਸ ਇੱਥੇ ਕੰਮ ਕਰਦੇ ਰਹੇ, ਤੇ ਤੁਹਾਨੂੰ ਇੱਕ ਦਿਨ ਲੱਗਿਆ ਕਿ ਵੀ ਇੱਥੇ ਕੁਛ ਨਾ ਕੁਛ ਕਰਨਾ ਚਾਹੀਦਾ ਹੈ। ਬਿਲਕੁਲ ਜੀ, ਬਿਲਕੁਲ। ਕੀ ਕੋਈ ਐਸਾ ਤਜਰਬਾ ਜਿਹੜਾ ਕਿ ਹੋ ਸਕਦਾ ਹੈ, ਕਿਉਂਕਿ ਆਮ ਮੈਂ ਐਕਚੁਅਲੀ ਕੁਛ ਦਿਨ ਹੋਏ ਪਹਿਲਾਂ ਜੀ ਇੱਕ ਪ੍ਰੋਗਰਾਮ ਕੀਤਾ ਸੀ ਜੀ, ਉਹਦੇ ਨਾਲ ਮੈਂ ਦੱਸਿਆ ਸੀਗਾ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਕਈ ਵਾਰੀ ਤੁਹਾਡੇ ਨਾਲ ਗੱਲਬਾਤ ਕਰਦੇ ਨੇ, ਤੇ ਲੇਕਿਨ ਜੋ ਤੁਹਾਡਾ ਲਾਸਟ ਨੇਮ ਦੇਖ ਲੈਂਦੇ ਨੇ ਤਾਂ ਤੁਹਾਨੂੰ ਪੁੱਛਣ 'ਚ ਮਜਬੂਰ ਹੋ ਜਾਂਦੇ, ਜਿਨ੍ਹਾਂ ਨੂੰ ਨਹੀਂ ਪਤਾ ਕਿ ਤੁਸੀਂ ਜੀ ਕੌਣ। ਹਾਂਜੀ। ਔਰ ਇਹ ਜਿਹੜੇ ਸਵਾਲ ਸਾਡੇ ਮਨਾਂ ਦੇ ਵਿੱਚ ਉੱਠਦੇ ਰਹਿੰਦੇ ਨੇ, ਤੇ ਇਹਦਾ ਮਤਲਬ ਕਿਤੇ ਨਾ ਕਿਤੇ ਡੂੰਘਾਈ ਦੇ ਵਿੱਚ ਜ਼ਰੂਰ ਸਾਨੂੰ ਚੀਜ਼ਾਂ ਜਿਹੜੀਆਂ ਸਾਡੇ 'ਚ ਹਲੇ ਕੁੱਟ ਕੁੱਟ ਕੇ ਭਰੀਆਂ ਹੋਈਆਂ ਨੇ, ਨਿਕਲਣੀਆਂ ਬੜੀਆਂ ਮੁਸ਼ਕਲ ਨੇ। ਹਾਂਜੀ, ਸਹੀ ਗੱਲ ਹੈ ਜੀ। ਜੀ, ਇਹ ਦਰਅਸਲ ਇਹਦੇ ਲਈ ਮੈਂ ਮਾੜਾ ਜਿਹਾ 2-4 ਮਿੰਟ ਆਪਾਂ, ਜਾਤ ਪਾਤੀ ਸਿਸਟਮ ਹੈ ਕੀ ਜਿੱਦਾਂ ਇਹ ਸਾਡੇ, ਕਿਉਂਕਿ ਜੇ ਤੁਹਾਡੀ ਗੱਲ ਸਹੀ ਹੈ, ਸਾਡੇ ਖੂਨ ਦੇ ਵਿੱਚ ਇਹ ਵਾਇਰਸ ਰਚਿਆ ਹੋਇਆ ਸਦੀਆਂ ਤੋਂ, ਹਜ਼ਾਰਾਂ ਸਾਲਾਂ ਤੋਂ ਜੀ। ਇਹ ਦੇਖੋ, ਪਹਿਲਾਂ ਤਾਂ ਜਾਤ ਪਾਤੀ ਸਿਸਟਮ ਦੇਖੋ ਵੀ ਹੈ ਕੀ। ਦੇਖੋ, 4 ਵਰਣ ਨੇ ਉੱਥੇ ਬਣੇ ਹੋਏ ਹਾਂਜੀ ਇੰਡੀਆ 'ਚ, ਮਤਲਬ ਭਾਰਤੀ ਸਮਾਜ ਦੇ ਅੰਦਰ, ਬ੍ਰਾਹਮਣ, ਖਸ਼ਤਰੀ, ਬੈਸ਼ ਤੇ ਸ਼ੂਦਰ ਜੀ। ਔਰ ਇਹਦੇ ਜੇ ਇਤਿਹਾਸ ਤੇ ਆਪਾਂ ਥੋੜੀ ਜਿਹੀ ਝਾਤੀ ਮਾਰੀਏ, ਪਤਾ ਕਿ ਆਰੀਅਨ ਲੋਕ ਭਾਰਤ ਵਿੱਚ ਗਏ, ਉਸ ਭਾਰਤ ਦਾ ਨਾਂ ਅੱਜ ਤੋਂ 4,500 ਸਾਲ ਪਹਿਲਾਂ ਵਾਲੇ ਭਾਰਤ ਦਾ ਨਾਂ ਵੀ ਜੰਬੋ ਦੀਪ ਸੀ। ਮੈਂ ਸਟੱਡੀ ਜਿੱਦਾਂ ਮੈਂ ਇੱਧਰ ਨੂੰ ਹੁਣ ਹੋਇਆ ਹੋਇਆ ਜੀ ਜੀ, ਤੇ ਇਹਨਾਂ ਨੇ ਇੱਕ ਮੰਨ ਲਓ ਧਾੜਵੀਆਂ ਦੇ ਰੂਪ ਵਿੱਚ ਕਹਿ ਲਈਏ, ਉਹਨਾਂ ਲੋਕਾਂ ਤਰਾਵੜ ਲੋਕਾਂ ਦੇ ਉੱਪਰ ਜਿੱਤ ਪ੍ਰਾਪਤ ਕਰਕੇ, ਉੱਥੋਂ ਦੀ ਸਿੰਧ ਘਾਟੀ ਦੀ ਸਭਿਅਤਾ ਨੂੰ ਤਬਾਹ ਕਰਕੇ ਉੱਤੇ ਉਹਨਾਂ ਨੂੰ ਆਪਣੇ ਗੁਲਾਮ ਬਣਾ ਲਿਆ, ਗੁਲਾਮ ਬਣਾ ਕੇ ਉਹਨਾਂ ਨੂੰ ਸ਼ੂਦਰਾਂ ਵਾਲਾ ਦਰਜਾ ਦੇ ਦਿੱਤਾ ਗਿਆ ਜੀ। ਠੀਕ ਹੈ ਜੀ। ਸਮਾਂ ਬੀਤਦਾ ਗਿਆ, ਫਿਰ ਬੁੱਧ ਧਰਮ ਆਇਆ। ਬੁੱਧ ਧਰਮ ਨੇ ਬਰਾਬਰਤਾ, ਇਕੁਐਲਿਟੀ ਤੇ ਆਧਾਰਿਤ ਇਹਨਾਂ 4 ਵਰਨਾਂ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕੀਤੀ ਔਰ ਕੀਤਾ ਵੀ।
ਪਰ ਸ਼ੁੱਧਰ ਸ਼ੈਤਾਨ ਜਿਹੜੇ ਸੀਗੇ ਉਹ ਆਪਣੀਆਂ ਚਾਲਾਂ ਚੱਲਦੇ ਗਏ ਡਿਵਾਈਡ ਐਂਡ ਰੂਲ ਦੀਆਂ ਤੜਾ ਤੜ ਆਪਣੇ ਧਾਰਮਿਕ ਗ੍ਰੰਥ ਵੀ ਲਿਖਦੇ ਗਏ ਚੱਲੀ ਗਿਆ ਚੱਲੀ ਗਿਆ ਤੇ ਉੱਧਰ ਬੁੱਧ ਨੇ ਚਾਰੋਂ ਵਰਣਾਂ ਨੂੰ ਇੱਕ ਕਰ ਰਿਹਾ ਤੇ ਇੱਧਰ ਸ਼ੈਤਾਨ ਜੋ ਹਾਈ ਆਪਣੇ ਹਾਇਰ ਸਮਝਦਾ ਪਹਿਲੇ ਨੰਬਰ ਵਾਲਾ ਵਰਣ ਵੰਡ ਜਿਹੜਾ ਬ੍ਰਾਹਮਣ ਉਹਨੇ ਸੋਚਿਆ ਵੀ ਇਹ ਆਪਾਂ ਡਿਵਾਈਡ ਐਂਡ ਰੂਲ ਦੀ ਨੀਤੀ ਅਪਣਾ ਕੇ ਹੀ ਇਹਨਾਂ ਦੇ ਉੱਪਰ ਰਾਜ ਕਰ ਸਕਦੇ ਹਾਂ ਉਹਨਾਂ ਨੇ ਚੌਥਾ ਵਰਣ ਆ ਜੋ ਸ਼ੂਦਰ ਦਾ ਉਹਨੂੰ ਅੱਗੇ 6000 ਜਾਤਾਂ ਵਿੱਚ ਡਿਵਾਈਡ ਕੀਤਾ 6000 ਤੇ ਇਹ ਸੁਣ ਕੇ ਬੜੀ ਹੈਰਾਨੀ ਹੋ ਜਾਂਦੀ ਹੈ ਇੰਨੀਆਂ ਜਾਤਾਂ ਹੋਣਗੀਆਂ ਇੰਡੀਆ ਦੇ ਵਿੱਚ ਤੇ ਜੇ ਆਪਾਂ ਮੋਟਾ ਜਿਹਾ ਵੀ ਲਈਏ ਮਤਲਬ ਸ਼ੂਦਰ ਦੇ ਵਿੱਚ ਕਿੰਨੀ ਕੁ ਆਉਂਦੀ ਪੰਜਾਬ ਵੱਲ ਨਿਗਾਹ ਮਾਰੀਏ ਤਾਂ ਇਹ ਲੱਗਦਾ ਸੱਚ ਆ ਕਿ ਜੱਟਾਂ ਤੋਂ ਲੈ ਕੇ ਟੱਪਰੀ ਵਾਸਾਂ ਤੀਕਰ ਇਹ ਸਾਰੇ ਸ਼ੂਦਰ ਵਰਣ ਦੀਆਂ ਵੱਖ ਵੱਖ ਜਾਤਾਂ ਆ ਕਿਉਂਕਿ ਉੱਪਰਲੇ ਜਿਹੜੇ ਤਿੰਨ ਵਰਣ ਆ ਉਹਨਾਂ ਦੀ ਜਾਤ ਨੀ ਹੈਗੀ ਉਹ ਵਰਣ ਆ ਬ੍ਰਾਹਮਣ ਦੀ ਕੋਈ ਜਾਤ ਨੀ ਵਰਣ ਖੱਤਰੀ ਵੈਸ਼ ਸਿਰਫ ਤਾਂ ਸਿਰਫ ਜੇ ਦੀ ਜਾਤ ਆ ਉਹ ਸਿਰਫ ਸ਼ੂਦਰ ਦੀਆਂ ਆ ਮੈਂ ਇਹ ਗੱਲ ਤੁਹਾਨੂੰ ਦੱਸਣੀ ਚਾਹਾਂਗਾ ਤੁਸੀਂ ਪਹਿਲਾਂ ਗੱਲ ਵੀ ਕੀਤੀ ਸੀ ਕਿ ਸ਼ੂਦਰ ਦੀ ਜਿਹੜੀ ਆਪਾਂ ਕਹਿ ਲਈਏ ਵੀ ਉਹਦੇ ਲੱਛਣ ਕੀ ਆ ਜਾਂ ਨਿਸ਼ਾਨੀ ਕੀ ਆ ਮੈਂ ਵੀ ਵਿੱਚ ਆ ਇਨਕਲੂਡਿੰਗ ਤੁਸੀਂ ਗੱਲ ਕੀਤੀ ਸੀ ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ ਸਤਿ ਸ੍ਰੀ ਅਕਾਲ ਹੁੰਦੀ ਆ ਪੁੱਛਦੇ ਹਾਂ ਨਾਂ ਪੁੱਛਦੇ ਹਾਂ ਫਿਰ ਲਾਸਟ ਨੇਮ ਤੱਕ ਵੀ ਗੱਲ ਜਾਂਦੀ ਆ ਜਦੋਂ ਲਾਸਟ ਨੇਮ ਦਾ ਪਤਾ ਲੱਗਦਾ ਮਤਲਬ ਅਸੀਂ ਕੋਸ਼ਿਸ਼ ਕਰਦੇ ਹਾਂ ਜਦੋਂ ਬੰਦੇ ਨੂੰ ਮਿਲਦੇ ਹਾਂ ਉਹਦੇ ਹਾਵ ਭਾਵ ਤੋਂ ਉਹਦੇ ਪਹਿਰਾਵੇ ਤੋਂ ਉਹਦੇ ਨਾਂ ਤੋਂ ਉਹਦੀ ਬੋਲਚਾਲ ਦੀ ਬੋਲੀ ਤੋਂ ਸਾਡਾ ਪਹਿਲੀ ਸੱਟੇ ਸਾਡਾ ਇਹੀ ਅਹਿਸਾਸ ਹੋਊਗਾ ਕਿ ਮੈਂ ਦੇਖਾਂ ਇਹਦੀ ਜਾਤ ਕਿਹੜੀ ਆ ਇਹ ਕਿਹੜੀ ਨਸਲ ਦਾ ਆ ਮਤਲਬ ਹੁਣ ਨਸਲ ਮੇਰੇ ਮੂੰਹ ਸ਼ਬਦ ਨਿਕਲ ਗਿਆ ਕਿਉਂਕਿ ਮਨੂ ਸਮਰਦੀ ਚ ਕਿਹਾ ਸ਼ੂਦਰ ਨੂੰ ਔਕਾਤ ਵੀ ਉਹਨਾਂ ਨੇ ਕੁੱਤਾ ਬਿੱਲਾ ਕੋੜ ਕੈਲੜੀ ਨੀਲਾ ਪੰਛੀ ਡੱਡੂ ਇਹਨਾਂ ਜਾਨਵਰਾਂ ਦੇ ਬਰਾਬਰ ਦੀ ਔਕਾਤ ਦਿੱਤੀ ਹੋਈ ਸੀ ਹੈ ਉਹ ਹੁਣ ਸਦੀਆਂ ਤੋਂ ਇਹਨਾਂ ਲੋਕਾਂ ਨੂੰ ਦੇਖੋ ਜਿਹਨੂੰ ਰੱਖਿਆ ਗੁਲਾਮ ਉਹੋ ਜਿਹੀ ਇਹਨਾਂ ਦੀ ਮਾਨਸਿਕਤਾ ਬਣ ਗਈ ਹੈ ਕਿੰਨੀਆਂ ਪਾਬੰਦੀਆਂ ਸੀਗੀਆਂ ਤੁਸੀਂ ਮਨੂ ਸਮਰਤੀ ਪੜ੍ਹ ਕੇ ਵੇਖ ਲਵੋ ਕਿ ਉਹ ਹਥਿਆਰ ਨੀ ਰੱਖ ਸਕਦਾ ਉਹ ਦਸਤਾਰ ਨੀ ਸਜਾ ਸਕਦਾ ਉਹਨਾਂ ਦੇ ਨੌ ਵੀ ਦਾਸ ਚਾਹੁੰਦੇ ਇਹੋ ਜਿਹੇ ਦਾਸਾਂ ਵਾਲੇ ਤਾਂ ਕਿ ਉਹਨਾਂ ਦੀ ਇੱਕ ਮਤਲਬ ਰਹਿਣ ਦਾ ਥਾਂ ਕਿਹੋ ਜਿਹਾ ਕੱਪੜੇ ਕਿਹੋ ਜਿਹਾ ਤਾਂ ਕਿ ਉਹਨਾਂ ਦੇ ਇੱਕ ਮਨ ਦੇ ਵਿੱਚ ਇੱਕ ਇਨਫਿਨਿਟੀ ਕੰਪਲੈਕਸ ਪੈਦਾ ਕਰ ਦਿੱਤਾ ਗਿਆ ਹੀਣ ਭਾਵਨਾ ਕਿ ਜੇਕਰ ਇਹ ਇਕੱਠੇ ਹੋ ਗਏ ਇਕੱਠੇ ਹੋ ਕੇ ਕਿਤੇ ਆਜ਼ਾਦੀ ਵਾਸਤੇ ਵਿਘਨ ਨਾ ਵਜਾ ਦੇਣ ਇਸ ਕਰਕੇ ਉਹਨਾਂ ਦੇ ਮਨ ਚ ਇੰਨੀ ਹੀਣ ਭਾਵਨਾ ਭਰੀ ਹੋਈ ਆ ਤੇ ਜਿਹੜੀ ਸਾਡੇ ਰੋਮ ਦੇ ਵਿੱਚ ਰਚੀ ਹੋਈ ਆ ਉਹ ਆਦਤਾਂ ਬਣ ਗਈਆਂ ਸਾਡੀਆਂ ਇੱਕ ਸਿਸਟਮ ਜਾਤ ਪਾਤੀ ਸਿਸਟਮ ਇੱਕ ਇਹੋ ਜਿਹਾ ਜਿੱਦਾਂ ਇੱਕ ਪੌੜੀ ਦੇ ਡੰਡੇ ਹੁੰਦੇ ਆ ਨਾ ਉਸ ਤਰ੍ਹਾਂ ਆ ਉੱਪਰਲਾ ਡੰਡਾ ਉਹ ਜਿਹੜਾ ਆਪਣਾ ਗੰਦਮਾ ਥੱਲੇ ਤੋਂ ਸਿੱਧੀ ਜਾਂਦਾ ਹੇਠਲਾ ਉੱਤੋਂ ਥੱਲੇ ਉੱਤੋਂ ਥੱਲੇ ਉੱਤੋਂ ਥੱਲੇ ਮਤਲਬ ਇੱਕ ਜਾਤ ਵਾਲਾ ਮੈਂ ਸਿੱਧੇ ਸ਼ਬਦ ਜੇ ਕਹਾਂ ਤਾਂ ਵਰਤ ਸਕਦਾ ਮੰਨ ਲਓ ਜਿਹੜਾ ਆਪਣੇ ਆਪ ਨੂੰ ਉੱਚੀ ਜਾਤ ਵਾਲਾ ਸਮਝਦਾ ਉਹ ਦੂਸਰੇ ਨੂੰ ਕਹਿੰਦਾ ਇਹ ਨੀਵੀਂ ਜਾਤ ਆ ਉਹਨੂੰ ਨਫ਼ਰਤ ਕਰਦਾ ਉੱਤੋਂ ਥੱਲੇ ਵਾਲਾ ਉਹਨੂੰ ਨਫ਼ਰਤ ਕਰਦਾ ਉਹ ਹੇਠਲਾ ਉੱਤੋਂ ਉਹਨੂੰ ਨਫ਼ਰਤ ਕਰਦਾ ਇੱਕ ਇਹੋ ਜਿਹਾ ਗੁੰਝਲਦਾਰ ਸਿਸਟਮ ਆ ਭਾਰਤੀ ਸਮਾਜ ਦੇ ਵਿੱਚ ਕਿ ਕਹਿ ਲਓ ਕੋੜ ਦੀ ਬਿਮਾਰੀ ਹੈ ਤੇ ਇਹਨੂੰ ਮੈਨੂੰ ਤਾਂ ਕਈ ਵਾਰ ਇਸ ਤਰ੍ਹਾਂ ਲੱਗਦਾ ਕਿ ਇਹਦੇ ਵਿੱਚੋਂ ਨਿਕਲਣਾ ਔਖਾ ਹੀ ਨਹੀਂ ਅਸੰਭਵ ਵੀ ਆ ਇੰਪੋਸੀਬਲ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਵੱਲ ਉਹਨਾਂ ਦੀ ਮਹਾਰਾਜ ਦੀ ਬਾਣੀ ਸੁਣਦੇ ਆ ਉਹਨਾਂ ਦੇ ਵਿਚਾਰ ਸੁਣਦੇ ਗੁਰੂ ਸਾਹਿਬ ਦੇ ਤਾਂ ਫਿਰ ਗੁਰੂ ਸਾਹਿਬ ਇੰਪੋਸੀਬਲ ਨੂੰ ਕਿ ਪੋਸੀਬਲ ਕਰਦੇ ਆ ਉਹਨੂੰ ਸੰਭਵ ਕਰਕੇ ਦਿਖਾਉਂਦੇ ਆ ਕਿ ਸਜਣਾ ਇੱਧਰ ਆ ਮੈਂ ਤੁਹਾਨੂੰ ਦੱਸਦਾ ਕਿਵੇਂ ਨਿਕਲਣਾ ਇੰਦਰਜੀਤ ਜੀ ਇਸ ਤਰ੍ਹਾਂ ਇੱਥੇ ਤਾਂ ਹੋਲਤੇ ਰਹਿਣਾ ਜੀ ਮੈਨੂੰ ਬ੍ਰੇਕ ਦਾ ਵਕਤ ਹੋ ਗਿਆ ਆਪਾਂ ਹੁਣੇ ਮੁੜਦੇ ਹਾਂ ਇਸੇ ਤਰ੍ਹਾਂ ਥੈਂਕ ਯੂ ਬਥੇਰੇ ਹੱਥ ਸਾੜ ਲੈ ਰੋਟੀ ਪੱਕਦੀ ਹੋਜੂ ਗੱਲ ਸੁਣ ਲੈ ਇੱਕ ਰੋਟੀ ਖਾਤਰ ਵਿਆਹ ਕਰਾਉਣ ਦੀ ਲੋੜ ਨੀ ਜਿਹੜੇ ਵਿਆਹੇ ਹੋਏ ਨੇ ਉਹਨਾਂ ਨੂੰ ਕਿਹੜਾ ਚਾਰ ਖੂੰਜਿਆਂ ਦੇ ਪਰੌਂਠੇ ਮਿਲਦੇ ਨੇ ਉਹ ਵੀ ਸਕੋਟਲ ਪੀਜ਼ਾ ਤੋਂ ਪੀਜ਼ਾ ਹੀ ਲੈ ਕੇ ਜਾਂਦੇ ਨੇ ਉਹ ਜੀ ਗੱਲ ਹਾਸੇ ਨਾ ਪਾਓ ਜੇ ਤੁਸੀਂ ਵੀ ਵਧੀਆ ਪੀਜ਼ਾ ਖਾਣਾ ਹੈ ਤਾਂ ਸਿੱਧੇ ਸਕੌਟ ਹਿੱਲ ਪੀਜ਼ੇ ਤੇ ਜਾਓ ਸਕੌਟ ਰੋਡ 604584000 ਗਿਲਫੋਰਡ 604588 8000 ਨਿਊਟਨ 604599 1000 ਨਿਊ ਵੈਸਟ ਬਰਨਬੀ 604524 3000 ਕੈਸ਼ ਦਿਓ ਜਾਂ ਵਰਤੋ ਵੀਜ਼ਾ ਆਰਡਰ ਕਰ ਲਓ ਸਕੌਟ ਹਿੱਲ ਤੋਂ ਪੀਜ਼ਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਦਿਲਜੀਤ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੀਤਾ ਦੈਲਦਾਰ ਹਰਜੀਤ ਹਰਮਨ ਆਪਣੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਖਦਾ ਮੈਂ ਹਾਂ ਤੁਹਾਡੀ ਆਪਣੀ ਪੂਜਾ ਹੱਸਦੇ ਖੇਡਦੇ ਭੰਗੜੇ ਪਾਉਂਦੇ ਰਹੋ ਤੇ ਤੁਸੀਂ ਸੁਣ ਰਹੇ ਹੋ ਸ਼ੇਰੇ ਪੰਜਾਬ ਜਦ ਸੁਣਿਆ ਮੇਰੇ ਚੰਨ ਨੇ ਆਉਣਾ ਖੁਸ਼ੀ ਚ ਕਮਲੀ ਹੋਈ ਤੇ ਸੁਣਦੇ ਰਹੋ ਰੇਡੀਓ ਸ਼ੇਰੇ ਪੰਜਾਬ ਸਵੇਰੇ ਸਵੇਰੇ ਸੁਣਦੇ ਰਹੋ ਰੇਡੀਓ ਸ਼ੇਰੇ ਪੰਜਾਬ 1550 1550 15 AM
असाडी तुहाडी मुलाकात होई। लो दोस्तों, एक बार फिर प्रोग्राम तुहाडा स्वागत है जी। ते मेरे नाल जिथे इंद्रजीत जी ने, ते सारे नाल जी कॉलर भी ने। इंद्रजीत जी, आपां कॉल लै लईए पहलां। हैलो, मैं जी उन्हां दी लाइन कट्टी गई, मैनूं लगदा चलो कॉलर दी पहलां आपां गल सुनीए, ते उस तों बाद आपां उन्हां नाल वी वापस मुड़ के गल करदे हां। हां जी, शेरे पंजाब लाइन वन वाले जी। हां जी, ਗੱਲ ਇਸ ਤਰ੍ਹਾਂ ਜੀ, ਵੀ ਇੰਦਰਜੀਤ ਸਿੰਘ ਵੈਸੇ ਮੈਂ ਜਾਣਦੇ ਫਰੈਂਡ ਆ, ਤੇ ਉਹਨਾਂ ਨੇ ਜਿਹੜੀ ਗੱਲ ਕੀਤੀ ਆ, ਜਾਤ ਪਾਤ ਦਾ ਸਿਸਟਮ ਜਿਹੜਾ 3500 ਸਾਲ ਪਹਿਲਾਂ ਵਰਣ ਵਣ ਦਾ ਸਿਸਟਮ ਸ਼ੁਰੂ ਹੋਇਆ ਸੀ, ਉਹ ਤੋਂ ਬਾਅਦ ਬੁੱਧ ਧਰਮ ਦੇ ਵੇਲੇ ਜਦੋਂ ਮਹਾਤਮਾ ਬੁੱਧ ਨੇ ਚਾਰੇ ਵਰਣ ਨੂੰ ਇਕੱਠੇ ਕਰਕੇ ਇੱਕ ਧਰਮ ਇੱਕ ਲਾਈਨ ਥੱਲੇ ਜਸ ਸਾਹਿਬ ਜਿਹਦਾ ਗੁਰੂ ਸਾਹਿਬ ਨੇ ਕੀਤਾ, ਉਸੇ ਤਰੀਕੇ ਨਾਲ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਤੋਂ ਬਾਅਦ ਫਿਰ ਮਨੁਸਮ੍ਰਿਤੀ ਲਿਖ ਕੇ ਉਹਨਾਂ ਨੇ ਜਾਤਾਂ ਬਣਾਤੀਆਂ ਸੀ। ਤੇ ਇਹ 6000 ਜਾਤ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਟੱਪਰੀ ਵਾਸ ਤੋਂ ਲੈ ਕੇ ਜੱਟ ਤੱਕ 6000 ਜਾਤ ਹੈਗੀ ਹੈ ਪੌੜੀਆਂ ਦੇ ਠੰਡੇ ਤਰ੍ਹਾਂ ਜੀ। ਤੇ ਜੇ ਤੁਸੀਂ ਮੈਨੂੰ ਇੱਕ ਮਿੰਟ ਦੋ, ਮੈਂ ਦੋ ਮਿਸਾਲਾਂ ਦਿੰਦਾ ਵੀ ਕਿੰਨਾ ਡੀਪ ਸਿਸਟਮ ਹੈ ਜਾਤ ਪਾਤ ਦਾ ਇੰਡੀਆ ਦੇ ਵਿੱਚ। ਪਹਿਲੀ ਮਿਸਾਲ ਤਾਂ ਇਹ ਹੈ ਜੀ, ਵੀ ਆਮ ਬੰਦੇ ਦੀ ਗੱਲ ਆਪਾਂ ਕੀ ਕਰੀਏ, ਵੀ ਜਿਹੜਾ 47 ਤੋਂ ਲੈ ਕੇ ਹੁਣ ਤੱਕ ਜਿਹੜੇ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰ ਬਣੇ ਨੇ ਇੰਡੀਆ ਦੇ, ਉਹਨਾਂ ਵਿੱਚੋਂ ਮੇਰੀ ਨੌਲੇਜ ਦੇ ਮੁਤਾਬਿਕ 3 ਬੰਦਿਆਂ ਨੂੰ ਛੱਡ ਲਈ, ਜਿਹਦਾ ਬਾਕੀ ਸਾਰੇ ਬ੍ਰਾਹਮਣ ਸੀ। ਠੀਕ ਹੈ, ਮਨਮੋਹਨ ਸਿੰਘ ਦਾ ਆਪਾਂ ਨੂੰ ਪਤਾ ਹੈ, ਇੰਦਰ ਕੁਮਾਰ ਗੁਜਰਾਲ ਉਹ ਖੱਤਰੀ ਵਰਣ ਦੇ ਵਿੱਚੋਂ ਸੀਗੇ ਬ੍ਰਾਹਮਣ ਦੇ ਬਣਾਏ ਸਿਸਟਮ ਦੇ ਮੁਤਾਬਿਕ, ਤੇ ਉਹ ਇਹਨਾਂ ਦੋਹਾਂ ਤੋਂ ਪਹਿਲਾਂ ਇੱਕ ਬੰਦਾ ਸੀ ਜਿਹੜਾ ਪ੍ਰਾਈਮ ਮਿਨਿਸਟਰ ਬਣਾਇਆ ਸੀ, ਚੌਧਰੀ ਚਰਨ ਸਿੰਘ। ਉਹ ਯੂਪੀ ਤੋਂ ਸੀ, ਜਾਟ ਬਰਾਦਰੀ ਨਾਲ ਸੰਬੰਧਿਤ ਸੀਗਾ, ਤੇ ਉਹ ਹਿੰਦੂ ਸੀ ਔਰ ਆਰੀਆ ਸਮਾਜੀ ਸੀ। ਉਹਦੀ ਜਦੋਂ ਮੌਤ ਹੋਈ, ਜਿੱਦਾਂ ਆਪਾਂ ਨੂੰ ਪਤਾ ਵੀ ਜਿਹੜੇ ਪ੍ਰਾਈਮ ਮਿਨਿਸਟਰ ਦੀ ਇਸ ਤਰ੍ਹਾਂ ਮੌਤ ਹੁੰਦੀ ਆ, ਉਹਨੂੰ ਰਾਜਘਾਟ ਦੇ ਵਿੱਚ ਉਹਦੀ ਯਾਦਗਾਰ ਬਣਾਈ ਜਾਂਦੀ ਆ, ਸਮਾਧੀ ਬਣਾਈ ਜਾਂਦੀ ਆ ਜੀ। ਪਰ ਉਹ ਕਿਉਂਕਿ ਜਾਟ ਸੀ, ਇਹਦਾ ਮਤਲਬ ਸ਼ੂਦਰ ਸੀ, ਸਾਰੇ ਪ੍ਰਾਈਮ ਮਿਨਿਸਟਰ ਨੇ ਉੱਥੇ, ਔਰ ਈਵਨ ਗਾਂਧੀ ਜਿਹਨੂੰ ਆਪਾਂ ਮਹਾਤਮਾ ਗਾਂਧੀ ਕਹਿੰਦੇ, ਉਹਦੀ ਯਾਦ ਵੀ ਉੱਥੇ ਬਣੀ ਹੋਈ ਆ, ਜਿਹੜਾ ਜਦਕਿ ਉਹ ਕਿਸੇ ਵੀ ਅਹੁਦੇ ਤੇ ਨਹੀਂ ਇੰਡੀਆ ਦੇ ਵਿੱਚ ਰਿਹਾ। ਤੇ ਚੌਧਰੀ ਚਰਨ ਸਿੰਘ ਕਿਉਂਕਿ ਸ਼ੁੱਧਰ ਸੀ, ਉਹ ਬ੍ਰਾਹਮਣਾਂ ਦੇ ਬਰਾਬਰ ਨਹੀਂ ਬੈਠ ਸਕਦਾ, ਉਸ ਕਰਕੇ ਉਹ ਚੌਧਰੀ ਚਰਨ ਸਿੰਘ ਦੀ ਸਮਾਧ ਰਾਜਘਾਟ ਦੇ ਵਿੱਚ ਨਹੀਂ ਹੈ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਉਹ ਇੱਕ ਵੱਖਰੀ ਜਗ੍ਹਾ ਰਾਜਘਾਟ ਦੇ ਨੇੜੇ ਲੈ ਕੇ ਉੱਥੇ ਉਹਦੀ ਵੱਖਰੀ ਸਮਾਧ ਬਣਾਈ ਗਈ। ਅੱਛਾ ਜੀ, ਹਾਂ, ਤੁਸੀਂ ਚੈੱਕ ਕਰ ਸਕਦੇ ਹੋ। ਸੋ ਇੱਕ ਪ੍ਰਾਈਮ ਮਿਨਿਸਟਰ ਨਾਲ ਜਦੋਂ ਵਿਤਕਰਾ ਜਾਤ ਬਰਾਦਰੀ ਦੇ ਵਰਣ ਵਣ ਦੇ ਲੈਵਲ ਤੇ ਹੋ ਸਕਦਾ, ਤੇ ਆਮ ਬੰਦੇ ਦਾ ਸਿਚੁਏਸ਼ਨ ਕੀ ਹੋਊਗੀ? ਬਿਲਕੁਲ। ਦੂਸਰੀ ਮਿਸਾਲ ਮੈਂ ਦਿੰਦਾ ਜੀ, 47 ਤੋਂ ਪਹਿਲੀ, ਹਾਂਜੀ, ਜਦੋਂ ਡਾਕਟਰ ਸਾਹਿਬ ਰਿਜ਼ਰਵੇਸ਼ਨ ਵਾਸਤੇ ਡਾਕਟਰ ਅੰਬੇਦਕਰ ਦੀ ਮੈਂ ਗੱਲ ਕਰ ਰਿਹਾ, ਉਹ ਸਟਰਗਲ ਕਰ ਰਿਹਾ ਜੀ, ਜਿਹੜੇ ਗਰੀਬ ਇਸ ਤਰ੍ਹਾਂ ਲਤਾੜੇ ਹੋਏ ਲੋਕਾਂ ਨੂੰ ਕੁਛ ਨਾ ਕੁਛ ਅੰਗਰੇਜ਼ਾਂ ਦੇ ਜਾਣ ਤੋਂ ਪਹਿਲਾਂ ਪਹਿਲਾਂ ਮਿਲ ਜਾਵੇ ਜੀ। ਰਿਜ਼ਰਵੇਸ਼ਨ ਵਾਸਤੇ ਲੰਡਨ ਦੇ ਵਿੱਚ ਉੱਥੇ ਕਾਨਫਰੰਸ ਹੋਣੀ ਸੀ, ਮੀਟਿੰਗ ਹੋਣੀ ਸੀ, ਡਾਕਟਰ ਸਾਹਿਬ ਆਪਣੇ ਆਪ ਨੂੰ ਰੀਪ੍ਰੈਜੈਂਟ ਕਰ ਰਹੇ ਸੀ ਵੀ ਮੈਂ ਇਹਨਾਂ ਦਾ ਲੀਡਰ ਆ, ਜਿਹੜੇ ਲਤਾੜੇ ਹੋਏ ਸ਼ੂਦਰ ਲੋਕ ਨੇ, ਵੀ ਮੈਂ ਉੱਥੇ ਜਾ ਕੇ ਗੱਲ ਕਰਾਂ, ਇਹਨਾਂ ਨੂੰ ਰਿਜ਼ਰਵੇਸ਼ਨ ਮਿਲ ਸਕੇ, ਬੈਨੀਫਿਟਸ ਮਿਲ ਸਕਣ। ਗਾਂਧੀ ਆਪਣੇ ਆਪ ਨੂੰ ਰਿਪ੍ਰੈਜੈਂਟ ਸ਼ੂਦਰਾਂ ਦਾ ਬਣਾ ਕੇ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਕਿ ਉਹ ਕੁਛ ਉਹਨਾਂ ਨੂੰ ਮਿਲ ਨਾ ਸਕੇ, ਮੈਨੀਪੁਲੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਅੰਗਰੇਜ਼ ਕਹਿੰਦੇ ਸੀਗੇ ਵੀ ਜੇਕਰ ਤੂੰ, ਡਾਕਟਰ ਸਾਹਿਬ ਨੂੰ ਕਿਹਾ, ਜੇਕਰ ਤੂੰ ਰਿਪ੍ਰੈਜੈਂਟ ਕਰਨਾ ਚਾਹਨਾ, ਵੀ ਤੇਰੇ ਕੋਲ ਰਿਪ੍ਰੈਜੈਂਟ ਮਤਲਬ ਕੋਈ ਇਲੈਕਟਡ ਜਾਂ ਸਿਲੈਕਟਡ ਪਰਸਨ ਚਾਹੀਦਾ ਸਾਨੂੰ ਉੱਥੇ, ਕਿ ਉੱਦਾਂ ਆਮ ਬੰਦਾ ਥੋੜੇ ਉੱਠ ਕੇ ਕੋਈ ਕਹਿ ਸਕਦਾ ਵੀ ਮੈਂ ਰਿਪ੍ਰੈਜੈਂਟ ਆ ਜੀ। ਤੇ ਉਹਨਾਂ ਉੱਥੇ ਪ੍ਰੋਬਲਮ ਪੈ ਗਈ ਸੀ, ਉੱਥੇ ਫਿਰ ਇੱਕ ਬੰਦੇ ਨੇ, ਉਹ ਬਹੁਤ ਵੱਡਾ ਸਟੈਪ ਰਿਹਾ ਉਸ ਟਾਈਮ ਤੇ ਹਿਸਟੋਰੀਕਲ, ਤੁਹਾਨੂੰ ਪਤਾ ਹੋਣਾ, ਬੰਗਲਾਦੇਸ਼ ਦੇ ਵਿੱਚ ਇੱਕ ਸ਼ਹਿਰ ਦਾ ਨਾਂ ਚਿੱਟਾਗਾਂਗ, ਤੇ ਚਿੱਟਾਗਾਂਗ ਦਾ ਜਿਹੜਾ ਏਰੀਆ ਆ, ਉਸ ਏਰੀਏ ਦੇ ਵਿੱਚ ਬ੍ਰਾਹਮਣ ਵੱਲੋਂ ਬਣਾਈਆਂ ਗਈਆਂ 6000 ਜਾਤਾਂ ਦੇ ਵਿੱਚੋਂ ਇੱਕ ਬਰਾਦਰੀ ਹੈ ਚੰਡਾਲ। ਚੰਡਾਲ ਬਰਾਦਰੀ ਦੇ ਲੋਕ ਉਸ ਚਿੱਟਾਗਾਂਗ ਦੇ ਏਰੀਏ ਚ ਰਹਿੰਦੇ ਆ। ਉਹਨਾਂ ਦਾ ਜਿਹੜਾ ਉਸ ਵੇਲੇ ਦਾ ਲੀਡਰ ਸੀ, ਉਹਨੇ ਡਾਕਟਰ ਸਾਹਿਬ ਨੂੰ ਕਿਹਾ ਵੀ ਮੈਂ ਤੁਹਾਨੂੰ ਆਪਣੇ ਏਰੀਏ ਦੇ ਵਿੱਚੋਂ ਇਲੈਕਟ ਕਰਾਉਣਾ, ਜਿਹੜਾ ਵੀ ਉੱਥੇ ਸਿਸਟਮ ਸੀ, ਵੋਟਿੰਗ ਸੀ ਜਾਂ ਜੋ ਵੀ, ਤੁਸ ਤਾਂ ਕਿ ਤੁਹਾਨੂੰ ਉੱਥੇ ਭੇਜਿਆ ਜਾ ਸਕੇ ਲੰਡਨ ਦੇ ਵਿੱਚ। ਉਸ ਬੰਦੇ ਨੇ, ਉਹਨਾਂ ਦੇ ਲੀਡਰ ਨੇ ਉਸ ਵੇਲੇ ਡਾਕਟਰ ਸਾਹਿਬ ਨੂੰ ਇਲੈਕਟ ਕਰਵਾ ਕੇ ਰਿਪ੍ਰੈਜੈਂਟ ਬਣਾ ਕੇ ਲੰਡਨ ਭੇਜਿਆ, ਤਾਂ ਉਹ ਰਿਜ਼ਰਵੇਸ਼ਨ ਦਾ ਸਿਸਟਮ ਲੋਕਾਂ ਨੂੰ ਮਿਲ ਸਕਿਆ ਸੀ। ਪਰ ਉਹ ਤਾਂ ਮਿਲ ਗਿਆ, ਉਹ ਉਹਨਾਂ ਨੇ ਸਟੈਪ ਲਿਆ, ਪਰ ਉਸ ਚੀਜ਼ ਦੀ ਉਹਨਾਂ ਲੋਕਾਂ ਨੂੰ ਕੀ ਸਜ਼ਾ ਦਿੱਤੀ ਗਈ? ਵੀ ਜਦੋਂ 47 ਦੇ ਵਿੱਚ ਇੰਡੀਆ ਦੀ ਡਿਵੀਜ਼ਨ ਹੋਈ ਆ, ਪਾਕਿਸਤਾਨ ਇੰਡੀਆ ਬਣਿਆ, ਬੰਗਲਾਦੇਸ਼ ਉਸ ਵੇਲੇ ਪਾਕਿਸਤਾਨ ਦੇ ਅੰਡਰ ਸੀਗਾ, ਤਾਂ ਇਹਨਾਂ ਨੇ ਗਾਂਧੀ ਨਹਿਰੂ ਪਾਰਟੀ ਨੇ ਉਹ ਚਿੱਟਾਗਾਂਗ ਦਾ ਏਰੀਆ ਸਪੈਸੀਫਿਕਲੀ ਉਹਨਾਂ ਨੇ ਖਿਆਲ ਰੱਖਿਆ ਵੀ ਇੰਡੀਆ ਵਿੱਚ ਨਾ ਸਕੇ, ਉਹ ਬੰਗਲਾਦੇਸ਼ ਵਿੱਚ ਕੱਢਿਆ ਉਸ ਚੀਜ਼, ਇਹ ਉਸ ਚੀਜ਼ ਦੀ ਉਹਨਾਂ ਨੂੰ ਸਜ਼ਾ ਦਿੱਤੀ ਗਈ। ਸੋ ਇਹ ਦੇਖੋ ਕਿੰਨਾ ਡੀਪ ਸਿਸਟਮ ਉੱਥੇ, ਮਤਲਬ
ਜਾਤ ਪਾਤ ਦਾ ਹੈਗਾ ਵੀ ਕਿਸ ਲੈਵਲ ਤੱਕ ਉੱਥੇ ਕੀਤਾ ਜਾਂਦਾ ਔਰ ਜਿਹੜੀ ਜੇ ਡਾਟਾ ਗਿਣੀ ਹੈ ਹੁਣ ਮੈਂ ਖਤਮ ਕਰਦਾ ਲੰਮੀ ਨਾ ਹੋ ਜਾਵੇ ਗੱਲ ਇਹ ਡਾਟਾ ਜੇ ਤੁਸੀਂ ਸਾਰਾ ਕੱਢ ਕੇ ਦੇਖੋ ਤਾਂ ਇਸ ਵੇਲੇ ਜਿਹੜਾ ਨੰਬਰ ਪਰਸੈਂਟੇਜ ਦੇ ਹਿਸਾਬ ਨਾਲ ਇੰਡੀਆ ਦੇ ਵਿੱਚ ਬ੍ਰਾਹਮਣ ਖੱਤਰੀ ਵੈਸ ਤੇ ਸ਼ੂਦਰ ਜਿਹੜੇ ਚਾਰ ਵਰਣ ਆ ਸਾਰੀਆਂ ਜਾਤਾਂ ਸ਼ੂਦਰ ਰਹਿੰਦੇ ਆ ਉਹ ਤਕਰੀਬਨ 80% ਆਬਾਦੀ ਸ਼ੂਦਰ ਹੈ ਜੀ ਇੰਡੀਆ ਚ ਬ੍ਰਾਹਮਣ ਜਿਹੜੇ ਤਕਰੀਬਨ 4% ਆ ਤੇ ਬਾਕੀ ਜਿਹੜੇ 16% ਉਹ ਵੈਸ ਤੇ ਖੱਤਰੀ ਨੇ ਠੀਕ ਹੈ ਜੀ ਤੇ ਪਰ ਜੇ ਤੁਸੀਂ ਦੂਜੇ ਪੱਖ ਦੇਖਦੇ ਆ ਜਿਹੜੀ ਐਡਮਿਨਿਸਟ੍ਰੇਸ਼ਨ ਆ ਜਿਹੜੇ IAS ਆਫਿਸਰ ਕੱਲੇ ਲਈਏ ਤਾਂ 80% ਜਿਹੜੇ IAS ਆਫਿਸਰ ਉਹ ਬ੍ਰਾਹਮਣ ਹੈ ਜੀ ਗੱਲ ਕਰਨਾ ਚਾਹੁੰਦੇ ਨੇ ਜੀ ਉਹਨਾਂ ਨੂੰ ਆਪਾਂ ਹੋਲ ਤੇ ਪਾਉਂਦੇ ਆ ਹਾਂਜੀ ਮੇਰੇ ਖਿਆਲ ਜੋਗਾ ਸਿੰਘ ਜੀ ਨੇ ਜੀ ਦੂਸਰੇ ਲਾਈਨ 3 ਤੇ ਹਾਂਜੀ ਸ਼੍ਰੀ ਪੰਜਾਬ ਹੈਲੋ ਹਾਂਜੀ ਤੁਹਾਨੂੰ ਤੇ ਤੁਹਾਡੇ ਜਿਹੜੇ ਨਾਲ ਮਹਿਮਾਨ ਆ ਬੜੀਆਂ ਸੋਹਣੀਆਂ ਗੱਲਾਂ ਬਾਤਾਂ ਕਰ ਰਹੇ ਹੋ ਜੀ ਔਰ ਲੋੜ ਵੀ ਆ ਔਰ ਦਿਖਾਂ ਤੇ ਜਿੱਥੋਂ ਸ਼ੁਰੂ ਹੋਇਆ ਮਤਲਬ ਇਹ ਕਰਨ ਜੀ ਬਹੁਤ ਲੰਬੀ ਚੌੜੀ ਖੋਜ ਜਾਂ ਰਿਸਰਚ ਜਾਂ ਬਹਿਸ ਦਾ ਮੁੱਦਾ ਹੈਗਾ ਹਾਂਜੀ ਦੇਖੋ ਮੈਂ ਇਸ ਗੱਲ ਦਾ ਬਿਲਕੁਲ ਧਾਰਨੀ ਆ ਵੀ ਇਹ ਜਿਹੜੀ ਸਰੀਰਕ ਤੌਰ ਤੇ ਜਾਤ ਪਾਤ ਕੀਤੀ ਜਾਂਦੀ ਹੈ ਜਾਂ ਜਿਹੜੀ ਇਹ ਵੰਡ ਵੰਡ ਵੀ ਜੇ ਕੋਈ ਸ਼ੂਦਰ ਦੇ ਘਰੀ ਜੰਮਿਆ ਤੇ ਉਹ ਸ਼ੂਦਰ ਹੀ ਆ ਜੇ ਬ੍ਰਾਹਮਣ ਦੇ ਘਰ ਜੰਮਿਆ ਤੇ ਬ੍ਰਾਹਮਣ ਹੀ ਆ ਜਾਂ ਉਹ ਜੇ ਸਿੱਖ ਦੇ ਘਰ ਜੰਮਿਆ ਤੇ ਸਿੱਖ ਹੀ ਆ ਮੁਸਲਮਾਨ ਦੇ ਘਰ ਜੰਮਿਆ ਮੁਸਲਮਾਨ ਆ ਹਿੰਦੂ ਦੇ ਘਰ ਜੰਮਿਆ ਹਿੰਦੂ ਆ ਇਸ ਚੀਜ਼ ਦੀ ਰੱਜ ਕੇ ਨਿੰਦਿਆ ਕਰਦਾ ਔਰ ਇਹ ਨਹੀਂ ਹੋਣੀ ਚਾਹੀਦੀ ਇਹ ਬਿਲਕੁਲ ਗਲਤ ਹੋ ਚੁੱਕਾ ਸਿਸਟਮ ਆ ਦੂਜਾ ਪੱਖ ਜਿਹੜਾ ਇਹਦਾ ਕਰਨ ਜੀ ਮਤਲਬ ਬੌਧਿਕ ਲੈਵਲ ਦੇ ਉੱਤੇ ਕਦੇ ਵੀ ਅਸੀਂ ਮਨੁੱਖ ਨੂੰ ਇੱਕ ਨਹੀਂ ਕਰ ਸਕਦੇ ਇਹੀ ਕਾਰਨ ਆ ਜਿਹੜਾ ਪਿਛਲੇ ਭਾਈ ਸਾਹਿਬ ਤੁਹਾਡੇ ਮਹਿਮਾਨ ਆ ਉਹਨਾਂ ਨੇ ਖਦਸ਼ਾ ਪ੍ਰਗਟਾਇਆ ਵੀ ਅਸੰਭਵ ਹੈ ਅਸੰਭਵ ਕਿਉਂ ਆ ਮਨੁੱਖ ਜਿਹੜਾ ਆ ਦੇਖੋ ਜਦੋਂ ਭਗਤ ਰਵਿਦਾਸ ਜੀ ਇੱਕ ਚਮਾਰ ਦੇ ਘਰ ਪੈਦਾ ਹੋ ਕੇ ਉਹ ਆਪਣੇ ਆਪ ਨੂੰ ਕਹਿੰਦੇ ਵੀ ਮੈਂ ਬ੍ਰਾਹਮਣ ਆ ਕਿਉਂਕਿ ਅਸੀਂ ਗੁਰਬਾਣੀ ਵਿੱਚ ਜੇ ਅਸੀਂ ਇੱਕ ਜਿਹੜੇ ਸਿੱਖ ਜਿਹੜਾ ਅੱਜ ਕੱਲ੍ਹ ਅਸੀਂ ਜਦੋਂ ਗੁਰਬਾਣੀ ਦਾ ਆਸਰਾ ਲੈਂਦੇ ਗੁਰਬਾਣੀ 'ਚ ਵਰਣ ਵੰਡ ਜਾਤ ਵੰਡ ਨੂੰ ਨਿੰਦਿਆ ਗਿਆ ਬਿਲਕੁਲ ਨਿੰਦਿਆ ਗਿਆ ਪਰ ਨਾਲ ਦੀ ਨਾਲ ਬੌਧਿਕ ਲੈਵਲ ਤੇ ਜਿਹੜੀ ਸਾਡੀ ਵੰਡ ਆ ਉਹ ਸਵੀਕਾਰ ਵੀ ਕੀਤੀ ਗਈ ਆ ਵਿਆਹ ਦੇ ਸਮੇਂ ਆਪਾਂ ਚਾਰ ਲਾਵਾਂ ਪੜ੍ਹਦੇ ਹਾਂ ਉਹਦੇ ਵਿੱਚ ਮਨੁੱਖ ਦੇ ਬੌਧਿਕ ਲੈਵਲ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਵੀ ਪਹਿਲੀ ਅਵਸਥਾ ਦੇ ਵਿੱਚ ਉਹ ਕੀ ਹੁੰਦਾ ਦੂਜੀ ਅਵਸਥਾ 'ਚ ਕੀ ਹੁੰਦਾ ਜਪਜੀ ਸਾਹਿਬ ਜਿਹੜੀ ਸਾਡੀ ਮੁੱਢਲੀ ਬਾਣੀ ਆ ਉਹਦੇ ਵਿੱਚ 5 ਖੰਡ ਬਣਾਏ ਗਏ ਆ ਪਹਿਲੇ ਖੰਡ ਦੇ ਮਨੁੱਖ ਕਿਹੋ ਜਿਹੇ ਆ ਦੂਜੇ ਖੰਡ ਦੇ ਧੀਏ ਕਿਹੋ ਜਿਹੇ ਆ ਚੌਥੇ ਖੰਡ ਦੇ ਕਿਹੋ ਜਿਹੇ ਆ ਸੱਚਖੰਡ ਵਾਸੀ ਅਸੀਂ ਕਹਿੰਦੇ ਹਾਂ ਔਰ ਕਦੇ ਬ੍ਰਾਹਮਣ ਸ਼ਬਦ ਜਿਹੜਾ ਸੀ ਉਹ ਜਦੋਂ ਵਰਤਿਆ ਜਾਂਦਾ ਸੀ ਬ੍ਰਹਮ ਗਿਆਨ ਜਿਹੜਾ ਬੰਦਾ ਉਸ ਅਵਸਥਾ 'ਚ ਮਹਾਤਮਾ ਬੁੱਧ ਵਰਗਾ ਗੁਰੂ ਨਾਨਕ ਵਰਗਾ ਜਿਹਨਾਂ ਨੂੰ ਅਸੀਂ ਪੈਗੰਬਰ ਤੇ ਅਵਤਾਰ ਵੀ ਕਹਿੰਦੇ ਹਾਂ ਬ੍ਰਹਮ ਗਿਆਨੀ ਵੀ ਕਹਿੰਦੇ ਹਾਂ ਉਹ ਉਹਦੇ ਲਈ ਵਰਤਿਆ ਜਾਂਦਾ ਸੀ ਜਿਹੜਾ ਬੌਧਿਕ ਲੈਵਲ ਤੇ ਸਾਡੇ ਨਾਲੋਂ ਇੰਨਾ ਉੱਚਾ ਹੋ ਜਾਂਦਾ ਸੀ ਉਹ ਸਾਡੇ ਸਮਾਜ ਧਰਮ ਸਾਰੇ ਸਿਸਟਮ ਨੂੰ ਚਲਾਉਣ ਦੇ ਸਮਰੱਥ ਹੋ ਜਾਂਦਾ ਸੀ ਤੇ ਬਾਕੀ ਜਿਹਨਾਂ ਨੂੰ ਨਹੀਂ ਸੀ ਪਤਾ ਉਹਨਾਂ ਨੂੰ ਉਹਦੇ ਆਖੇ ਲੱਗਣਾ ਪੈਂਦਾ ਸੀ ਜਿਵੇਂ ਕਿ ਅੱਜ ਸਾਡੇ ਚਾਹੇ ਕਾਨੂੰਨ ਘਾੜੇ ਹੋਣ ਵੱਡੇ ਵੱਡੇ ਹੈ ਨਾ ਜੀ ਮੇਰੇ ਕਹਿਣ ਦਾ ਮਤਲਬ ਜੇ ਮਹਾਤਮਾ ਬੁੱਧ ਨੇ ਇਹ ਜਾਤ ਪਾਤ ਖਤਮ ਕਰ ਦਿੱਤੀ ਸੀ ਤਾਂ ਖਤਮ ਹੋ ਜਾਣੀ ਚਾਹੀਦੀ ਸੀ ਖਤਮ ਕਿਉਂ ਨਹੀਂ ਹੋਈ ਅੱਜ ਵੀ ਅਸੀਂ ਜਿਹੜੇ ਮਤਲਬ ਜਿਹੜੇ ਅਸੀਂ ਜਾਤ ਪਾਤ ਦੇ ਵਰਖਿਲਾਫ਼ ਢਡੋਰਾ ਪਿੱਟਣ ਵਾਲੇ ਅਸੀਂ ਇੱਕ ਪਾਸੇ ਇਹ ਵੀ ਦਾਅਵੇ ਕਰਦੇ ਹਾਂ ਵੀ ਮਹਾਤਮਾ ਬੁੱਧ ਦੇ ਅਸੀਂ ਪੈਰੋਕਾਰ ਹਾਂ ਤੇ ਫਿਰ ਜਾਤ ਪਾਤ ਕਿੱਥੋਂ ਲੈ ਕੇ ਖੜੇ ਹਾਂ ਫਿਰ ਰਿਜ਼ਰਵੇਸ਼ਨ ਦੇ ਵਿੱਚ ਅਸੀਂ ਸੀਟਾਂ ਵੀ ਮੰਗਦੇ ਹਾਂ ਕਿਤੇ ਨਾ ਕਿਤੇ ਸਾਡੇ ਅੰਦਰ ਵੀ ਜਾਂ ਤਾਂ ਅਸੀਂ ਇਹ ਖਤਮ ਨਹੀਂ ਕਰਨੀ ਚਾਹੁੰਦੇ ਤੇ ਜਾਂ ਅਸੀਂ ਇਹ ਸਵੀਕਾਰ ਨਹੀਂ ਕਰਨਾ ਚਾਹੁੰਦੇ ਵੀ ਇਹ ਗੱਲ ਬਿਲਕੁਲ ਗਲਤ ਆ ਵੀ ਜੇ ਕਿਸੇ ਮਤਲਬ ਚੰਡਾਲ ਦੇ ਘਰ ਪ੍ਰਹਲਾਦ ਵੀ ਪੈਦਾ ਹੋ ਸਕਦਾ ਔਰ ਕਿਸੇ ਵਧੀਆ ਬੰਦੇ ਦੇ ਘਰ ਵਧੀਆ ਪੁੱਤਰ ਵੀ ਪੈਦਾ ਹੋ ਸਕਦਾ ਤੇ ਮਾੜੇ ਵਧੀਆ ਬਾਪ ਦੇ ਘਰ ਮਾੜਾ ਪੁੱਤਰ ਵੀ ਪੈਦਾ ਹੋ ਸਕਦਾ ਮੇਰੇ ਕਹਿਣ ਦਾ ਮਤਲਬ ਬੌਧਿਕ ਲੈਵਲ ਦੇ ਉੱਤੇ ਗੁਰਬਾਣੀ ਨੂੰ ਜਦੋਂ ਅਸੀਂ ਗੌਰ ਨਾਲ ਖੋਜਦੇ ਸਾਰੇ ਧਰਮਾਂ ਨੂੰ ਉਹਦੇ ਵਿੱਚ ਦੇਖੋ ਆਪਾਂ ਸੰਤ ਨੂੰ ਮੰਨਦੇ ਹਾਂ ਅਸੀਂ ਬ੍ਰਹਮ ਗਿਆਨੀ ਨੂੰ ਮੰਨਦੇ ਹਾਂ ਅਸੀਂ ਸਾਧ ਨੂੰ ਮੰਨਦੇ ਹਾਂ ਅਸੀਂ ਸਿੱਖ ਇਹ ਜਿਹੜੀਆਂ ਵੱਖਰੀਆਂ ਵੱਖਰੀਆਂ ਵੱਡੀਆਂ ਹੈਗੀਆਂ ਆ ਇਹ ਰਹਿਣਗੀਆਂ ਮੇਰੇ ਕਹਿਣ ਦਾ ਮਤਲਬ ਕਰਨ ਜੀ ਇਹ ਆ ਵੀ ਬੌਧਿਕ ਲੈਵਲ ਤੇ ਮਨੁੱਖ ਨਾ ਕਦੇ ਇੱਕ ਹੋ ਸਕਿਆ ਤੇ ਇਹ ਅਸੰਭਵ ਰਹੇਗਾ ਤੇ ਨਾ ਸਾਨੂੰ ਸ਼ਾਇਦ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਦੇਖੋ ਇੱਕ ਹੀ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ ਉਸੇ ਸਕੂਲ ਦੇ ਵਿੱਚ ਇੱਕ ਡਾਕਟਰ ਅੰਬੇਦਕਰ ਵਰਗੇ ਜਿਹੜੇ ਗਰੀਬ ਪਰਿਵਾਰ ਦੇ ਵਿੱਚ ਇੱਕ ਛੋਟੀ ਜਾਤ ਜਿਹਨੂੰ ਆਪਾਂ ਮਤਲਬ ਕਹਿੰਦੇ ਹੈਗੇ ਜਦੋਂ ਅੱਖਰ ਦੇਣੇ ਪੈਂਦੇ ਉਹਨਾਂ ਨੂੰ ਉਹਦੇ ਵਿੱਚ ਪੈਦਾ ਹੋ ਕੇ ਇੱਕ ਐਸੇ ਲੈਵਲ ਤੇ ਪਹੁੰਚਦੇ ਆ ਇੱਕ ਬੱਚਾ ਬ੍ਰਾਹਮਣ ਦੇ ਘਰ ਪੈਦਾ ਹੋ ਕੇ ਉਹ ਚਪੜਾਸੀ ਦੀ ਨੌਕਰੀ ਵੀ ਨਹੀਂ ਕਰ ਸਕਦਾ ਸੋ ਇਹਦਾ ਮਤਲਬ ਇਹ ਆ ਸਰੀਰਕ ਲੈਵਲ ਦੇ ਉੱਤੇ ਜਿਹੜੀ ਵਰਲਡ ਵੰਡ ਆ ਇਹ ਬਿਲਕੁਲ ਨਹੀਂ ਹੋਣੀ ਚਾਹੀਦੀ ਇਹਨੂੰ ਬਿਲਕੁਲ
खत्म करना चाहिए, सानू सारे हमले मरने चाहिए आ, जात पात के नाम के उत्ते सानू किसी भी किसी के उत्ते कटाक्ष या किसी भी वंडियां पाउणियां जिहड़ियां सारियां गल्लां खत्म होनियां चाहीदियां। ते बौद्धिक लैवल के उत्ते जिहड़ा मनुख आ उह हमेशा ही देखो एक वधिया जिहदे कोल बहुत ज्यादा मतलब कोई एक वधिया एक्टर बन जांदा, एक कोई देश का बहुत वड्डा प्राइम मिनिस्टर बन जांदा, कोई बहुत वड्डा संत महात्मा बन जांदा, उह रहे आ मेरे हिसाब दे नाल करण जी उह रहणगे। और दूसरी गल जिहड़ी खास करके सानू चुभदी रहिंदी आ वी नाले असीं एक पासे असीं हमेशा ही रेडियो स्टेशनां ते सुणदे आ ਬਈ ਭਾਰਤ ਦੇ ਵਿੱਚ ਬਹੁਤ ਗਿਣਤੀ ਜਿਹੜੇ ਲੋਕ ਆ ਉਹਨਾਂ ਨੇ ਛੋਟੀ ਜਿਹੀ ਗਿਣਤੀ ਲੋਕਾਂ ਨੂੰ ਅਸੀਂ ਦਵਾਇਆ ਹੋਇਆ ਹੈ ਵੀ ਜਿਹੜੇ ਉੱਥੇ ਹਿੰਦੂ ਬਹੁਤ ਗਿਣਤੀ ਲੋਕ ਆ ਜੀ ਉਹਨਾਂ ਨੇ ਜਿਹੜੇ ਘੱਟ ਫਿਰਕੇ ਦੇ ਲੋਕ ਆ ਉਹਨਾਂ ਦੇ ਉੱਤੇ ਉਹਨਾਂ ਨੇ ਦਵਾਇਆ ਹੋਇਆ ਉਹਨਾਂ ਦੇ ਹੱਕ ਜਿਹੜੇ ਸੁਰੱਖਿਅਤ ਆ। ਮੈਂ ਕਿਸੇ ਨਾ ਕਿਸੇ ਹੱਦ ਤੱਕ ਸਹਿਮਤ ਵੀ ਹੋ ਸਕਦਾ ਪਰ ਕਈ ਵਾਰੀ ਇਹ ਗੱਲ ਵੀ ਸੁਣਨ ਨੂੰ ਮਿਲਦੀ ਆ ਵੀ ਉਹ ਸਿਰਫ 4% ਆ, ਜੇ ਉਹ ਸਿਰਫ 4% ਆ ਤਾਂ ਫਿਰ ਅਸੀਂ ਬਹੁਤ ਗਿਣਤੀ ਤਾਂ ਮਤਲਬ ਸਾਡੀ ਹੋ ਗਈ, ਫਿਰ ਤਾਂ ਉਹ ਘੱਟ ਗਿਣਤੀ 'ਚ ਹੋ ਗਏ, ਫਿਰ ਤਾਂ ਜਿਹੜੀ ਬਹੁਤ ਗਿਣਤੀ ਆ ਫਿਰ ਉਹ ਘੱਟ ਗਿਣਤੀਆਂ ਨੂੰ ਦਵਾਉਣਾ ਚਾਹੀਦੀ ਸੀ। ਨਾਲੇ ਅਸੀਂ ਕਹਿੰਦੇ ਉਹ ਬਹੁਤ ਗਿਣਤੀ ਆ, ਨਾਲੇ ਅਸੀਂ ਕਹਿੰਦੇ 4% ਆ, ਨਾਲੇ ਅਸੀਂ ਕਹਿੰਦੇ ਅਸੀਂ ਬੁੱਧ ਧਰਮ ਨੂੰ ਮੰਨਦੇ ਹਾਂ, ਨਾਲੇ ਅਸੀਂ ਕਹਿੰਦੇ ਫਿਰ ਜਾਤ ਪਾਤ ਦੇ ਆਧਾਰ ਤੇ ਸਾਨੂੰ ਉੱਥੇ ਰਿਜ਼ਰਵੇਸ਼ਨ ਵੀ ਚਾਹੀਦੀ ਆ। ਸੋ ਇਹ ਬਹੁਤ ਸਾਰੇ ਸਵਾਲ ਆ ਜਿਹੜੇ ਖੜੇ ਹੁੰਦੇ, ਤਾਂ ਹੀ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਕਿਹਾ ਸੀ ਵੀ ਇੱਕ ਬਹੁਤ ਲੰਬੀ ਚੌੜੀ ਬਹਿਸ ਦਾ ਅਤੇ ਖੋਜ ਦਾ ਮੁੱਦਾ ਹੈ ਜੀ। ਕਰਨ ਜੀ ਧੰਨਵਾਦ। ਮੈਂ ਹਾਂ ਮਨਮੋਹਨ ਵਾਰਸ, ਤੁਸੀਂ ਸੁਣ ਰਹੇ ਹੋ ਹੱਕ ਸੱਚ ਦੀ ਆਵਾਜ਼ ਸ਼ੇਰੇ ਪੰਜਾਬ। ਸਾਰਾ ਦਿਨ ਖੋ ਖੋ ਕਰਕੇ ਧੌਸਾ ਖੜਕਾਉਂਦੇ ਰਹਿੰਦੇ ਹੋ, ਘਰ ਦੀ ਸਫਾਈ ਦਾ ਵੀ ਮਾੜਾ ਮੋਟਾ ਧਿਆਨ ਕਰ ਲਿਆ ਕਰੋ, ਫਰਨਸ ਤੇ ਕਾਰਪੇਟ ਕਲੀਨਿੰਗ ਦਾ ਕਦੇ ਖਿਆਲ ਆਇਆ ਤੁਹਾਨੂੰ? ਜਿੰਨੀ ਦੇਰ ਤੱਕ ਖੰਘ ਨਾਲ ਛਾਤੀ ਜਾਮ ਨਹੀਂ ਨਾ ਹੁੰਦੀ, ਉਨੀ ਦੇਰ ਤੱਕ ਫਰਨਸ ਤੇ ਕਾਰਪੇਟ ਕਲੀਨਿੰਗ ਨਾ ਕਰਾਇਓ। ਪਰ ਕੁਝ ਕਰਨ ਵਾਲਾ ਮਿਲੇ ਤਾਂ ਕਰਾਵਾ। ਬੋਤਲਾਂ ਦੇ ਨਾਂ ਤਾਂ ਬੜੇ ਚੇਤੇ ਰਹਿੰਦੇ ਆ, ਅਮਰਜੀਤ ਔਜਲੇ ਨੂੰ ਭੁੱਲ ਗਏ ਹੋ? ਸੁਪਰ ਕਾਰਪੇਟ ਕਲੀਨਿੰਗ 04501-1920 604-501-1920 ਸੁਪਰ ਕਾਰਪੇਟ ਕਲੀਨਿੰਗ ਨੇ ਇੱਕ ਦਿਨ ਐਬਟਸਫੋਰਡ ਲਈ ਵੀ ਰੱਖਿਆ ਹੈ। ਮੈਂ ਤਾਂ ਪਹਿਲਾਂ ਹੀ ਪੱਕਾ ਕਰਨ ਵਿੱਚ ਮਸਰੂਫ ਹਾਂ ਕਿ ਮੇਰਾ ਕਾਰੋਬਾਰ ਠੀਕ ਠਾਕ ਚੱਲਦਾ ਰਹੇ। ਇਹ ਬੜੀ ਚੰਗੀ ਗੱਲ ਹੈ ਕਿ ਵੈਨਸਿਟੀ ਨਾਲ ਬਿਜ਼ਨਸ ਬੈਂਕਿੰਗ ਕਰਨੀ ਬੜੀ ਸੌਖੀ ਹੈ। ਮੈਂ ਆਨਲਾਈਨ ਜਾਂ ਇਹਨਾਂ ਦੀ ਮੋਬਾਈਲ ਐਪ ਰਾਹੀਂ ਆਪਣੀ ਬੈਂਕਿੰਗ ਕਰ ਸਕਦਾ। ਨਾਲ ਹੀ ਇਹਨਾਂ ਕੋਲ ਅਜਿਹੇ ਖਾਤੇ ਹਨ ਜਿਨ੍ਹਾਂ ਨਾਲ ਪੈਸਿਆਂ ਦੀ ਆਈ ਚਲਾਈ ਦਾ ਪ੍ਰਬੰਧ ਬੜਾ ਸੌਖਾ ਰਹਿੰਦਾ ਹੈ, ਜਿਹਦਾ ਮਤਲਬ ਇਹ ਹੈ ਕਿ ਮੈਂ ਹੋਰ ਜ਼ਿਆਦਾ ਜ਼ਰੂਰੀ ਕੰਮਾਂ ਵੱਲ ਧਿਆਨ ਦੇ ਸਕਦਾ, ਜਿਵੇਂ ਕਿ ਅੱਜ ਦੇ ਆਰਡਰ ਭੁਗਤਾਉਣੇ। ਸਹੀ ਖਾਤਿਆਂ ਨਾਲ ਆਪਣੇ ਸਮਾਲ ਬਿਜ਼ਨਸ ਨੂੰ ਅੱਗੇ ਵਧਾਓ, ਜਿਵੇਂ ਕਿ ਵੈਨਸਿਟੀ ਦਾ ਬਿਜ਼ਨਸ ਜੰਪ ਸਟਾਰਟ ਹਾਈ ਇੰਟਰਸਟ ਸੇਵਿੰਗਸ ਅਕਾਊਂਟ। ਵੈਨਸਿਟੀ ਮੇਕ ਗੁੱਡ ਮਨੀ। ਸ਼ਰਤਾਂ ਲਾਗੂ ਹਨ। ਵੇਰਵੇ ਲਈ vancity.com/smallbusiness ਤੇ ਜਾਓ। ਸਤਿ ਸ਼੍ਰੀ ਅਕਾਲ ਭਾਈ। ਮਾਇਆ ਚਾਚੀ ਚਿੰਤੀ, ਪਿਛਲੇ ਹਫਤੇ ਆਪਣੀ ਕੁੜੀ ਨੂੰ ਮੈਂ ਇੰਡੀਆ ਸਮਾਨ ਭੇਜਿਆ। ਭੈਣ ਮੇਰੀ ਅਮਰੀਕਾ ਰਹਿੰਦੀ ਆ, ਉਹਨੂੰ ਮੈਂ ਕਈ ਵਾਰੀ ਕੁਛ ਨਾ ਕੁਛ ਭੇਜਦੀ ਰਹਿੰਦੀ ਆ। ਮੁੰਡੇ ਮੇਰੇ ਨੇ ਆਪਣੇ ਸਾਲੇ ਨੂੰ ਸਪਾਂਸਰ ਕੀਤਾ ਆ, ਉਹਦੇ ਕਈ ਤਰ੍ਹਾਂ ਦੇ ਭਾਈ ਕਾਗਜ਼ ਪੱਤਰ ਜਿਹੜੇ ਉਹ ਇੰਡੀਆ ਭੇਜਣੇ ਹੁੰਦੇ ਆ। ਮੈਂ ਤੁਹਾਨੂੰ ਕਿਉਂ ਦੱਸਦੀ ਆ? ਲੋ ਕਰ ਲੋ ਗੱਲ, ਮੈਂ ਤੁਹਾਨੂੰ ਪੈਕੇਜਿੰਗ ਤੇ ਸ਼ਿਪਿੰਗ ਡਿਪੋ ਵਾਲਿਆਂ ਦਾ ਨਾਂ ਦੱਸਣ ਆਈ ਆ। ਕੁੜੀ ਇਹਨਾਂ ਨੂੰ ਅੰਗਰੇਜ਼ੀ ਚ ਸਮਝਾ। USA ਵਿੱਚ £25 ਤੱਕ ਕੋਈ ਵੀ ਪੈਕੇਜ, $49.99 ਵਿੱਚ, ਅਤੇ ਇੰਡੀਆ ਵਿੱਚ ਕਿਸੇ ਵੀ ਤਰ੍ਹਾਂ ਦੇ ਇਮੀਗ੍ਰੇਸ਼ਨ ਪੇਪਰਸ ਐਂਡ ਡਾਕੂਮੈਂਟਸ ਐਕਸਪ੍ਰੈਸ ਸਰਵਿਸ ਰਾਹੀਂ $47.99 ਵਿੱਚ ਪਹੁੰਚਾਓ। ਪੈਕੇਜਿੰਗ ਐਂਡ ਸ਼ਿਪਿੰਗ ਡਿਪੋ। ਵਧੇਰੇ ਜਾਣਕਾਰੀ ਲਈ ਫੋਨ ਕਰੋ ਬਰਨਬੀ ਵਿੱਚ 604-451-1206, ਐਬਸਫੋਰਡ ਵਿੱਚ 604-746-2222 ਅਤੇ ਸਰੀ ਵਿੱਚ 604-592-7378। ਸਾਡੀ ਤੁਹਾਡੀ ਮੁਲਾਕਾਤ ਹੋਈ। ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ, ਔਰ ਸਾਡੇ ਪ੍ਰੋਗਰਾਮ ਸਪੋਂਸਰ ਕਰ ਰਹੇ ਨੇ ਜੀ ਫੈਮਿਲੀ ਕੇਅਰ ਫਾਰਮੇਸੀ, ਜਿਹਨਾਂ ਦੀ 3 ਲੋਕੇਸ਼ਨਸ ਨੇ, 128 ਅਤੇ 96, ਦੂਸਰੀ 206 ਅਤੇ ਫਰੇਜ਼ਰ ਹਾਈਵੇ ਤੇ ਲੈਂਗਲੀ ਦੇ ਵਿੱਚ ਆਈਡੀਆ ਫਾਰਮੇਸੀ, ਤੀਸਰੀ ਡੈਲਟਾ ਦੇ ਵਿੱਚ 8925-120 ਸਟ੍ਰੀਟ, ਹੋਮੋਪੈਥਿਕ ਅਤੇ ਹਰਬੋ ਮੈਡੀਕੇਸ਼ਨ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ। ਫੋਨ ਨੰਬਰ ਜੀ 604-581-1900, ਦੂਸਰਾ ਨੰਬਰ 604-599-0211। ਸੱਤੇ ਦਿਨ ਤੁਹਾਡੀ ਖਿਦਮਤ ਦੇ ਵਿੱਚ ਤਿੰਨੇ ਹੀ ਫਾਰਮੇਸੀ ਖੁੱਲੀਆਂ ਰਹਿੰਦੀਆਂ ਨੇ। ਤੁਸੀਂ ਇੱਥੋਂ ਬੱਚਿਆਂ ਦੇ ਲਈ ਟੀਥਿੰਗ ਟੈਬਲੇਟਸ ਵੀ ਲੈ ਕੇ ਜਾ ਸਕਦੇ ਹੋ, ਦਿਲ ਦੇ ਮਰੀਜ਼ਾਂ ਵਾਸਤੇ ਸਟ੍ਰੋਪਸ, ਹਾਰਟ ਡ੍ਰੌਪਸ, ਕੰਪਰੈਸ਼ਨ ਸਟਾਕਿੰਗਸ ਫਾਰ ਵਰਕਲ ਵੇਨਸ, ਮਰਦਾਂ ਅਤੇ ਔਰਤਾਂ ਦੇ ਲਈ। ਇਸੇ ਤਰ੍ਹਾਂ ਫ੍ਰੀ ਹੋਮ ਡਿਲੀਵਰੀ ਬਾਈ ਫਾਰਮਾਸਿਸਟ, ਬਲਿਸਟਰ ਪੈਕ ਬਿਲਕੁਲ ਮੁਫਤ ਹੈ, ਕ੍ਰੈਚਸ, ਵੀਲਚੇਅਰਸ, ਵਾਕਰਸ ਅਤੇ ਆਕਸੀਜਨ ਮਸ਼ੀਨ ਤੁਸੀਂ ਖਰੀਦ ਵੀ ਸਕਦੇ ਹੋ, ਰੈਂਟ ਵੀ ਕਰ ਸਕਦੇ ਹੋ। ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰੋ, ਫੈਮਿਲੀ ਕੇਅਰ ਫਾਰਮੇਸੀ, ਤੁਹਾਡੀ ਆਪਣੀ ਫਾਰਮੇਸੀ, 604-581-1900, 604-599-0211। ਹਾਂਜੀ, ਲਾਈਨ 4 ਜੀ। ਇੰਦਰਜੀਤ ਜੀ, ਤੁਸੀਂ ਬਸ ਇਸੇ ਤਰ੍ਹਾਂ ਬੋਲਦੇ ਰਹਿਣਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਜਿਹੜੀ ਤੁਸੀਂ ਗੱਲ ਪੁੱਛਣਾ ਪੁੱਛਣ ਜੀ, ਪਿੰਡ ਕਿਹੜਾ, ਏਰੀਆ ਕਿਹੜਾ ਆ, ਮੈਨੂੰ ਵੀ ਲੋਕੀ ਪੁੱਛਦੇ ਆ, ਪਹਿਲਾਂ ਨੀ ਕਦੇ ਪੁੱਛਣ, ਪਰ ਬਾਅਦ ਵਿੱਚ ਪੁੱਛਦੇ, ਇਹਦਾ ਫਾਇਦਾ ਬਹੁਤ ਹੁੰਦਾ ਵੀ। ਅੱਛਾ ਜੀ। ਕਈ ਵਾਰ ਉਹ ਬੰਦਾ ਤੁਹਾਡੇ ਨੇੜੇ ਦਾ ਨਿਕਲ ਜਾਂਦਾ, ਕੋਈ ਰਿਸ਼ਤੇਦਾਰਾਂ ਵਿੱਚੋਂ ਨਿਕਲ ਜਾਂਦਾ, ਇਹਦਾ ਬਹੁਤ ਕੁਝ ਕਿਸੋ ਜਾਤ ਬਾਰੇ ਤੇ ਮੇਰੇ ਖਿਆਲ ਦੇ ਵਿੱਚ ਕੋਈ ਨਫ਼ਰ ਤਾਂ ਨੀ ਪੁੱਛਦੇ, ਵੈਸੇ ਹੀ ਉਹ ਪੁੱਛਦੇ ਆ। ਜਦੋਂ ਤੁਸੀਂ ਕਿਸੇ ਨੂੰ ਪੁੱਛੋਗੇ, ਆਪਾਂ ਨੂੰ ਪਤਾ ਲੱਗਦਾ ਕਿਹੜੇ ਏਰੀਏ ਦਾ, ਕੋਈ ਨਾ ਕੋਈ ਜਾਣ ਪਛਾਣ ਲੱਗ ਕੇ ਨਿਕਲ ਜਾਂਦੀ ਆ, ਉੱਥੇ ਹੈਗਾ ਦਾਦਾ ਹੈ ਇੱਦਾਂ ਹੀ ਆ। ਇੱਕ ਵਾਰ ਮੈਂ ਕਿਤੇ ਰਹਿੰਦਾ ਸੀ, ਕੱਲੇ ਕੇ ਛੜੀ ਸੀ, ਉਹਨਾਂ ਮੈਨੇ ਆਇਓ, ਉੱਥੇ ਇੱਕ ਬੰਦਾ ਮੈਨੂੰ ਰਹਿਣ ਲੱਗ ਪਿਆ,
ਗੱਲਾਂ ਕੋਈ ਨੀ ਕੀਤੀ ਕੰਮ ਕੋਲ ਜਾਣਾ ਆ ਗਿਆ ਪੈ ਗਿਆ ਬਹਿ ਗਿਆ ਇੱਕ ਦਿਨ ਉਹ ਕਹਿੰਦਾ ਮੈਨੂੰ ਬਹੁਤ ਪੁੱਛਿਆ ਮੇਰਾ ਪਿੰਡ ਕਿਹੜਾ ਮੈਂ ਕਿਹਾ ਮੈਂ ਤੇਰਾ ਕਿਹੜਾ ਕਹਿੰਦਾ ਫਲਾਨਾ ਆ ਮੈਂ ਉਹਨੂੰ ਕਿਹਾ ਫਲਾਨੇ ਬੰਦੇ ਨੂੰ ਜਾਣਦਾ ਆ ਉਹ ਕਹਿੰਦਾ ਜੇ ਸਰਪੰਚ ਆ ਮੈਂ ਕਿਹਾ ਹਾਂ ਉਹਨੂੰ ਦੱਸਿਆ ਮੈਂ ਕਿੱਦਾਂ ਦੂਰੋਂ ਸੜੀ ਹੁੰਦਾ ਇੱਥੇ ਤੁਸੀਂ ਖਾ ਸਕਦੇ ਨਹੀਂ ਉਹ ਬੰਦੇ ਵੀ ਇੰਨੇ ਤੇ ਇੰਨੀ ਮਦਦ ਕੀ ਬਹੁਤ ਜ਼ਿਆਦਾ ਬਾਕੀ ਜਿਹੜੀ ਗੱਲ ਹੈਗੀ ਲੋਕੀ ਕਹਿੰਦੇ ਆ ਵੀ ਸਾਡੇ ਨਾਲ ਨਫ਼ਰਤ ਹੁੰਦੀ ਜਾਂ ਇਹ ਹੁੰਦਾ ਜਾਂ ਉਹ ਹੁੰਦਾ ਤੁਸੀਂ ਕਿਸੇ ਵੀ ਜਾਤ ਨੂੰ ਪੁੱਛ ਕੇ ਦੇਖ ਲਓ ਵੀ ਸਾਡੇ ਨਾਲ ਰਲਣ ਨੂੰ ਤਿਆਰ ਆ ਉਹ ਕਹਿੰਦਾ ਨਹੀਂ ਤੁਸੀਂ ਸਾਡੇ ਨਾਲ ਰਲੋ ਦੱਸੋ ਮੈਨੂੰ ਦੱਸੋ ਇਹ ਮੈਨੂੰ ਸਮਝ ਨਹੀਂ ਲੱਗਦੀ ਤੁਸੀਂ ਸਾਡੇ ਨਾਲ ਨਹੀਂ ਰਲਣਾ ਅਸੀਂ ਤੁਹਾਡੇ ਨਾਲ ਮਤਲਬ ਵਾਲੀ ਕਾਹ ਧਿਆਨ ਕੇ ਰਲੀਏ ਜਦੋਂ ਮਰਜ਼ੀ ਕਿਤੇ ਟੈਸ਼ੋ ਕਰਕੇ ਕਹਿ ਲਓ ਵੀ ਤੁਸੀਂ ਸਾਡੀ ਜੇ ਉਹ ਕਹਿੰਦਾ ਸਾਨੂੰ ਮਾੜਾ ਸਮਝਦੇ ਚੰਗਾ ਸਮਝਦੇ ਉਹਨੂੰ ਸਾਡੇ ਨਾਲ ਰਲੋਗੇ ਉਹ ਕਹਿਣਗੇ ਬਿਲਕੁਲ ਨਹੀਂ ਰਲਾਂਗੇ ਅਸੀਂ ਲੋਕਾਂ ਨੂੰ ਦੂਜੇ ਨੂੰ ਬਦਨਾਮ ਕਰਨ ਲਈ ਕਰਿਆ ਗੱਲਾਂ ਕਰਦੇ ਹਾਂ ਰੇਡੀਓ ਤੇ ਵੀ ਘਰਾਂ ਚ ਵੀ ਦਫ਼ਤਰ ਚ ਵੀ ਜਾ ਕੇ ਬਦਨਾਮ ਕਰਦੇ ਹਾਂ ਵੀ ਇਹਨਾਂ ਲੋਕਾਂ ਨੂੰ ਬਦਨਾਮ ਕਰੋ ਹੁਣ ਦੇਖੋ ਇੱਕ ਮਿੰਟ ਤੁਹਾਨੂੰ ਗੱਲ ਹੋਰ ਕਰਨ ਲੱਗਾ ਜੇ 4% ਵਾਲੇ 80% ਅਫਸਰ ਆ ਪਤਾ ਕਿਉਂ ਆ ਇਹ ਪੈਸੇ ਵਾਲੇ ਲੋਕੀ ਸੀ ਇਹਨਾਂ ਨਿਆਣੇ ਨੂੰ ਚੰਗੀ ਤਰ੍ਹਾਂ ਪੜ੍ਹਾਈਆਂ ਕਰਾਈਆਂ ਇਹ ਲੈ ਗਏ ਜੋਬਾਂ ਸਾਡੂ ਅਸੀਂ ਜਿਹੜੇ ਜੱਟ ਸੀ ਜਾਂ ਹੋਰ ਸੀਗੇ ਇਹ ਖੇਤਾਂ ਲਈ ਲੱਗੇ ਰਹਿ ਗਏ ਮਾੜੀ ਮੋਟੀ ਮਜ਼ਦੂਰੀ ਕਰਦੇ ਨਿਆਣਿਆਂ ਤੇ ਧਿਆਨ ਕੀਤਾ ਜਿਹਨਾਂ ਨੇ ਆਪਣੇ ਨਿਆਣੇ ਨੂੰ ਪੜ੍ਹਾਇਆ ਲਿਖਾਇਆ ਉਹਦੇ ਉੱਪਰ ਜਾਣਾ ਹੀ ਸੀਗਾ ਹੁਣ ਦੇਖੋ ਬੀਬੀ ਸਿੰਘ ਵੀ ਜੱਟ ਸੀਗਾ ਪਰ ਉਹਦੀ ਸਮਾਜ ਦਾ ਨਾਲ ਹੀ ਬਣਾਤੀ ਆ ਉਹਦੇ ਉੱਪਰ ਪੜਕੀ ਚੰਦ ਨਹੀਂ ਬਣਾਈ ਇਹ ਕਿੱਦਾਂ ਹੋ ਗਿਆ ਬੀਬੀ ਸਿੰਘ ਵੀ ਜੱਟ ਸੀਗਾ ਯੂਪੀ ਦਾ ਇਹਦਾ ਕਾਨਪੁਰ ਵੱਡਾ ਜਿਹੜਾ ਸੀਗਾ ਆਪਣਾ ਫਤਿਹਪੁਰ ਕਾਨਪੁਰ ਦੇ ਲਾਗੇ ਪੈਂਦਾ 200 ਮੀਲ ਤੇ ਇਹ ਜਿਹੜੀਆਂ ਗੱਲਾਂ ਆ ਸਾਡੀਆਂ ਝੂਠੀਆਂ ਝਾਟੀਆਂ ਬਣਾਈਆਂ ਚਰਨ ਸਿੰਘ ਨੂੰ ਬਿਲਕੁਲ ਕਿਸੇ ਨੇ ਬਾਹਰ ਨਹੀਂ ਕੱਢਿਆ ਹੈਗਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਹਾਂਜੀ ਲਾਈਨ 5 ਜੀ ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਮੈਂ ਕਹਿੰਦਾ ਜਿਹੜਾ ਮਨੁੱਖ ਆ ਉਹ ਪਰਮਾਤਮਾ ਦੀ ਕ੍ਰੀਏਸ਼ਨ ਹੈਗੀ ਆ ਬਾਕੀ ਜਿਹੜੀਆਂ ਜਾਤ ਪਾਤ ਆ ਸੋਸ਼ਲ ਸਿਸਟਮ ਹੈ ਜਾਂ ਫਿਰ ਡੈਮੋਕ੍ਰੇਸੀ ਹੈ ਕਮਿਊਨਿਜ਼ਮ ਹੈ ਕੁਛ ਵੀ ਇਹ ਮਨੁੱਖ ਦੇ ਬਣਾਏ ਹੋਏ ਆ ਰਾਈਟ ਇਟ ਕੈਨ ਨਾਟ ਬੀ ਪਰਫੈਕਟ ਕੋਈ ਵੀ ਯੂਨੀਵਰਸਲ ਨਹੀਂ ਹੈਗੀ ਚੀਜ਼ ਹੁਣ ਜਿਹੜਾ ਆਪਣੇ ਮਨੁਵਾਦ ਵੀ ਹੈਗਾ ਉਹਨਾਂ ਦਾ ਕੋਈ ਮੀਨਿੰਗ ਸੀਗਾ ਉਦੋਂ ਉਹਦੀ ਲੋੜ ਸੀ ਜੋ ਉਹਨੂੰ ਆਪਾਂ ਏਦਾਂ ਨਹੀਂ ਕਹਿ ਸਕਦੇ ਵੀ ਉਹ ਵੀ ਉਹ ਜਿਹੜੇ ਆਪਣੇ ਆਪਾਂ ਛੋਟੇ ਜਿਹੇ ਤਾਂ ਕਹਿ ਦਿੰਦੇ ਦੇ ਵਾਜ਼ ਆਫ ਨੇਟਿਵ ਪੀਪਲ ਉਹ ਨੇਟਿਵ ਸੀਗੇ ਉਹ ਜਿਹੜੇ ਦੂਸਰੇ ਸੀ ਜਿਹੜੀਆਂ ਆਪਣੇ ਆਪ ਨੂੰ ਉੱਚੀਆਂ ਜਾਤੀਆਂ ਸਮਝੇ ਉਹ ਸੀਗੇ ਜਿਹੜੇ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਮਾਈਗ੍ਰੇਟ ਹੋ ਕੇ ਆਏ ਸੀ ਹੁਣ ਜਿਹੜੇ ਨੇਟਿਵ ਲੋਕ ਆ ਉਹ ਨਹੀਂ ਤੁਹਾਨੂੰ ਤੁਹਾਡੇ ਪੈਰ ਲੱਗਣ ਦਿੰਦੇ ਜਿੰਨਾ ਚਿਰ ਜ਼ਿਆਦਾ ਤੁਸੀਂ ਉਹਨਾਂ ਨੂੰ ਗੁਲਾਮ ਬਣਾਓ ਤੇ ਜਾਂ ਤੁਸੀਂ ਵੀ ਉਹਨਾਂ ਦੇ ਗੁਲਾਮ ਬਣੋ ਰਹੇ ਵੀ ਹੁਣ ਹੁਣ ਉਹ ਜਿਹੜੇ ਨੇਟਿਵ ਸੀਗੇ ਨੇਟਿਵ ਦੇ ਆਲ ਓਵਰ ਦਾ ਵਰਲਡ ਵੀ ਹੁਣ ਜਿਹੜੇ ਦੂਸਰੇ ਜਿਹੜੇ ਕਮਿਊਨਿਟੀ ਹੈਗਾ ਉਹਨਾਂ ਨੇ ਵੀ ਐਕਸਪੈਂਡ ਹੋਣਾ ਰਹੇ ਠੀਕ ਹੈ ਜੀ ਵੀ ਉਹ ਆਏ ਨਹੀਂ ਕਹਿ ਸਕਦੇ ਵੀ ਅਸੀਂ ਇੱਥੇ ਹੁਣ ਬੈਠੇ ਹੁਣ ਤੁਸੀਂ ਵੀ ਉਹਨਾਂ ਨੂੰ ਫਿਰ ਜਿਹੜੇ ਉਹ ਨੇਟਿਵ ਲੋਕ ਸੀਗੇ ਦੇ ਵਾਸ ਕਲੋਜ਼ ਟੂ ਦਾ ਨੇਚਰ ਉਹ ਬਹੁਤੇ ਪ੍ਰੋਗਰੈਸਿਵ ਲੋਕ ਨਹੀਂ ਸੀਗੇ ਦੇ ਵਾਸ ਸਿੰਪਲ ਲਾਈਫ ਜਿਵੇਂ ਆਪਾਂ ਨੇਟਿਵ ਹੁਣ ਇੱਥੇ ਵੀ ਹੈਗੇ ਚਾਹੇ ਜਿੰਨਾ ਮਰਜ਼ੀ ਰਿਚ ਕੰਟਰੀ ਹੋ ਜਾਏ Listening to Shay Ray Punjab on 1550 AM KRPI Ferndale. ਜੀ ਵਕਤ ਹੋ ਗਿਆ ਖਬਰਾਂ ਮੈਂ ਕਿਹਾ ਆਪਣੇ ਆਪ ਲੱਗ ਜਾਣੀਆਂ ਨੇ ਸੋ ਮੈਂ ਸੌਰੀ ਹਾਂ ਤੁਹਾਨੂੰ ਕੱਟਿਆ ਨਹੀਂ ਮੈਂ ਲੇਕਿਨ ਮੇਰੇ ਖਬਰਾਂ ਆ ਗਈਆਂ ਜੀ ਥੈਂਕ ਯੂ ਓਕੇ ਬਈ ਸਤਿ ਸ਼੍ਰੀ ਅਕਾਲ AM KRPI Ferndale. The views expressed on Shay Ray Punjab are not necessarily those of the staff, management or ownership of this station. ਪੇਸ਼ ਹਨ ਖਬਰਾਂ ਖਬਰਾਂ ਦੇ ਸਪਾਂਸਰ ਫਰੂਟੀ ਕਹਿਣਾ ਤਾਜ਼ਾ ਸਬਜ਼ੀਆਂ ਸਾਫ਼ ਸੁਥਰੀ ਗਰੋਸਰੀ ਅਤੇ ਘਰ ਵਿੱਚ ਲੋੜੀਂਦੇ ਹਰ ਤਰ੍ਹਾਂ ਦੇ ਸਮਾਨ ਲਈ ਲੋਅਰ ਮੇਨਲੈਂਡ ਵਿੱਚ ਇਹਨਾਂ ਦੀਆਂ 17 ਲੋਕੇਸ਼ਨਸ ਤੁਹਾਡੀ ਸੇਵਾ ਲਈ ਹਾਜ਼ਰ ਹਨ ਪਿਛਲੇ 12 ਤੋਂ ਵੀ ਵੱਧ ਸਾਲਾਂ ਤੋਂ ਭਾਈਚਾਰੇ ਦੀ ਸੇਵਾ ਕਰਦਾ ਆ ਰਿਹਾ ਜਾਣਿਆ ਪਛਾਣਿਆ ਸਟੋਰ ਫਰੂਟੀ ਕਹਿਣਾ ਖਬਰਾਂ ਦੇ ਇਸ ਤਾਜ਼ਾ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਹੁਣ ਤੁਸੀਂ ਨਿੰਮੀ ਡੋਲਾ ਤੋਂ ਖਬਰਾਂ ਸੁਣੋ ਬੀਸੀ ਹੈਲਥ ਮਿਨਿਸਟਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੈਡੀਕਲ ਰਿਕਾਰਡਸ ਦੀ ਗੋਪਨੀਯਤਾ ਭੰਗ ਕਰਨ ਦੇ ਮਾਮਲੇ ਵਿੱਚ ਇੱਕ ਹੋਰ ਵਿਅਕਤੀ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ ਇਸ ਕੇਸ ਵਿੱਚ ਬਰਖਾਸਤ ਕੀਤੇ ਜਾਣ ਵਾਲਾ ਇਹ 6ਵਾਂ ਵਿਅਕਤੀ ਹੈ ਹਾਲਾਂਕਿ ਇੱਕ ਹੋਰ ਵਿਅਕਤੀ ਨੂੰ ਇਸੇ ਹੀ ਮਾਮਲੇ ਵਿੱਚ ਸਸਪੈਂਡ ਕੀਤਾ ਜਾ ਚੁੱਕਾ ਹੈ ਦੱਸਣਯੋਗ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਹੈਲਥ ਰਿਸਰਚ ਨਾਲ ਜੁੜਿਆ ਹੋਇਆ ਮੈਡੀਕਲ ਡਾਟਾ ਗਲਤ ਤਰੀਕੇ ਨਾਲ ਇਸਤੇਮਾਲ ਕੀਤੇ ਜਾਣ ਕਾਰਨ ਇਹ ਸਾਰੀ ਕਾਰਵਾਈ ਕੀਤੀ ਗਈ ਸੀ ਵੈਨਕੂਵਰ ਦੇ ਨਿਵਾਸੀ ਹੁਣ ਸ਼ਹਿਰ ਵਿੱਚ ਲੀਆਂ ਸਭ ਤੋਂ ਪਸੰਦੀਦਾ ਥਾਵਾਂ ਮੁਫਤ ਵੇਖ ਸਕਣਗੇ ਮੇਅਰ ਗ੍ਰੈਗਰ ਰਾਬਰਟਸਨ ਨੇ ਅੱਜ ਐਲਾਨ ਕੀਤਾ ਕਿ ਵੈਨਕੂਵਰ ਇੰਸਪੀਰੇਸ਼ਨ ਪਾਸ ਇੱਕ ਅਜਿਹਾ ਪ੍ਰੋਗਰਾਮ ਹੈ
जिस नाल आर्थिक तौर ते कमजोर परिवार इस मुफ्त सेवा दा फायदा उठा सकनगे। उन्हां दस्या कि 1 नवंबर तो कोई भी 14 साल तो वध उम्र दा व्यक्ति अपने लाइब्रेरी कार्ड राही 2 हफ्तियां लई किसी भी वैनकूवर पब्लिक लाइब्रेरी तो ए पास हासिल कर सकेगा। नदरन गेटवे पाइपलाइन अते किंडर मॉर्गन प्रोजेक्ट खिलाफ बीसी विच अज कई थावां ते रैलियां दा आयोजन कीता गया। इन्हां रैलियां विच सूबाई नेतावां नूं निशाना बनाया गया। इस संबंध विच अज पॉइंट ग्रे विच प्रीमियर क्रिस्टी क्लार्क दे दफ्तर दे सामने अते दूजे पासे एनडीपी प्रधान एड्रियन डिक्स दे दफ्तर दे सामने भी लोकां ने रोस विखावा कीता। पाइपलाइन प्रोजेक्ट्स दे विरोधी पहला सोमवार नूं विक्टोरिया विच बीसी लेजिस्लेचर दे सामने एकत्र हो के अपना पक्ष रख चुके हन अते उन्हां वल्लों अज 66 तों वी वध कम्युनिटीज नूं दुपहर वेले अजिहे प्रदर्शन करन लई प्रेरिया गया सी। साल 2000 विच नवे साल वाले दिन लॉस एंजलस हवाई अड्डे नूं बंब नाल उड़ा देण दी असफल कोशिश करन वाले अल्जीरियन अतवादी नूं अज नवी सजा सुनाई गई है। US कोर्ट आफ जस्टिस वल्लों अपील कीते जाण ते उस दी मौजूदा 34 साल जेल दी सजा नूं वधा के 37 साल कर दिता गया है। दसणयोग है कि अहमद रेसम नूं मिलेनियम बंब प्लॉट राही हवाई अड्डे नूं उड़ाउण दी कोशिश करन दा दोषी पाया गया सी। पुलिस ने उस दी विस्फोटकां नाल भरी कार बरामद कीती सी। एवलेंट सीजन उम्मीद नालों पहला ही बीसी विच अपने पैर धर चुका है। बीसी कोरोनर सर्विस अनुसार अलास्का दे बॉर्डर नेड़े स्टुअर्ट नेड़े आए एक एवलेंच विच एक माइनर दी मौत हो गई है। बर्फ खिसकण दी इस घटना विच एक व्यक्ति बाल बाल बचिया। इस खबर दा होर वेरवा आउणा अजे बाकी है। दसणयोग है कि पिछले साल एवलेंचस कारण 9 व्यक्तियां दी मौत हो गई सी। एक बीसी फेरी नूं अग लगण दी खबर मिली है। क्वीन आफ न्यू वेस्टमिंस्टर नूं कल इंजन विच अग लगण दी एक छोटी घटना कारण हटा लिया गया सी, पर हुण स्थिति काबू हेठ दसी जा रही है अते ए फेरी मुड़ सेवा लई चालू है। ए फेरी अज सवेरे 5:15 बजे ड्यूक पॉइंट लई अपनी सेलिंग लई रवाना होई। कल दी इस घटना विच किसी दे भी जख्मी होण दी कोई खबर नहीं है। साल 2000 विच नवे साल वाले दिन लॉस एंजलस हवाई अड्डे नूं बंब नाल उड़ा देण दी असफल कोशिश करन वाले एक अल्जीरियन अतवादी नूं अज नवी सजा सुनाई जानी है। अहमद रेसम नूं मिलेनियम बंब प्लॉट राही हवाई अड्डे नूं उड़ाउण दी कोशिश करन दा दोषी पाया गया सी। पुलिस ने उस दी विस्फोटकां नाल भरी कार बरामद कीती सी। इस तों पहला अमेरिकन कोर्ट आफ अपील 2 बार अहमद दी सजा दी सुनवाई रद्द कर चुकी है। US कोर्ट आफ जस्टिस वल्लों अपील कीती गई है कि उस दी मौजूदा 34 साल दी जेल दी सजा नूं उम्र कैद विच तब्दील कीता जावे। ਓਨਟਾਰੀਓ ਮੈਡੀਕਲ ਐਸੋਸੀਏਸ਼ਨ ਨੇ ਜੰਕ ਫੂਡ ਅਤੇ ਸਿਹਤ ਨੂੰ ਖਰਾਬ ਕਰਨ ਵਾਲੇ ਹੋਰ ਖਾਦ ਪਦਾਰਥਾਂ ਉੱਤੇ ਵਾਧੂ ਟੈਕਸ ਲਾਉਣ ਦੀ ਸਿਫਾਰਿਸ਼ ਕੀਤੀ ਹੈ ਤਾਂ ਜੋ ਮੋਟਾਪੇ ਅਤੇ ਡਾਇਬੀਟੀਜ਼ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਪਰ ਬੀਸੀ ਦੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਅਜਿਹਾ ਕੋਈ ਕਾਨੂੰਨ ਬੀਸੀ ਵਿੱਚ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬੀਸੀ ਵਿਚਲੇ ਡਾਕਟਰ ਵੀ ਚਾਹੁੰਦੇ ਹਨ ਕਿ ਇਸ ਤਰ੍ਹਾਂ ਕਰਨ ਦੀ ਬਜਾਏ ਲੋਕਾਂ ਨੂੰ ਸਿਹਤਮੰਦ ਚੋਣ ਕਰਨ ਲਈ ਜਾਗਰੂਕ ਕਰਨਾ ਜ਼ਿਆਦਾ ਜ਼ਰੂਰੀ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਲੋਕ 191 ਭਾਸ਼ਾਵਾਂ ਬੋਲਦੇ ਹਨ ਅਤੇ ਹਰ 5 ਵਿੱਚੋਂ ਇੱਕ ਵਿਅਕਤੀ ਅੰਗਰੇਜ਼ੀ ਜਾਂ ਫ੍ਰੈਂਚ ਤੋਂ ਇਲਾਵਾ ਕੋਈ ਹੋਰ ਭਾਸ਼ਾ ਦਾ ਪ੍ਰਯੋਗ ਕਰਦਾ ਹੈ। ਮੈਟਰੋ ਵੈਨਕੂਵਰ ਵਿੱਚ ਰਹਿੰਦੇ 41.5% ਲੋਕਾਂ ਅਨੁਸਾਰ ਉਨ੍ਹਾਂ ਦੀ ਮਾਤ ਭਾਸ਼ਾ ਅੰਗਰੇਜ਼ੀ ਜਾਂ ਫ੍ਰੈਂਚ ਨਹੀਂ ਹੈ ਅਤੇ ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵੱਧ ਰਿਹਾ ਗਰੁੱਪ ਟੈਗਾਲੋਗ ਜਾਂ ਫਿਲੀਪੀਨੋ ਹੈ। ਆਉਂਦੇ ਸਾਲ ਵੈਨਕੂਵਰ ਵਿੱਚ ਰਿਹਾਇਸ਼ੀ ਘਰਾਂ ਦੀਆਂ ਕੀਮਤਾਂ ਵਿੱਚ 10% ਕਮੀ ਆਉਣ ਦੀ ਸੰਭਾਵਨਾ ਹੈ। ਇਹ ਕਿਆ ਸਰਾਈ ਘਰ ਖਰੀਦਣ ਦੇ ਚਾਹਵਾਨਾਂ ਦੀ ਨਹੀਂ ਸਗੋਂ ਇਸ ਮਾਮਲੇ ਨਾਲ ਸੰਬੰਧਿਤ ਇੱਕ ਮਾਹਿਰ ਅਰਥਸ਼ਾਸਤਰੀ ਦੀ ਹੈ। ਸਮਝਿਆ ਜਾ ਰਿਹਾ ਹੈ ਕਿ ਅਜਿਹਾ ਓਨਟਾਰੀਓ ਵਿੱਚ ਮੌਰਗੇਜ ਸੰਬੰਧੀ ਲਾਗੂ ਕੀਤੇ ਗਏ ਸੋਧ ਨਿਯਮਾਂ ਕਾਰਨ ਹੋਇਆ ਹੈ। ਬੀਸੀ ਰੀਅਲ ਅਸਟੇਟ ਐਸੋਸੀਏਸ਼ਨ ਵੱਲੋਂ ਕੀਮਤਾਂ ਬਾਰੇ ਅਨਿਸ਼ਚਿਤਤਾ ਖਤਮ ਕਰਨ ਲਈ UBC ਦੇ ਅਰਥਸ਼ਾਸਤਰੀ ਟੈਸਰ ਸਮਰਵੈਲ ਨੂੰ ਵਿਸ਼ਲੇਸ਼ਣ ਕਰਨ ਲਈ ਕਿਹਾ ਗਿਆ ਸੀ, ਜਿਨ੍ਹਾਂ ਨੇ ਸਾਰੇ ਤੱਥਾਂ ਨੂੰ ਵਿਚਾਰ ਕੇ ਉਕਤ ਤੱਥ ਕੱਢਿਆ ਹੈ ਕਿ ਅਗਲਾ ਸਾਲ ਵੈਨਕੂਵਰ ਵਿੱਚ ਜਾਇਦਾਦ ਖਰੀਦਣ ਵਾਲਿਆਂ ਲਈ ਲਾਹੇਵੰਦ ਰਹੇਗਾ। ਗੌਰਤਲਬ ਹੈ ਕਿ ਬੀਤੇ ਕਈ ਮਹੀਨਿਆਂ ਤੋਂ ਸ਼ਹਿਰ ਦੇ ਖਰੀਦ ਫਰੋਖਤ ਬਾਜ਼ਾਰ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹੁਣ ਤੱਕ ਦੀਆਂ ਖਬਰਾਂ ਮੁੱਕਦੀਆਂ ਨੇ। ਨਿੰਮੀ ਡੋਲਾ ਨੂੰ ਇਜਾਜ਼ਤ ਦਿਓ, ਧੰਨਵਾਦ। ਖਬਰਾਂ ਦੇ ਸਪਾਂਸਰ ਫਰੂਟੀ ਕਹਿਣਾ, ਤਾਜ਼ਾ ਸਬਜ਼ੀਆਂ, ਸਾਫ਼ ਸੁਥਰੀ ਗਰੋਸਰੀ ਅਤੇ ਘਰ ਵਿੱਚ ਲੋੜੀਂਦੇ ਹਰ ਤਰ੍ਹਾਂ ਦੇ ਸਮਾਨ ਲਈ ਲੋਅਰ ਮੇਨਲੈਂਡ ਵਿੱਚ ਇਹਨਾਂ ਦੀਆਂ 17 ਲੋਕੇਸ਼ਨਸ ਤੁਹਾਡੀ ਸੇਵਾ ਲਈ ਹਾਜ਼ਰ ਹਨ। ਪਿਛਲੇ 12 ਤੋਂ ਵੀ ਵੱਧ ਸਾਲਾਂ ਤੋਂ ਭਾਈਚਾਰੇ ਦੀ ਸੇਵਾ ਕਰਦਾ ਆ ਰਿਹਾ ਜਾਣਿਆ ਪਛਾਣਿਆ ਸਟੋਰ ਫਰੂਟੀ ਕਹਿਣਾ। ਤੇ ਹੁਣ ਵੈਦਰ ਅਪਡੇਟ। ਚਲੋ ਦੋਸਤੋ, ਇੱਕ ਵਾਰੀ ਫਿਰ ਜੀ ਪ੍ਰੋਗਰਾਮ ਤੁਹਾਡਾ ਸਵਾਗਤ ਹੈ। ਸਾਡੇ ਸਾਰੇ ਹੀ ਜਿੰਨੇ ਵੀ ਸ੍ਰੋਤੇ ਹੋਲਤੇ ਨੇ ਜੀ, ਮੈਂ 1 ਸੈਕਿੰਡ ਵਾਸਤੇ, ਇੰਦਰਜੀਤ ਜੀ ਤੁਸੀਂ ਲਾਈਨ ਤੇ ਹੋ? ਹਾਂਜੀ ਹਾਂਜੀ, ਦਲਵਾਰ ਸਿੰਘ ਵੀ ਲਾਉਂਦੇ ਅੱਜ, ਮੈਂ ਵੀ ਲਾਉਂਦੀ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ, ਪਰ 2 ਕਾਲਾਂ ਹੋਰ ਲੈ ਲਈਏ ਜੀ। ਹਾਂਜੀ, 2 ਕਾਲਾਂ ਲੈ ਲਈਏ ਹੋਰ। ਪਹਿਲਾਂ ਤੁਹਾਨੂੰ ਮੁਬਾਰਕਾਂ ਭੈਣ ਜੀ, ਬੜੇ ਜਨਮ ਦਿਨ ਦੀਆਂ। ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ। ਚਲੋ ਤੁਸੀਂ ਇਸੇ ਤਰ੍ਹਾਂ ਪਲੀਜ਼ ਹੋਲਤੇ ਰਹਿਣਾ, ਪਰ ਪਹਿਲਾਂ 2 ਕਾਲਾਂ ਲੈ ਲਈਏ ਤੇ ਇਸ ਤੋਂ ਬਾਅਦ ਆਪਾਂ ਫਿਰ ਉਹਦੇ ਇਕੱਠੇ ਹੀ ਆਪਾਂ ਗੱਲਬਾਤ ਕਰਦੇ ਹਾਂ। ਥੈਂਕ ਯੂ, ਠੀਕ। ਹਾਂਜੀ, ਲਾਈਨ 1। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ।
आवाज बिल्कुल नहीं आ रही। मैंने तुम्हारी जी बडमुली कहते हैं कोई गल शायद साढ़े पल भी सोचा पल भी पैनी चाहिए है। तुम जाते मेरे ख्याल ब्लूटूथ लगाया हुआ जी? ओके जी, पता नहीं क्यों क्लियर नहीं आ रही। जानते ड्राइव कर रहे हो उस वक्त की है? ओके दोबारा, हाँ जी दोबारा बोलो, हाँ जी की कहना चाह रहे हो? आंदी है जी, चलो देखते हैं। हाँ जी जी। हूँ थोड़ी आवाज बिल्कुल ही आनी हट गई है। हाँ जी, थोड़ी आवाज नहीं जी आ रही। मैं तुम दोबारा फोन करना पैना है क्योंकि कुछ गल थानू समझ आ रही है, कुछ नहीं आ रही। मैनू इन्ना पता लग गया जी कि तुसी कहना चाह रहे हो कि भी यह बहुत गंभीर मुद्दा है, लेकिन फिर भी तुसी दोबारा फोन कर सकते हो, मैं तुम जरूर मौका दूंगी। हाँ जी लाइन टू। हेलो किरण जी। हाँ जी सत श्री अकाल जी मैडम। हैप्पी बर्थडे टू एंड मेनी मेनी मोर रिटर्न। Thank and you. I wish you the best, and I hope you have a good day today when you get home, all right? Thank you. And hun ta tusi kaam ch busy ho, baki Inderjeet hone bada kuch dasde ha, par idda de program zarur le aune chahide ha ji, jehde ke sade code pe aaya na, jinna de vich main ta nahi idda jatta pata nu koi samajhdi cheez, jidda mainu experience ho gaya zindagi da ji, te jehde idda diyan cheezan karde hage ha, unna nu thoda jeha sochna chahida vi assi sare isse dharti de utte jamme ha ji, ede vichon hi nikle ha assi hai na, je parmatma ne jehde mangde mande ho ਕਹਿੰਦੇ ਵੀ ਪਰਮਾਤਮਾ ਨੇ ਸਾਨੂੰ ਸਭ ਨੂੰ ਇੱਥੇ ਇਸ ਦੁਨੀਆ ਵਿੱਚ ਲਿਆਂਦਾ, ਚਲੋ ਕੁਛ ਵੀ ਸਮਝ ਲਓ ਤੁਸੀਂ, ਪਰ ਅਸੀਂ ਜੰਮੇ ਇਸੇ ਧਰਤੀ ਦੇ ਵਿੱਚੋਂ ਹੀ ਆ ਹਾਂ ਜੀ। ਸੋ ਇਸ ਕਰਕੇ ਨਾ ਇਹ ਕੋਡ ਜਿਹੜਾ ਸਾਨੂੰ ਸਾਰਿਆਂ ਨੂੰ ਕੱਢ ਲੈਣਾ ਚਾਹੀਦਾ ਸੂਨਰ ਔਰ ਲੇਟਰ ਹੈ ਜੀ। ਇੱਕ ਦਿਨ ਹੋਪ ਤਾਂ ਸਾਨੂੰ ਜ਼ਰੂਰ ਹੈਗੀ ਵੀ ਇੱਕ ਦਿਨ ਅਸੀਂ ਸਾਰੇ ਸਭ ਨੂੰ ਪਿਆਰ ਕਰਨਾ ਸਿੱਖਾਂਗੇ, ਤੇ ਇਹਦੇ ਮੂਲ ਵਾਸੀਆਂ ਨਾਲ ਵੀ ਜਿਹੜਾ ਰੰਗ ਕਾਲਾ ਉਹਦੇ ਨਾਲ ਵੀ ਜਿਹਨੂੰ ਚਾਈਨੀਜ਼ ਐਂਡ ਦਿਸ ਐਂਡ ਦੈਟ ਇਟ ਗੋਜ਼ ਆਨ ਫੋਰ ਐਵਰ ਹੈ ਜੀ। ਸੋ ਹੌਲੀ ਹੌਲੀ ਬੱਚੇ ਜਿਹੜੇ ਆ ਉਹ ਨਵੀਂ ਜਨਰੇਸ਼ਨ ਉਹ ਸਾਰਿਆਂ ਦਾ ਭੁਲੇਖਾ ਕੱਢੀ ਜਾਂਦੇ ਹੌਲੀ ਹੌਲੀ ਉਹ ਸਾਰਿਆਂ ਨਾਲ ਮਿਲੀ ਬੱਤੀ ਜਾਂਦੇ। ਦੇਖੋ ਆਪਾਂ ਜੇ ਆਪਾਂ ਕਹਿੰਦੇ ਠੀਕ ਹੈ ਜੀ, ਉਹ ਇੱਕ ਪੀੜੀ ਹੈਗੀ ਹੈ ਜਿਹਦੇ ਵਿੱਚ ਹਲੇ ਵੀ ਉਹ ਹੈ, ਲੇਕਿਨ ਜਿਹੜੇ ਬੱਚੇ ਨੇ ਉਹ ਤਾਂ ਹੁਣ ਮਿਕਸ ਮੈਰਿਜਸ ਹੋ ਰਹੀਆਂ ਨੇ, ਬਹੁਤ ਕੁਝ ਹੋ ਰਿਹਾ। ਹਾਂਜੀ, ਇੱਕ ਲੜਕੀ ਸੀਗੀ ਉਹਨੇ ਗੋਰੇ ਨਾਲ ਸ਼ਾਦੀ ਕੀਤੀ ਤੇ ਉਹ ਬੜੀਆਂ ਉਹਨਾਂ ਦੀਆਂ ਗੱਲਾਂ ਕਰਦੇ ਸੀ, ਹੁਣ ਤਾਂ ਘਰ ਘਰ ਵੀ ਹੈਗੇ ਆ, ਕੋਈ ਕਿਸੇ ਨਾਲ ਵਿਆਹ ਕਿਸੇ ਕੋਈ ਕਹਿਣ ਵਾਲਾ ਤਾਂ ਹੈ ਨੀ, ਪਰ ਇਹ ਬੱਚਿਆਂ ਨੇ ਨਾ ਜਿਹੜੀ ਇਹ ਸਾਰੀ ਨਕਸ਼ਾ ਚੇਂਜ ਕਰ ਦੇਣਾ, ਉਤੋਂ ਦੀ ਜਨਰੇਸ਼ਨ ਨੇ ਹੋਰ ਚੇਂਜ ਕਰ ਦੇਣਾ, ਤੇ ਉਹ ਕਹਿੰਦੀ ਹੋਰ ਕਹਿੰਦੀ ਟਰੱਕ ਭਰ ਕੇ ਆਜੂ ਇੰਡੀਆ। ਮੈਡਮ ਜੀ ਪਹਿਲਾਂ ਸਾਨੂੰ ਖਤਮ ਹੋਣਾ ਪੈਣਾ ਮੈਨੂੰ। ਥੈਂਕ ਯੂ ਜੀ। ਹਾਂਜੀ ਲਾਈਨ 4। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਭ ਤੋਂ ਪਹਿਲਾਂ ਪੰਜਾਬੀ ਜੀ ਦਾ ਨਾਮ ਬਹੁਤ ਬਹੁਤ ਵਧਾਈਆਂ ਤੁਹਾਡੇ ਜਨਮ ਦਿਨ ਦੀਆਂ ਜੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਹਾਂਜੀ, ਤੇ ਇਹ ਬੜਾ ਵਧੀਆ ਜਿਹੜਾ ਹੈਗਾ, ਬੜਾ ਨਾਜ਼ੁਕ ਬੜਾ ਇਸ਼ੂ ਹੈਗਾ ਵੱਡਾ ਮੁੱਦਾ, ਪਰ ਮੈਂ ਪਹਿਲਾਂ ਤੋਂ ਸਭ ਤੋਂ ਇੰਦਰਜੀਤ ਸਿੰਘ ਜੀ ਤੇ ਦਲਵਾਰ ਸਿੰਘ ਜੀ ਤੇ ਹੋਰ ਇਹਨਾਂ ਦੇ ਗਰੁੱਪ ਜਿਹਨਾਂ ਨੇ ਵੀ ਭਾਜੀ ਰਣਜੀਤ ਸਿੰਘ ਜੀ ਤੇਜੀ ਨਾਲ ਸਾਰੇ ਜਿਹੜੇ
ਬੈਨੀਪਾਲ ਜੀ ਰਾਈਟਰ ਹੈ, ਸਾਰਿਆਂ ਨੂੰ ਮੈਂ ਮੈਂ ਸੀਰੀ ਸੁਣੀ ਹੋਈ ਹੈ, ਤਾਂ ਕਰਕੇ ਮੈਂ ਕਹਿੰਦਾ ਸਾਰਿਆਂ ਨੂੰ ਮੈਂ ਸਲੂਟ ਕਰਦਾ ਕਿਉਂਕਿ ਜਿਹਨੇ ਇਹਨਾਂ ਨੇ ਜ਼ਰੂਰਤ ਕੀਤੀ ਹੈ ਇਹ ਗੱਲਾਂ ਲਿਆਉਣ ਦੀ। ਹਾਂਜੀ, ਇਹ ਜਿਹੜਾ ਸਾਰਾ ਜਿਹੜਾ ਇਹਨਾਂ ਨੇ ਕੀਤਾ ਉਦਮ ਕੀਤਾ ਇਹ ਇੰਟਰਨੈਸ਼ਨਲ ਲੈਵਲ ਤੱਕ ਚੱਲ ਗਈ ਹੈ ਗੱਲ, ਇਹ ਬਹੁਤ ਮੈਂ ਨਾ ਪਹਿਲਾਂ ਸਲੂਟ ਕਰਦਾ ਇਹ ਗੱਲ ਦਾ। ਪਰ ਦੂਜਾ ਮੈਂ ਆਂਸਰ ਇਹ ਦੇਣਾ ਚਾਹੁੰਦਾ ਆਪਣੇ ਵੀਰ ਜੀ, ਮੈਂ ਕੋਈ ਗੁੱਸੇ ਨਾਲ ਨੀ ਕਹਿ ਰਿਹਾ, ਕੋਈ ਲੜਾਈ ਝਗੜਾ ਨੀ ਹੈ, ਮੈਂ ਸਿਰਫ ਉਹਨਾਂ ਦੇ ਇੱਕ ਜਿਹੜੇ ਪਹਿਲਾਂ ਦੋ ਗੱਲਾਂ ਪਹਿਲਾਂ ਗੱਲ ਬੋਲ ਕਹਿੰਦੇ ਵੀ ਇਹ ਸਭ ਤਾਂ ਝੂਠਾ ਆ, ਪਰ ਮੈਂ ਤਾਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਸਿਰਫ ਰੋਜ਼ ਦੀਆਂ ਪੰਜਾਬ ਦੀਆਂ ਅਖਬਾਰਾਂ ਪੜ੍ਹ ਲਿਆ ਕਰੋ ਬਸ, ਜੇ ਪੜ੍ਹ ਲਿਆ ਕਰਨਾ ਵੀ ਕਿੰਨੇ ਕੁੜੀਆਂ ਦੇ ਕਤਲ ਹੁੰਦੇ ਆ ਜਾਂ ਮੁੰਡਿਆਂ ਦੇ ਉੱਥੇ ਕਤਲ ਹੁੰਦੇ ਨੇ, ਜਾਂ ਸਭ ਤੋਂ ਵੱਡੀ ਉਦਾਹਰਨ ਸਾਡੇ ਸ਼੍ਰੋਮਣੀ ਬੀਬੀ ਜਗੀਰ ਕੌਰ ਜੀ, ਉਹ ਸਭ ਤੋਂ ਵੱਡੀ ਉਦਾਹਰਨ ਮੈਂ ਉਹਨਾਂ ਨੂੰ ਦੇਣਾ, ਉਹ ਸੂਰਿਆ ਸਾਰੀ ਦੁਨੀਆਂ ਨੂੰ ਜਾਣਦੇ ਆ ਨਾ ਵੀ ਕਿਹੜੀ ਹੋ ਗਈ, ਇਹ ਇਸੇ ਕਰਕੇ ਹੋਈ ਸੀਗੀ ਕਿ ਜਾਤ ਪਾਤ ਕਰਕੇ, ਹਾਂਜੀ ਇਹ ਸਾਰਿਆਂ ਨੂੰ ਪਤਾ, ਰੋਜ਼ ਰੋਜ਼ਾਨਾ ਖਬਰਾਂ ਲੱਗਦੀਆਂ ਕਿ ਕਿੰਨੇ ਕੁੜੀਆਂ ਨੂੰ ਮਾਰਤਾ ਜਾਂਦਾ, ਕੈਨੇਡਾ ਤੋਂ ਕੁੜੀਆਂ ਗਈਆਂ, ਇਹ ਕਿੱਦਾਂ ਕਿੱਦਾਂ ਸਾਰਾ ਕੁਛ ਹੋਇਆ, ਸਭ ਤੋਂ ਵੱਡੀ ਉਦਾਹਰਨ ਇਹ ਆ ਵੀ ਸੱਚ ਦਾ ਇੱਥੇ ਪਤਾ ਲੱਗ ਜਾਣਾ। ਹਾਂਜੀ, ਦੂਜੀ ਗੱਲ ਇਹ ਆ ਜਿਹੜੇ ਕਹਿੰਦੇ ਅੱਜ ਕੱਲ੍ਹ ਕੁਛ ਨੀ ਪੈਦਾ, ਸਾਰਾ ਕੁਛ ਹੋ ਰਿਹਾ ਜੀ ਇੱਥੇ, ਪਹਿਲਾਂ ਜਿਹੜਾ ਕਹਿੰਦੇ ਨਾ ਲਾਸਟ ਮੈਂ ਪੁੱਛਦੇ ਵੀ ਪਤਾ ਕਰਦੇ ਵੀ ਕਿਹੜੇ ਏਰੀਏ ਦਾ, ਇਹ ਬਿਲਕੁਲ 100% ਗਲਤ ਗੱਲ ਹੈ ਜੀ। ਇਹ ਜਿਹੜੀ ਮੈਂ ਮੇਰੇ ਨਾਲ ਖੁਦ ਹੋਈਆਂ ਬੀਤੀਆਂ ਜੀ, ਮੈਨਾਂ ਖੁਦ ਹੋਈਆਂ ਬੀਤੀਆਂ, ਤਾਂ ਜਿੰਨਾ ਚਿਰ ਤੁਸੀਂ ਜਾਣਦੇ ਨਾ ਬੰਦਾ ਕਿਹੜਾ ਆ ਕੌਣ ਆ, ਉਹਨਾਂ ਚਿਰ ਤੁਹਾਨੂੰ ਨਾਈਸਲੀ ਟ੍ਰੀਟ ਕਰਦੇ ਆ, ਹਾਂਜੀ ਤੇ ਜਦੋਂ ਤਾਂ ਜਾ ਜਾਂਦੇ ਵੀ ਤੁਸੀਂ ਕੌਣ ਆ, ਕਿਹੜੀ ਜਾਤ ਦਾ ਫਲਾਨਾ, ਉਦੋਂ ਤਾਂ ਹੁਣ ਉਹਨਾਂ ਦੇ ਭਾਵ ਤੌਰ ਤਰੀਕੇ ਸਾਰਾ ਕੁਛ ਬਦਲਣਾ, ਇਹ ਬਹੁਤ ਇਹ ਹੋ ਰਿਹਾ ਹੁਣ ਇਸ ਟਾਈਮ ਵੀ। ਅੱਛਾ, ਦੂਜੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਵੀ ਜਿਹੜੇ ਕਹਿੰਦੇ ਵੀਰ ਜੀ ਕਹਿੰਦੇ ਨਾ ਬੁੱਧ ਧਰਮ ਦੀ ਗੱਲ ਆ, ਹੁਣ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ, ਅਸੀਂ ਕਿਉਂ ਆਏ ਹਾਂ ਅਮੈਰੀਕਾ ਕੈਨੇਡਾ ਦੇ ਵਿੱਚ ਆਪਣੀ ਜਿਹੜੀ ਫਰੀਡਮ ਆ ਉਹਦਾ ਪ੍ਰੈਕਟਿਸ ਕਰਨ ਲਈ, ਕਿਉਂਕਿ ਸਾਨੂੰ ਇੰਡੀਆ ਦੇ ਵਿੱਚ ਆਜ਼ਾਦੀ ਨਹੀਂ ਸੀਗੀ, ਅਸੀਂ ਆਪਣੇ ਸਿੱਖ ਧਰਮ ਦੀ ਆਪਣੇ ਵਿਚਾਰਾਂ ਦੀ ਆਪਣੇ ਉਹਦੀ ਆਜ਼ਾਦੀ ਦੀ ਪ੍ਰੈਕਟਿਸ ਕਰਨ ਲਈ ਇੱਥੇ ਆਏ ਹਾਂ, ਹਾਂਜੀ ਤੇ ਜੇ ਉਸ ਕੰਟਰੀ ਦੇ ਵਿੱਚ ਰਹਿੰਦੇ ਉਹ ਲੋਕਾਂ ਨੂੰ ਆਜ਼ਾਦੀ ਦੇ ਉਹਨਾਂ ਨੂੰ ਬਰਾਬਰਤਾ ਨਹੀਂ ਮਿਲੀ, ਹਿੰਦੂ ਧਰਮ ਦੇ ਵਿੱਚ ਵੀ ਜਾਂ ਸਿੱਖ ਧਰਮ ਦੇ ਵਿੱਚ ਵੀ ਬਰਾਬਰਤਾ ਨਹੀਂ ਮਿਲੀ, ਉਹਨਾਂ ਦੇ ਬੁੱਧ ਧਰਮੀ ਅਪਣਾਉਣਾ ਸੀ ਜਾਂ ਡੇਰਿਆਂ ਦੇ ਲੜਨ ਲੱਗਣਾ ਸੀ ਉਹਨਾਂ ਨੇ, ਇਸੇ ਕਰਕੇ ਉਹ ਬੁੱਧ ਧਰਮ ਦੇ ਲਈ ਉਹ ਉੱਧਰ ਗਏ ਕਿ ਉੱਧਰ ਵੀ ਸਾਨੂੰ ਬਰਾਬਰਤਾ ਮਿਲ ਜਾਵੇ, ਸਾਨੂੰ ਕਿਸੇ ਪਾਸੇ ਤੋਂ ਨਿਆਂ ਮਿਲੇ, ਜਾਂ ਡੇਰਿਆਂ ਦੇ ਇਸੇ ਕਰਕੇ ਜਾਂਦੇ ਆ ਕਿ ਸਾਨੂੰ ਉੱਥੇ ਬਰਾਬਰਤਾ ਮਿਲੇ, ਤਾਂ ਨਾ ਕੋਈ ਬੇਇਨਸਾਫੀ ਨਾ ਕਰੇ। ਥੈਂਕ ਯੂ ਜੀ, ਮੈਂ ਫਿਰ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ, ਤੁਸੀਂ ਇਹਨਾਂ ਨੂੰ ਇਹ ਤੇ ਲੈ ਕੇ ਆਏ ਆ, ਭਾਜੀ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਇਹਨਾਂ ਦਾ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬ੍ਰੇਕ ਲੈਣੀ ਪਏਗੀ ਜੀ, ਤੇ ਮੁੜਦੇ ਆਪਾਂ ਔਰਿੰਦਰ ਜੀਤ ਜੀ ਤੇ ਦਿਲਬਾਗ ਜੀ ਮੇਰੇ ਨਾਲ ਲਾਈਨ ਤੇ ਨੇ, ਇਹਨਾਂ ਨਾਲ ਗੱਲ ਕਰਦੇ ਆਪਾਂ ਹੁਣ ਇਸ ਵੇਲੇ ਤਾਂ। ਚਲੋ ਦੋਸਤੋ, ਇੱਕ ਵਾਰੀ ਫਿਰ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ। ਦਿਲਬਾਗ ਜੀ ਨਾਲ ਆਪਾਂ ਹੁਣ ਆ ਕੇ ਗੱਲ ਕਰੀਏ, ਔਰ ਜਿੰਨੇ ਸਾਡੇ ਸੋਤੇ ਹੋਲਤੇ ਨੇ ਜੀ ਇਸੇ ਤਰ੍ਹਾਂ ਹੋਲਤੇ ਰਹਿਣਾ। ਗੁਰੂ ਨਾਨਕ ਦੇਵ ਜੀ ਪੰਨਾ ਜੀ 1330 ਤੇ ਲਿਖਿਆ ਕਿ ਜਾਤ ਜਨਮ ਨੇ ਪੁੱਛੀਏ ਸੱਚ ਕਰ ਲਈ ਬਤਾਏ, ਸਾ ਜਾਤ ਸਾ ਪਾਤ ਹੈ ਜਿਹੇ ਕਰਮ ਕਮਾਏ। ਕਰਮਾਂ ਦੇ ਨਾਲ ਹੀ ਮੇਰੇ ਖਿਆਲ ਸਭ ਕੁਛ ਪਛਾਣਿਆ ਜਾਂਦਾ ਹੈ। ਚਲੋ ਜੀ, ਹਾਂਜੀ ਦਿਲਬਾਗ ਜੀ, ਜੀ ਆਇਆਂ ਨੂੰ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਕਾਲਰਸ ਨੂੰ ਸਤਿ ਸ੍ਰੀ ਅਕਾਲ। ਤੇ ਦਿਲਬਾਗ ਸਿੰਘ ਬੋਲਦਾ ਜੀ। ਹਾਂਜੀ, ਕਾਲਰ ਨੇ ਇੱਕ ਗੱਲ ਕੀਤੀ ਸੀ ਕਿ ਸਿੱਖ ਧਰਮ ਵਿੱਚ ਨੇ ਜਾਤ ਨੂੰ ਐਕਸੈਪਟ ਕਰ ਲਿਆ। ਮੈਂ ਉਹ ਵੀਰ ਨੂੰ ਕਰੈਕਟ ਕਰ ਦਵਾਂ ਕਿ ਸਿੱਖ ਧਰਮ ਨੇ ਜਾਤ ਪਾਤ ਦਾ ਤੇ ਵਰਨ ਵਣ ਦਾ ਖੰਡਨ ਕੀਤਾ। ਇਸ ਧਰਮ ਵਿੱਚ ਬ੍ਰਾਹਮਣ ਆ ਕੇ ਵੀ ਉਹ ਵੀ ਨੀਵਾਂ ਹੋ ਕੇ ਆ ਜਾਵੇ ਤਾਂ ਉਹ ਵੀ ਸਿੱਖ ਬਣ ਸਕਦਾ ਜੀ। ਇਹ ਸਿੱਖ ਧਰਮ ਜਿਹੜਾ ਸਾਰੀ ਦੁਨੀਆਂ ਦੇ ਲਈ ਆ, ਤੇ ਪਰ ਜਿਹੜੀ ਬਿਮਾਰੀ ਸੀ ਜਾਤ ਪਾਤ ਦੀ ਤੇ ਵਰਨ ਵਣ ਦੀ ਉਹ ਇੰਡੀਆ ਵਿੱਚ ਸੀ, ਤੇ ਉਹਦੇ ਅਗੇਂਸਟ ਸਿੱਖ ਧਰਮ ਪੈਦਾ ਹੋਇਆ ਸੀ। ਤੇ ਇਸ ਕਰਕੇ ਮੈਂ ਉਹ ਵੀਰ ਨੂੰ ਕਰੈਕਟ ਕਰਨਾ ਕਿ ਸਿੱਖ ਧਰਮ ਵਿੱਚ ਕੋਈ ਜਾਤ ਨਹੀਂ, ਸਿੱਖ ਦੀ ਕੋਈ ਜਾਤ ਨਹੀਂ, ਜਿਸ ਦੀ ਜਾਤ ਹੈ ਉਹ ਸਿੱਖ ਨੇ ਜੀ। ਤੇ ਨੰਬਰ 2 ਤੇ ਜੋ ਸਾਡੀ ਭੈਣ ਜੀ ਲੜਾਈ ਆ, ਉਹ ਕਹਿੰਦੇ ਨੇ ਵੀ ਉੱਥੇ ਵਿਤਕਰਾ ਨਹੀਂ ਹੋ ਰਿਹਾ। 1984 ਦੇ ਵਿੱਚ ਸਾਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਮਾਰਿਆ, ਅਸੀਂ ਸਿੱਖ ਹਾਂ, ਸਾਡੀ ਕੋਈ ਜਾਤ ਨਹੀਂ, ਪਰ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ, ਬ੍ਰਾਹਮਣਵਾਦ ਦੀਆਂ ਨਜ਼ਰਾਂ ਦੇ ਵਿੱਚ ਅਸੀਂ ਸ਼ੂਦਰ ਹੈ। ਸਾਡੀਆਂ ਜਾਤਾਂ ਜੱਟਾਂ ਤੋਂ ਲੈ ਕੇ ਟੱਪਰੀ ਵਾਸਾਂ ਤੱਕ ਸਾਡੀ 6000 ਜਾਤਾਂ, ਬ੍ਰਾਹਮਣ ਦੀ ਨਜ਼ਰਾਂ ਚ ਅਸੀਂ 6000 ਜਾਤ ਤੋਂ ਸਿੱਖ ਤਾਂ ਬਣ ਗਏ ਆ, ਅਸੀਂ ਕਹਿੰਦੇ ਵੀ ਸਾਡੀ ਜਾਤ ਨਹੀਂ, ਪਰ ਉਹਨਾਂ ਦੀਆਂ ਨਜ਼ਰਾਂ ਚ ਅਸੀਂ ਸ਼ੂਦਰ ਵੀ ਹਾਂ ਤੇ ਸਾਡੀ ਜਾਤ ਵੀ ਆ। ਜਿਸੇ ਕਰਕੇ ਸਾਡੀਆਂ ਮਾਵਾਂ ਭੈਣਾਂ ਧੀਆਂ ਨੂੰ 1984 ਦੇ ਵਿੱਚ ਬੰਬਾਂ ਤੋਪਾਂ ਨਾਲ ਮਾਰਿਆ ਤੇ ਅੱਜ ਤੱਕ ਸਾਨੂੰ ਇਨਸਾਫ਼ ਨਹੀਂ ਮਿਲਿਆ। ਦਿੱਲੀ ਦੇ ਵਿੱਚ ਸਾਨੂੰ ਵੱਢਿਆ ਗਿਆ, ਸਾਡਾ ਕਤਲੋਗਾਰਤ ਕੀਤੀ ਗਈ, ਕਿਸੇ ਨੂੰ ਸਜ਼ਾ ਨਹੀਂ। ਮੁਸਲਮਾਨ ਜਿਹੜੇ ਨੇ ਉਹ ਵੀ ਸਾਰੇ ਸ਼ੂਦਰ ਨੇ, 85% ਸ਼ੂਦਰ ਨੇ, ਉਹਨੇ ਮੁਸਲਮਾਨ ਮਾਰਿਆ ਇੱਕ ਵੱਡੇ ਤੋਂ, ਕਿਸੇ ਨੇ ਹਾਰਾ ਨਾਰਾ ਨਹੀਂ ਮਾਰਿਆ, ਕਿਸੇ ਨੂੰ ਸਜ਼ਾ ਨਹੀਂ ਹੋਈ, ਪਰ ਜਿਹਨਾਂ ਨੇ ਉਹਨਾਂ ਨੂੰ ਮਾਰਿਆ ਉਹਨਾਂ ਨੂੰ ਫਾਂਸੀਆਂ ਲੱਗ ਗਈਆਂ। ਮੈਨੂੰ ਉਹ ਵੀਰ ਜਿਹੜੇ ਕਹਿੰਦੇ ਆ ਵੀ ਇੱਦਾਂ ਦੀ ਕੋਈ ਦੁਆ ਨਹੀਂ ਹੈਗਾ, ਜਾਤ ਪਾਤ ਦਾ ਕੋਈ ਹੈ ਨਹੀਂ, ਸਿੱਖ ਬਣ ਕੇ ਅਸੀਂ ਤਾਂ ਸਿੱਖ ਹਾਂ, ਉਹਨਾਂ ਨੂੰ ਪੁੱਛੋ ਵੀ ਉਹਨਾਂ ਦੀਆਂ ਨਜ਼ਰਾਂ ਚ ਤਾਂ ਅਸੀਂ ਸ਼ੂਦਰ ਹਾਂ, ਠੀਕ ਹੋ ਅਸੀਂ ਸਿੱਖ ਹੈਗੇ ਹਾਂ,
ਅਸੀਂ ਯਾਦ ਨਹੀਂ ਮੰਨਦੇ ਪਰ ਉਹ ਸਾਨੂੰ ਮਾਰ ਕੇ ਵੀ ਸਾਨੂੰ ਇਨਸਾਫ਼ ਕਿਉਂ ਨਹੀਂ ਮਿਲਦਾ ਅਸੀਂ ਤਾਂ ਸਦੀਆਂ ਤੋਂ ਉਹਨਾਂ ਦੇ ਗੁਲਾਮ ਹੈ ਸਾਨੂੰ ਪੜ੍ਹਨ ਨਹੀਂ ਦਿੱਤਾ ਗਿਆ ਐਜੂਕੇਸ਼ਨ ਦੇ ਸਾਨੂੰ ਅਧਿਕਾਰ ਨਹੀਂ ਸਾਨੂੰ ਗੋਰਿਆਂ ਨੇ ਐਜੂਕੇਸ਼ਨ ਦੇ ਅਧਿਕਾਰ ਆ ਕੇ ਦਿੱਤੇ ਜਿਸ ਕਰਕੇ ਅੱਜ 4% ਬ੍ਰਾਹਮਣ 80% IAS IPS ਆਫੀਸਰ ਨੇ ਉਹਦੇ ਤੇ ਅਸੀਂ ਅਨਐਜੂਕੇਟਡ ਸਦੀਆਂ ਤੋਂ ਅਸੀਂ ਕਿੱਦਾਂ ਉਹਨਾਂ ਦਾ ਮੁਕਾਬਲਾ ਕਰ ਸਕਦੇ ਜੀ 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 ਸ਼ੂਦਰਾਂ ਦੇ ਵਿੱਚੋਂ ਜੱਟਾਂ ਨੇ ਤਰੱਕੀ ਕੀਤੀ ਬੰਦਾ ਸਿੰਘ ਬਹਾਦਰ ਨੇ ਚੂੜਿਆਂ ਚਮਾਰਾਂ ਝੀਰਾਂ ਨਾਈਆਂ ਸਾਂਝੀਆਂ ਮਰਾਸੀਆਂ ਨੂੰ ਨਾਲ ਲੈ ਕੇ ਬਾਹਮਣਾਂ ਤੇ ਹਮਲੇ ਕੀਤੇ ਵੈਸ਼ ਬਾਣੀਆਂ ਤੇ ਹਮਲੇ ਕੀਤੇ ਤੇ ਮੂਲ ਵਾਸੀ ਸ਼ੂਦਰ ਭਰਾਵਾਂ ਨੂੰ ਜੱਟਾਂ ਨੂੰ ਆਜ਼ਾਦ ਕਰਾ ਕੇ ਜ਼ਮੀਨਾਂ ਤੇ ਕਬਜ਼ੇ ਕਰਾਏ ਪਰ ਇਹਨਾਂ ਨੇ ਵਿਚਾਰਿਆਂ ਨੇ ਕੀ ਕੀਤੀ ਇਹ ਵੀ ਅਨਪੜ੍ਹ ਸੀ ਬਾਕੀਆਂ ਦੂਜਿਆਂ ਨੂੰ ਇਹ ਵੀ ਅਨਪੜ੍ਹ ਸੀ ਤੇ ਬ੍ਰਾਹਮਣ ਨੇ ਇਹਨਾਂ ਨੂੰ ਆਪਣੇ ਗ੍ਰਿਪ ਚ ਲੈ ਲਿਆ ਤੁਸੀਂ ਤਾਂ ਉੱਚੀ ਜਾਤ ਦੇ ਆ ਤੁਸੀਂ ਤਾਂ ਇਸ ਤਰੀਕੇ ਨਾਲ ਉਹਨਾਂ ਨੇ ਐਸਾ ਇਹਨਾਂ ਨੂੰ ਗ੍ਰਿਪ ਚ ਲਿਆ ਇਹਨਾਂ ਨੇ ਦੂਜਿਆਂ ਲੋਕਾਂ ਦੀ ਸੋਚਣ ਦੀ ਖਾਤਰ ਇਹ ਬ੍ਰਾਹਮਣ ਨਾਲ ਜਾ ਰਲੇ ਬ੍ਰਿਟਿਸ਼ ਨੇ ਫੁੱਟ ਪਾਈ ਬ੍ਰਾਹਮਣਾਂ ਨੇ ਉਹਨਾਂ ਨੂੰ ਸਕਾਲ ਦਿੱਤਾ ਬ੍ਰਾਹਮਣਾਂ ਨੇ ਕਿਹਾ ਵੀ ਅਗਰ ਖਾਲਸਾ 6000 ਜਾਤ ਇਕੱਠੀ ਹੋ ਜਾਂਦੀ ਆ ਨਾ ਮੈਂ ਬਚਣਾ ਬ੍ਰਾਹਮਣ ਨੇ ਬਚਣਾ ਤੇ ਨਾ ਤੇਰਾ ਰਾਜ ਰਹਿਣਾ ਵੀ ਇਹਨਾਂ 'ਚ ਫੁੱਟ ਪਾਈ ਜਾਵੇ ਸਭ ਤੋਂ ਪਹਿਲੀ ਰਿਜ਼ਰਵੇਸ਼ਨ ਉਹਨਾਂ ਨੇ ਕਿਹਾ ਵੀ ਅਸੀਂ ਰਿਜ਼ਰਵੇਸ਼ਨ ਜਿਹੜੇ ਜੱਟ ਜਾਤੀ ਦੇ ਸੰਬੰਧਿਤ ਲੋਕ ਖੇਤੀ ਕਰਦੇ ਆ ਉਹਨਾਂ ਨੂੰ ਦਿੰਦੇ ਨੌਕਰੀਆਂ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਵਿੱਚ ਇਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਦੂਜੀਆਂ ਜਾਤੀਆਂ ਨੇ ਵਿਰੋਧ ਕੀਤਾ ਵੀ ਇਹ ਸਿੱਖ ਧਰਮ ਵਿੱਚ ਪਾੜਾ ਪਾ ਰਿਹਾ ਕਿ ਸਿੱਖ ਨੂੰ ਕਿਉਂ ਨਹੀਂ ਰਿਜ਼ਰਵੇਸ਼ਨ ਦਿੰਦੇ ਤੇ ਜਾਤ ਦੇ ਹਿਸਾਬ ਨਾਲ ਕਿਉਂ ਰਿਜ਼ਰਵੇਸ਼ਨ ਦਿੰਦੇ ਆ ਜੀ ਜਦੋਂ ਇਹ ਸਿੱਖ ਜਾਤੀ 'ਚ ਪਾੜਾ ਪਾਇਆ ਉਹਨੇ ਜੱਟ ਇਹਨਾਂ ਨੂੰ ਅਲੱਗ ਕਰ ਲਿਆ ਤੇ ਅੱਜ ਜਿਹੜਾ 1984 ਤੋਂ ਅੱਜ ਤੱਕ ਸ਼ਹੀਦ ਹੋ ਰਿਹਾ ਉਹ ਜੱਟ ਜਾਤੀ ਨਾਲ ਜ਼ਿਆਦਾ ਸੰਬੰਧਿਤ ਲੋਕ ਸ਼ਹੀਦ ਹੋ ਰਹੇ ਆ ਤੇ ਹੁਣ ਗੱਲ ਇੱਥੇ ਪਹੁੰਚ ਗਈ ਆ ਕਿ ਦੂਜੇ ਲੋਕ ਸਾਥ ਨਹੀਂ ਦਿੰਦੇ ਕਿਉਂ ਨਹੀਂ ਦਿੰਦੇ ਕਿਉਂਕਿ ਉਹਨਾਂ ਨੇ ਇਹਨਾਂ ਦਾ ਸਾਥ ਨਹੀਂ ਸੀ ਦਿੱਤਾ ਜੱਟਾਂ ਤੋਂ ਲੈ ਕੇ ਟੱਪਰੀ ਵਾਸਾਂ ਤੱਕ ਇਹ ਮੂਲ ਵਾਸੀ ਲੋਕ ਨੇ ਔਰ ਇਹ ਸ਼ੂਦਰ ਲੋਕ ਨੇ ਬ੍ਰਾਹਮਣ ਦੀ ਨਜ਼ਰ 'ਚ ਸ਼ੂਦਰ ਹੈ ਇਹ ਭਾਵੇਂ ਸਿੱਖ ਬਣ ਗਿਆ ਇਸੇ ਕਰਕੇ ਅੱਜ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਇਹਨਾਂ ਨੂੰ ਇਕੱਠੇ ਹੋਣਾ ਪੈਣਾ ਇੱਕ ਪਲੇਟਫਾਰਮ ਤੇ ਬਿਲਕੁਲ ਜੀ ਜਾਤ ਭੁੱਲਣੀ ਪੈਣੀ ਆ ਜਿਹੜਾ ਬੰਦਾ ਆਪਣੇ ਆਪ ਨੂੰ ਜੱਟ ਸਿੱਖ ਰਵਦਾਸੀਆ ਸਿੱਖ ਜਾਂ ਇਹ ਕਹਿੰਦਾ ਇਹ ਜਿਹੜੀਆਂ ਚਪੇੜਾਂ ਨਾਲ ਲਾਉਂਦੇ ਸਿੱਖ ਧਰਮ ਦੇ ਇਹ ਇਹਨਾਂ ਲੋਕਾਂ ਅੱਗੇ ਸਾਡੀ ਮਿਹਨਤ ਆ ਵੀ ਸਿੱਖ ਧਰਮ ਨੂੰ ਬਦਨਾਮ ਨਾ ਕਰੋ ਸਿੱਖ ਇੱਕ ਪਵਿੱਤਰ ਸ਼ਬਦ ਆ ਉਹਨੂੰ ਪਵਿੱਤਰ ਸ਼ਬਦ ਰਹਿਣ ਦਿਓ ਅਖਬਾਰਾਂ ਵਾਲਿਆਂ ਨੂੰ ਵੀ ਮੇਰੀ ਬੇਨਤੀ ਆ ਸਾਰੇ ਮੀਡੀਆ ਨੂੰ ਬੇਨਤੀ ਆ ਉਹਦੇ ਨਾਲ ਇਹ ਚਪੇੜ ਨਾ ਲਾਇਆ ਕਰੋ ਇਹ ਹਿੰਦੂਆਂ ਵੱਲੋਂ ਸਾਡੇ ਮੂੰਹ ਤੇ ਮਾਰੀ ਹੋਈ ਚਪੇੜ ਵਾ ਜਿਹੜੀਆਂ ਜਾਤਾਂ ਸਾਨੂੰ ਡਿਵੀਜ਼ਨ ਕੀਤੀ ਗਈ ਆ ਇਹ ਮਾਰੀਆਂ ਹੋਈਆਂ ਚਪੇੜਾਂ ਇਹ ਗੁਲਾਮੀ ਦੇ ਚਿੰਨ੍ਹ ਨੇ ਜੀ ਤੇ ਇਸ ਕਰਕੇ ਮੈਂ ਸਾਰੇ ਸਰੋਤਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਜੱਟਾਂ ਤੋਂ ਲੈ ਕੇ ਟੱਪਰੀ ਵਾਸਾਂ ਤੱਕ ਆਪਣੇ ਆਪ ਨੂੰ ਮੰਨੋ ਕਿ ਸਾਨੂੰ ਬ੍ਰਾਹਮਣ ਨੇ ਸ਼ੂਦਰ ਬਣਾਇਆ ਤੇ ਸ਼ੂਦਰਾਂ ਨੂੰ ਗੁਰੂ ਸਾਹਿਬ ਨੇ ਸਿੱਖ ਬਣਾਇਆ ਉਹਨੇ ਤਾਂ ਹੀ ਕਿਹਾ ਸੀ ਚਿੜੀਓ ਸੇ ਮੈਂ ਬਾਜ ਤੱਕ ਬਾਜ ਤੜਾਉਂ ਤਵੇ ਗੋਬਿੰਦ ਸਿੰਘ ਨਾਮ ਕਹਾਂ ਗਿੱਦੜਾਂ ਤੋਂ ਮੈਂ ਸ਼ੇਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਂ ਇਹ ਕਰਕੇ ਗੱਲ ਕਹੀ ਸੀ ਇਹ ਇਹਨਾਂ ਲੋਕਾਂ ਨੂੰ ਗਿੱਦੜ ਕਹਿੰਦੇ ਸੀ ਇਹ ਗੱਲ ਫਲਸਫਾ ਗੁਰੂ ਦਾ ਫਲਸਫਾ ਸਮਝੋ ਸਿੱਖ ਧਰਮ ਵਿੱਚ ਕੋਈ ਜਾਤ ਨਹੀਂ ਹੈਗੀ ਇਸੇ ਤਰ੍ਹਾਂ ਹੋਲਦੇ ਰਹਿਣਾ ਜੀ ਮੈਂ ਬ੍ਰੇਕ ਤੋਂ ਬਾਅਦ ਜੀ ਸਾਡੇ ਤੇ 3 ਕਾਲਰ ਹੋਲਦੇ ਨੇ ਆਪਾਂ ਉਹਨਾਂ ਦੀ ਗੱਲਬਾਤ ਜੁੜ ਸਕਦੇ ਹਾਂ ਉਸ ਤੋਂ ਬਾਅਦ ਇੰਦਰਜੀਤ ਜੀ ਨਾਲ ਵੀ ਗੱਲ ਦੁਆਰਾ ਫਿਰ ਕਰਦੇ ਹਾਂ ਪਰ ਤੁਹਾਡਾ ਜੀ ਮੈਂ ਸੋਚਦੀ ਹਾਂ ਕੁਪਰਾਲਾ ਬਹੁਤ ਵਧੀਆ ਤੁਹਾਡਾ ਪੂਰਾ ਗਰੁੱਪ ਲੱਗਿਆ ਹੋਇਆ ਔਰ ਜਿੰਨੇ ਵੀ ਤੁਸੀਂ ਕਿਉਂਕਿ ਇਹਦੇ ਵਿੱਚ ਦੇਖੋ ਇਹ ਕੰਮ ਜਿਹੜੇ ਸੌਖੇ ਨਹੀਂ ਹੈ ਔਰ ਕਹਿੰਦੇ ਨੇ ਕਿ ਵੀ ਹਾਂਜੀ ਤੇ ਹੋਲਦਾਂ ਚਲੋ ਦੋਸਤੋ ਆਪਾਂ ਲਾਈਨ 1 ਤੋਂ ਸ਼ੁਰੂ ਕਰਦੇ ਹਾਂ ਹਾਂਜੀ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਗੱਲ ਇਹ ਆ ਵੀ ਜਿਹੜੀ ਜਾਤ ਪਾਤ ਦੀ ਸਿਸਟਮ ਹੈਗਾ ਇਹ ਤਾਂ ਬਹੁਤ ਪੁਰਾਣਾ ਆ ਤੇ ਔਰ ਇਹਨੂੰ ਖਤਮ ਕਰਨ ਵਾਸਤੇ ਜਿਹੜਾ ਵੀ ਪ੍ਰਚਾਰ ਕਰਨ ਦਾ ਸਾਧਨ ਚੱਲਿਆ ਹੈਗਾ ਮੈਨੂੰ ਤਾਂ ਬੜਾ ਪਸੰਦ ਹੈ ਕਿ ਜਿਵੇਂ ਸੱਤੇ ਮੇਂ ਜੈਸੇ ਅਮੀਰ ਖਾਨ ਨੇ ਵੀ ਜਾਤ ਪਾਤ ਦੀ ਗੱਲ ਕੀਤੀ ਸੀ ਜੀ ਜੀ ਤੇ ਉਹ ਉਹਦਾ ਬੜਾ ਵਰਲਡ ਵਾਈਡ ਲੋਕਾਂ ਨੂੰ ਪਤਾ ਲੱਗਾ ਕਿ ਹਾਂ ਵੀ ਜਾਤ ਪਾਤ ਇਹਦੇ ਵਿੱਚ ਹੈਗੀ ਆ ਜੀ ਤੇ ਉਸ ਤੋਂ ਬਾਅਦ ਆਪਣੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਹਰਕਤ ਬਚਾਈ ਆ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਮੈਨੂੰ ਤਾਂ ਹੈਗੀਆਂ ਬਹੁਤ ਚੰਗੀਆਂ ਲੱਗਦੀਆਂ ਕਿਉਂਕਿ ਜਿਹੜਾ ਵੀ ਬੰਦਾ ਜਾਤ ਪਾਤ ਦੀ ਬੁਰਾਈ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦਾ ਮੈਂ ਤਾਂ ਕਹਿੰਦਾ ਵੀ ਉਦੋਂ ਬੰਦਾ ਬਹਾਦਰੀ ਕੋਈ ਨਹੀਂ ਹੈਗਾ ਠੀਕ ਹੈ ਜੀ ਜੇ ਇਨਸਾਨ ਨੂੰ ਇਨਸਾਨ ਸਮਝਣਾ ਇਹ ਮਨੁੱਖਤਾ ਦੀ ਸਭ ਤੋਂ ਵੱਡੀ ਕੁਆਲਿਟੀ ਆ ਠੀਕ ਹੈ ਜੀ ਤੇ ਜਿਹੜਾ ਹੈ ਧਾਰਨਾ ਹੀ ਧਰਮ ਹੈ ਵਰਨਾ ਕੋਈ ਬਾਤ ਜੇ ਇਹਨਾਂ ਨੇ ਕੋਈ ਪੜ੍ਹ ਕੇ ਆਪਣੇ ਆਪ ਨੂੰ ਸੋਚਿਆ ਵੀ ਇਹਦਾ ਧਾਰਨਾ ਤਾਂ ਇਹ ਹੈ ਵੀ ਜੇ ਜਾਤ ਪਾਤ ਨਹੀਂ ਕਰਨੀ ਇਨਸਾਨ ਨੂੰ ਇਨਸਾਨ ਸਮਝਣਾ ਜਿਹੜੇ ਆਪਣੇ ਰੇਡੀਓ ਤੇ ਗਾਣੇ ਚੱਲਦੇ ਆ ਨਾ ਜਾਤਾਂ ਪਾਤਾਂ ਦੇ ਵੀ ਇਹਨਾਂ ਨੂੰ ਥੋੜਾ ਬਹੁਤਾ ਕੰਟਰੋਲ ਕਰੋ ਨਹੀਂ ਤਾਂ ਤੁਹਾਡਾ ਵੀ ਬਹੁਤ ਜਿੱਦਾਂ ਕਹਿ ਦਈਏ ਵੀ ਗੱਲਬਾਤ ਬਣ ਜਾਏ ਕਿ ਇਹ ਵੀ ਜਾਤ ਪਾਤ ਪ੍ਰਮੋਟ ਕਰਦੇ ਆ ਹਾਂਜੀ ਥੈਂਕ ਯੂ ਬਹੁਤ ਮਿਹਰਬਾਨੀ ਹਾਂਜੀ ਲਾਈਨ 2
ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਇਹ ਕਲਰ ਵੀ ਠੀਕ ਹੈ ਤੋਂ ਪਹਿਲਾਂ ਜਿਹੜੇ ਇੰਦਰਜੀਤ ਸਿੰਘ ਜੀ ਸੀਗੇ ਉਹਨਾਂ ਨੇ ਜਿਹੜਾ ਉਪਰਾਲਾ ਕੀਤਾ ਬਹੁਤ ਵਧੀਆ ਸਲਾਹਾਂ ਜੋ ਗਿਆ ਜਿੰਨੇ ਕਲਰ ਮੈਂ ਸੁਣੇ ਆ ਠੀਕ ਹੈ ਠੀਕ ਹੈ ਆਪਣੇ ਆਪਣੇ ਪੱਧਰ ਤੇ ਠੀਕ ਹੈ ਨਾ ਜੀ। ਹਾਂਜੀ ਮੈਂ ਇੱਕ ਧਿਆਨ ਦਵਾਉਣਾ ਚਾਹੁੰਦਾ ਸਾਰੇ ਜਿੰਨੇ ਸਰੋਤੇ ਸੁਣਦੇ ਪਏ ਆ ਸ੍ਰੀ ਪੰਜਾਬ ਦੇ। ਦੇਖੋ ਗੱਲ ਇਹ ਹੁੰਦੀ ਹੈ ਮਾੜੇ ਬੰਦੇ ਨੂੰ ਕੋਈ ਵੀ ਕਿਤੇ ਤਗੜਾ ਨਹੀਂ ਹੋਣ ਦਿੰਦਾ। ਮੈਂ ਇੱਕ ਮਿਸਾਲ ਦਿਆਂਗਾ ਤੁਹਾਨੂੰ। ਇੱਥੇ ਜੇ ਅਸੀਂ ਕਿੰਨੇ ਅੰਗਰੇਜ਼ਾਂ ਵਿੱਚ ਜਾਤ ਪਾਤ ਨਹੀਂ ਠੀਕ ਹੈ ਨਾ ਜੀ। ਅਸੀਂ ਲੋਕ ਇੱਧਰ ਨੂੰ ਆਏ ਜਿਹੜਾ ਸਾਰਾ ਨੌਰਥ ਅਮਰੀਕਾ ਹੈ ਨੇਟਿਵ ਇੰਡੀਅਨ ਦੀ ਧਰਤੀ ਸੀਗੀ 15ਵੀਂ ਸਦੀ ਵਿੱਚ 14ਵੀਂ ਸਦੀ ਵਿੱਚ ਜਦੋਂ ਇਹ ਗੋਰਿਆਂ ਦੇ ਆਉਣ ਤੋਂ ਪਹਿਲਾਂ ਔਰ ਇਹ ਛੋਟੇ ਛੋਟੇ ਗਰੁੱਪਾਂ ਦੇ ਵੀ ਰਾਜ ਕਰਦੇ ਸੀ। ਗੋਰਿਆਂ ਨੇ ਉਹ ਚਾਹੇ ਉਹ ਸੀਗੇ ਸਪੇਨ ਦੇ ਸੀ ਕੋਈ ਵੀ ਸੀ ਉਹਨੂੰ ਸਾਰਿਆਂ ਨੂੰ ਪੰਗੋਰੇ ਕਹਿੰਦੇ ਯੂਰਪ ਦੇ ਲੋਕਾਂ ਨੇ ਇਹਨਾਂ ਤੇ ਕਬਜ਼ਾ ਕਰ ਲਿਆ ਔਰ ਇਹਨਾਂ ਨੂੰ ਇੰਨਾ ਦਬਿਆ ਗਿਆ ਇਸ ਵੇਲੇ ਤੁਸੀਂ ਇਹਨਾਂ ਨੂੰ ਵੀ ਜੋੜੇ ਚ ਮਾਰ ਕਰ ਸਕਦੇ ਆ ਉਦੋਂ ਵੀ ਭੈੜੇ ਇਹਨਾਂ ਕੋਈ ਰਾਈਟ ਨਹੀਂ ਹੈਗਾ ਵੋਟ ਦਾ ਰਾਈਟ ਇਹਨਾਂ ਨੇ ਹੁਣ ਲਿਆ ਜਾਣੀ। ਜਿਹਦੀ ਅਕਲ ਮਾਰੀ ਜਾਵੇ ਜਿਹਦੀ ਹਿੰਮਤ ਮਾਰੀ ਜਾਵੇ ਉਹ ਥੱਲੇ ਸਭ ਤੋਂ ਥੱਲੇ ਜਾਂਦਾ ਹੁੰਦਾ ਇਹ ਇੱਕ ਨੁਕਤਾ ਹੈਗਾ ਮਨੁੱਖਤਾ ਦੇ ਵਿੱਚ। ਤੁਸੀਂ ਕਿਤੇ ਵੀ ਚਲੇ ਜਾਓ ਜਿਹਦੇ ਕੋਲ ਅਕਲ ਥੋੜੀ ਆ ਸਮਝ ਹੈ ਨੀ ਔਰ ਆਸਵੇ ਦੀ ਪਾਟ ਗਏ ਹੋਏ ਆ ਉਹ ਕਦੇ ਵੀ ਕਾਮਯਾਬ ਨਹੀਂ ਹੁੰਦੇ। ਅਸੀਂ ਲੋਕ ਆ ਕੇ ਇੱਥੇ ਜਦੋਂ ਪਹਿਲਾਂ ਆਏ ਹਾਂ ਨੰਬਰ 2 ਤੇ ਜਿਹੜਾ ਸੀਗਾ ਸਾਡਾ ਗੁਰਦੁਆਰਾ ਉੱਥੇ ਕਿਉਂਕਿ ਸਾਡੀ ਲੋੜ ਸੀ ਸਾਨੂੰ ਸਮਝ ਸੀਗੀ ਅਸੀਂ ਉੱਥੇ ਨੂੰ ਝੰਬ ਹੋਏ ਆਏ ਸੀਗੇ। ਉਸ ਗੁਰਦੁਆਰੇ ਦਾ ਇਤਿਹਾਸ ਆ ਉਹਦੇ ਵਿੱਚ ਮੁਸਲਮਾਨ ਵੀ ਸੀਗੇ ਜੀ। ਜੀ ਬਿਲਕੁਲ ਬਿਲਕੁਲ ਸਾਡੇ ਸਾਰੇ ਸਾਰੀਆਂ ਜਾਤਾਂ ਸਾਡੀਆਂ ਸਾਰੀਆਂ ਕਹਿੰਦੇ ਲੋੜ ਸੀਗੀ ਉੱਥੇ ਲੰਗਰ ਛਕਦੇ ਸੀ ਸਾਰੀਆਂ ਗੱਲਾਂ ਉੱਥੇ ਹੁੰਦੀਆਂ ਸੀ ਪੋਲੀਟੀ ਗੱਲਾਂ ਵੀ ਹੁੰਦੀਆਂ ਸੀਗੀਆਂ ਇਹ ਗੇਨ ਕਰ ਗਏ ਅਸੀਂ ਇੱਥੇ। ਹੁਣ ਸਾਡੇ ਵਜ਼ੀਰ ਮੰਨਦੇ ਤੇ ਚਾਹੇ ਕਿਸੇ ਜਾਤੀ ਦੇ ਵੀ ਹੋਣ ਜੀ ਚਾਹੇ ਜਿਹਨਾਂ ਜਿਹੜੀਆਂ ਜਾਤੀਆਂ ਦੇ ਲੇਬਲ ਆਏ ਉਹਨਾਂ ਵਿੱਚੋਂ ਸਾਰੀਆਂ ਜਾਤੀਆਂ ਸਾਡੇ ਲੋਕ ਇੱਥੇ ਵਜ਼ੀਰ ਵੀ ਆ ਸਾਰੀਆਂ ਗੱਲਾਂ ਦੇ ਉੱਤੇ ਪੈਸੇ ਚ ਵੀ ਤਕੜੇ ਆ। ਮੇਰਾ ਮੇਨ ਜਿਹੜਾ ਮੁੱਦਾ ਹੈ ਨਾ ਜੀ ਇਕੱਠੇ ਹੋਣਾ ਤੇ ਜਿਹਨਾਂ ਵਿੱਚ ਸਮਝ ਹੈ ਨੀ ਉਹਨੇ ਪਿੱਛੇ ਹੀ ਰਹਿਣਾ ਆ। ਇੱਥੇ ਆ ਕੇ ਵੀ ਕਈ ਸਾਡੇ ਬੰਦੇ ਵੀ ਮੰਗਦੇ ਫਿਰਦੇ ਆ ਸੜਕਾਂ ਦੇ ਉੱਤੇ ਥੋੜੇ ਬਹੁਤੇ ਬਹੁਤੇ ਨੀ ਥੋੜੇ ਬਹੁਤੇ ਕਿਉਂਕਿ ਉਹਨੇ ਨਾ ਹਿੰਮਤ ਕੀਤੀ ਆਪਣੀ ਹਿੰਮਤ ਛੱਡ ਦਿੱਤੀ ਹੋਈ ਆ ਅਕਲ ਛੱਡ ਦਿੱਤੀ ਹੋਈ ਆ। ਔਰ ਮੇਰਾ ਕਹਿਣ ਤੋਂ ਮਤਲਬ ਹੈ ਇਹੀ ਵਰਤਾਰਾ ਇੰਡੀਆ ਦੇ ਵਿੱਚ ਵੀ ਵਰਤਿਆ ਉਹ ਜਿਹੜੀ ਬਹੁਤ ਲੰਬੇ ਸਮੇਂ ਤੋਂ ਵਰਤਿਆ ਆ ਉੱਥੇ ਜਿਹੜੇ ਆਰੀਆ ਲੋਕ ਸਮਾਰਟ ਆਏ ਸੀਗੇ ਉੱਥੇ ਦੇ ਨੇਟਮਾਂ ਨੂੰ ਲੜਾਈਆਂ ਕਰ ਕਰਕੇ ਹਾਰ ਕਰਕੇ ਹਰਾ ਹਰੂ ਦਿੱਤਾ ਤੇ ਜੋ ਵੀ ਤਰੀਕੇ ਵਰਤੇ ਆ ਉੱਤੇ ਵੀ ਹੁਣ ਜਿਹੜਾ ਅਕਲ ਵਾਲਾ ਬੰਦਾ ਆ ਜਿਹਨੇ ਆਪਣਾ ਗਰੁੱਪ ਬਣਾ ਲਿਆ ਉਹ ਪੋਲੀਟੀਕਲ ਪਾਵਰ ਵੀ ਗੇਨ ਕਰ ਜਾਂਦਾ ਤੇ ਦੂਜੀ ਆਪਣੀ ਇਜਤਮਾਨ ਵੀ ਬਣਾ ਜਾਂਦਾ। ਇਕੱਠੇ ਹੋ ਜਾਈਏ ਤੇ ਜੇ ਅਸੀਂ ਚਾਹੁੰਦੇ ਹਾਂ ਤਾਂ ਫਿਰ ਮੇਰੇ ਖਿਆਲ ਦੇ ਵਿੱਚ ਜਿਹੜਾ ਇਹਨਾਂ ਦਾ ਉਪਰਾਲਾ ਹੈ ਤਾਂ ਬਹੁਤ ਵਧੀਆ ਔਰ ਜਿਹੜੇ ਵੀ ਕੋਈ ਇਹੋ ਜਿਹਾ ਉਪਰਾਲਾ ਕਰਦਾ ਸਾਨੂੰ ਸਲਾਹ ਆ ਜੋ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਇਹ ਕੋਈ ਕੰਮ ਕਰ ਸਕਦਾ ਕੋਈ ਮੂਹਰੇ ਲੱਗਦਾ ਜੀ। ਹਾਂਜੀ ਲਾਈਨ 4 ਤੁਸੀਂ ਕੀ ਕਹੋਗੇ। ਬੁੱਕ ਚ ਪੜ੍ਹਾਈ ਚਲ ਹੋ ਗਿਆ ਨਾ ਭੁੱਲਦਾ ਆਂਡੀ ਸੀ ਦੁਨੀਆਂ ਉਹਨਾਂ ਨੇ ਆਪਦੀ ਲੜਕੀ ਦਾ ਰਿਸ਼ਤਾ ਮਰੀ ਸਿੱਖਣਾ ਕਰਤੀ ਸੀ ਤੇ ਬਾਅਦ ਚੋਂ ਸੀਗੇ ਜੇਲ੍ਹ ਦੇ ਵਿੱਚ ਬਾਅਦ ਚੋਂ ਦੂਜੇ ਸਿੰਘਾਂ ਨੇ ਨਾਲ ਦੇ ਸੋਚਿਆ ਵੀ ਹੁਣ ਤਾਂ ਜੇਲ੍ਹ ਚ ਆਪਾਂ ਰਿਸ਼ਤਾ ਤੋੜ ਕੇ ਉਹਨਾਂ ਨੇ ਕਿਤੇ ਹੋਰ ਆਪਣਾ ਜਾਂਚ ਕਰਤਾ ਬਰਾਲੀ ਚ ਕਰਤਾ ਬੈਠ ਕੇ ਜਦੋਂ ਬਾਅਦ ਉਹਨੂੰ ਮਿਲਣ ਉਹਨੇ ਸ਼ੀਰਵਾਦ ਲੈਣ ਗਏ ਤੇ ਭਾਈ ਸਾਹਿਬ ਨੇ ਕੰਡ ਖਾ ਲਈ ਉਹਨੇ ਆਪਣੇ ਕੁੜੀ ਵੱਲ ਤੇਜ਼ ਜਵਾਈ ਗੱਲ ਤੇ ਬਾਅਦ ਸ਼ਾਇਦ ਮੁੰਡਾ ਕੁੜੀ ਖੜੀ ਮੈਨੂੰ ਚੇਤਾ ਨਹੀਂ ਕਿਆ ਹੋ ਗਿਆ ਉਹ ਦੋਵੇਂ ਮਰ ਗਏ ਸੀ। ਠੀਕ ਹੈ ਜੀ ਥੈਂਕ ਯੂ। ਹਾਂਜੀ ਲਾਈਨ 5 ਜੀ ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਯਾਰ ਐਕਚੁਅਲੀ ਮੈਂ ਨਾ ਤੁਹਾਨੂੰ ਇਹਦੇ ਨਾਲ ਸੰਬੰਧਿਤ ਇੱਕ ਦੱਸਦਾ ਵੀ ਦੋ ਫਰੈਂਡ ਬਣ ਗਏ ਇੱਥੇ ਏਅਰਪੋਰਟ ਦੇ ਵਿੱਚ। ਅੱਛਾ ਜੀ। 2 ਸਾਲ ਉਹ ਫਰੈਂਡ ਰਹੇ 2 ਸਾਲ ਬਾਅਦ ਉਹਨਾਂ ਦੀ ਨੇੜਤਾ ਇੰਨੀ ਵੱਧ ਗਈ ਕਿ ਜਿਹੜਾ ਮਤਲਬ ਇੱਕ ਸੀਗਾ ਫਰੈਂਡ ਉਹ ਦੂਸਰਿਆਂ ਨੂੰ ਕਹਿੰਦਾ ਵੀ ਮੈਂ ਆਪਣੀ ਸਿਸਟਰ ਦਾ ਤੈਨੂੰ ਰਿਸ਼ਤਾ ਕਰਨਾ ਜਾ ਰਿਹਾ। ਅੱਛਾ ਜੀ। ਰਿਸ਼ਤੇ ਦੀ ਗੱਲ ਚੱਲੀ ਜਿਹੜਾ ਮੁੰਡੇ ਨੂੰ ਰਿਸ਼ਤਾ ਕਰ ਲਈ ਕਹਿੰਦਾ ਉਹ ਕਹਿੰਦਾ ਵੀ ਮੈਂ ਤਾਂ ਨਾ ਹੀ ਆ। ਅੱਛਾ। ਕਹਿੰਦਾ ਵੀ ਨਾ ਹੀ ਮਤਲਬ ਕਹਿੰਦਾ ਮੇਰੇ ਪਿੱਛੇ ਤੋਂ ਕਾਸਟ ਨਾ ਹੀ ਆ ਪਰ ਮੈਂ ਇੱਥੇ ਬਾਲ ਨੀ ਕੱਪਦਾ ਰਹਿਤੇ ਇੱਥੇ ਮੈਂ ਜੋਬ ਕਰਦੇ ਆਪਾਂ ਦੋਨੇ ਤੇ ਉਹ ਕਹਿੰਦਾ ਵੀ ਤੂੰ ਮੇਰਾ 2 ਸਾਲ ਤੋਂ ਫਰੈਂਡ ਆ ਮੈਨੂੰ ਨੀ ਪਤਾ ਵੀ ਤੂੰ ਕੌਣ ਆ ਪਰ ਮੈਂ ਜਿਹੜੀ ਤੇਰੀ ਕੁਆਲਿਟੀ ਦੇਖੀ ਉਹ ਇੱਕ ਵਧੀਆ ਇਨਸਾਨ ਆ। ਹਾਂਜੀ। ਉਸ ਤੋਂ ਬਾਅਦ ਜੀ ਉਹਨਾਂ ਨੇ ਇੱਥੇ ਰਿਸ਼ਤਾ ਕੀਤਾ ਵਧੀਆ ਫੈਮਿਲੀ ਖੁਸ਼ ਆ ਉਹ ਨੰਬਰ 1 ਤੋਂ ਤਾਂ ਬਹੁਤ ਵਧੀਆ ਗੱਲ ਹੈ। ਨੰਬਰ 2 ਤੇ ਤੇਜ਼ ਆ ਰਹੀ ਹੈ ਰੇਟ ਨੰਬਰ 2 ਤੇ ਹੁਣ ਅਸੀਂ ਜਿਵੇਂ ਇੰਡੀਆ ਇੱਕ ਪ੍ਰਚਾਰ ਕਾਰ ਕੀਤਾ ਉਹਨੂੰ 70,000 ਰੁਪਏ ਜਿਵੇਂ ਸਾਲ ਦਾ ਪੇ ਕਰਦੇ ਆ ਰਿਹਾ ਇਸ ਪ੍ਰੋਜੈਕਟ ਵਗੈਰਾ ਦਿੱਤੇ ਵਧੀਆ ਰੇਟ
ਉੱਥੇ ਅਸੀਂ ਨਾ ਐਕਸਪੈਰੀਮੈਂਟ ਕੀਤਾ ਸੀਗਾ ਵੀ ਮਤਲਬ ਜਿਹੜਾ ਜਿਵੇਂ ਆਪ ਵੀਰ ਜੀ ਨੇ ਇੰਦਰਜੀਤ ਨੇ ਕਿਹਾ ਕਿ ਪ੍ਰੈਕਟੀਕਲ ਨੀ ਹੋ ਰਿਹਾ ਮਤਲਬ ਅਸੀਂ ਪੜ੍ਹੀ ਜਾ ਰਹੇ ਹਾਂ ਰਾਈਟ ਅਸੀਂ ਇਹਨੂੰ ਪ੍ਰੈਕਟੀਕਲੀ ਲਾਗੂ ਕੀਤਾ ਗਾ ਜਿਹੜੇ ਮਲਟੀ ਸਿੱਖ ਸੀਗੇ ਵੀਰ ਉਹ ਜਿਵੇਂ ਅਲੱਗ ਆਪਣੇ ਆਪ ਨੂੰ ਫੀਲ ਕਰਕੇ ਅਲੱਗ ਉਹ ਭਾਈ ਜੀਵਨ ਸਿੰਘ ਦੀ ਜਿਵੇਂ ਮਨਾਉਂਦੇ ਹੁੰਦੇ ਸੀਗੇ ਦਿਨ ਅੱਛਾ ਜੀ ਹੌਲੀ ਹੌਲੀ ਅਸੀਂ ਉਹਨਾਂ ਦੇ ਵਿੱਚ ਮਤਲਬ ਜਾ ਕੇ ਉਹਨਾਂ ਨੂੰ ਗੱਲਬਾਤ ਕਰਕੇ ਮਤਲਬ ਕਿ ਜਿਹੜੇ ਜੱਟ ਸਿੱਖ ਸੀਗੇ ਉਹ ਆਪ ਬਹੁਤ ਉਹਨਾਂ ਦੇ ਨਾਲ ਮਤਲਬ ਕਿ ਜਦੋਂ ਉਹ ਪਾਠ ਰੱਖਦੇ ਸੀ ਵੀ ਉੱਥੇ ਉਹਨਾਂ ਦੇ ਵਿੱਚ ਹੱਥੀ ਕੰਮ ਕਰਦੇ ਉਹਨਾਂ ਨਾਲ ਜਿਹੜੇ ਮਤਲਬ ਹਾਇਰ ਕੀਤੇ ਉੱਥੇ ਜਿੱਥੇ ਕੰਮ ਕਰਦੇ ਇਹ ਨਾਲ ਆਪਣੇ ਤੇ ਉਹਨਾਂ ਦੇ ਵਿੱਚ ਜਿਹੜੀ ਮਤਲਬ ਇੱਕ ਇਨਫਿਨਿਟੀ ਕੰਪਲੈਕਸ ਸੀਗਾ ਵੀ ਹਾਂ ਅਸੀਂ ਮਲਟੀ ਸਿੱਖਾਂ ਜਾਂ ਨੀਵੇਂ ਆਗੇ ਉਹ ਇੱਕ ਉਹ ਦੂਰ ਕੀਤਾ ਫਿਰ ਹੁਣ ਉਹ ਇਕੱਠੇ ਹੋ ਕੇ ਪ੍ਰੋਗਰਾਮ ਕਰਾਉਣ ਲੱਗ ਗਏ ਜੱਟ ਸਿੱਖ ਮਤਲਬ ਸਿਸਟਮ ਹੀ ਖਤਮ ਕਰਤਾ ਵੀ ਤੁਸੀਂ ਮਲਟੀ ਆ ਜਾਂ ਸਿੱਖ ਆ ਜਾਂ ਜੱਟ ਆ ਇੱਕ ਮਤਲਬ ਕਿ ਯੂਨੀਵਰਸਲ ਮੈਸੇਜ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਵੀ ਇਨਸਾਨ ਇਨਸਾਨ ਆ ਯੂਨੀਵਰਸਲ ਮੈਸੇਜ ਆ ਵੀ ਵਧੀਆ ਇਨਸਾਨ ਤੇ ਵਧੀਆ ਸੰਸਾਰ ਬਣੇ ਉਹ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸੰਦੇਸ਼ ਆ ਉਹਨੂੰ ਪ੍ਰੈਕਟੀਕਲੀ ਲਾਗੂ ਕੀਤਾ ਇਹ ਅੱਜ ਜਿਵੇਂ 4 ਸਾਲ ਤੋਂ ਚੱਲ ਰਿਹਾ ਪ੍ਰੋਜੈਕਟ ਸਾਡਾ ਤੇ 8 ਪਿੰਡਾਂ ਜਿਵੇਂ ਚੱਲ ਰਿਹਾ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਤੁਹਾਡੀ ਹਾਂਜੀ ਇੰਦਰਜੀਤ ਜੀ ਸਤਿ ਸ੍ਰੀ ਅਕਾਲ ਹਾਂਜੀ ਮੈਨੂੰ ਲੱਗ ਰਿਹਾ ਜੀ ਕਿ ਦੇਖੋ ਬਹੁਤ ਵਧੀਆ ਆਪਣੇ ਰਿਸਪੌਂਸ ਆ ਰਿਹਾ ਕਿ ਸਾਡੇ ਜਿੰਨੇ ਵੀ ਸਰੋਤੇ ਸੁਣ ਰਹੇ ਨੇ ਸਭ ਦੀ ਸੋਚ ਜਿਹੜੀ ਹੈ ਉਮੀਦ ਕਰਦੇ ਹਾਂ ਜੀ ਕਿ ਇਸੇ ਤਰ੍ਹਾਂ ਸੋਚ ਰਹੇਗੀ ਤੇ ਹੁਣ ਤੁਸੀਂ ਕੀ ਕਹੋਗੇ ਬਹੁਤ ਖੁਸ਼ੀ ਹੋਈ ਜੀ ਸੁਣ ਕੇ ਆਪਣੇ ਸਰੋਤੇ ਵੀਰਾਂ ਦੇ ਭੈਣਾਂ ਦੇ ਵਿਚਾਰ ਸੁਣ ਕੇ ਤੇ ਪੋਜ਼ਿਟਿਵ ਮੈਂ ਵੀ ਸੁਣਿਆ ਵੀ ਪੋਜ਼ਿਟਿਵ ਵਿਚਾਰ ਜ਼ਿਆਦਾ ਆ ਰਿਹਾ ਤੇ ਉਹ ਭਾਜੀ ਹੁਣੇ ਤਾਂ ਕਹਿ ਕੇ ਗਏ ਕਿ ਪ੍ਰੈਕਟੀਕਲ ਅਸੀਂ ਸ਼ੁਰੂ ਕੀਤਾ ਹੋਇਆ ਵਾਕਿਆ ਇਹ ਮਤਲਬ ਪ੍ਰੂਵ ਹੋ ਰਿਹਾ ਜੀ 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 ਕਿਉਂਕਿ 2-3 ਬੰਦਿਆਂ ਦੇ ਵਿਚਾਰ ਨੈਗੇਟਿਵ ਸੀਗੇ ਉਹ ਚਲੋ ਉਹ ਬਾਕੀ ਦੇ ਸਾਰੇ ਤਕਰੀਬਨ ਪੋਜ਼ਿਟਿਵ ਆ ਪਰ ਆਪੋ ਆਪਣੇ ਵਿਚਾਰ ਆ ਗੁਰੂ ਸਾਹਿਬ ਦਾ ਜੋ ਮਿਸ਼ਨ ਆ ਜੀ ਇਹ ਦੇਖੋ ਜੀ ਅਟਲ ਆ ਇਹ ਨਾ ਇਹ ਫੇਲ ਹੋਇਆ ਨਾ ਫੇਲ ਹੋਣਾ ਤੇ ਨਾ ਹੋਊਗਾ ਠੀਕ ਨਹੀਂ ਇਹਨੂੰ ਇਸ ਮਿਸ਼ਨ ਨੂੰ ਫੇਲ ਕਰਨ ਵਾਲੀਆਂ ਤਾਕਤਾਂ ਬੜੀਆਂ ਪੈਦਾ ਹੋਈਆਂ ਪਹਿਲਾਂ ਤੋਂ ਆ ਚੱਲ ਰਹੀਆਂ ਸੱਚ ਨੂੰ ਕਦੇ ਕੋਈ ਖਤਮ ਨਹੀਂ ਕਰ ਸਕਦਾ ਸਿੱਖ ਧਰਮ ਦਾ ਜੋ ਸਿਧਾਂਤ ਆ ਇਹ ਇੱਕ ਦਿਨ ਨੂੰ ਹੋਪ ਫੋਰ ਦੀ ਬੈਸਟ ਇਹ ਕਾਮਯਾਬ ਹੋ ਕੇ ਰਹੇਗਾ ਔਰ ਜੋ ਇੱਕ ਭਾਈ ਸਾਹਿਬ ਕਹਿੰਦੇ ਸੀ ਨਹੀਂ ਜੀ ਸਿੱਖਾਂ ਨੇ ਜਾਤ ਐਕਸੈਪਟ ਕਰ ਲਈ ਆ ਮੇਰਾ ਖਿਆਲ ਉਹ ਸਿੱਖ ਨਹੀਂ ਹੋਣਗੇ ਜਿਨ੍ਹਾਂ ਨੇ ਜਾਤ ਪਾਤ ਐਕਸੈਪਟ ਕੀਤੀ ਆ ਉਹ ਸ਼ਾਇਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਵਾਰੀ ਪੜ੍ਹ ਕੇ ਗੁਰੂ ਸਾਹਿਬ ਜੀ ਤੋਂ ਜ਼ਰੂਰ ਇੱਕ ਵਾਰੀ ਪੁੱਛਣਗੇ ਗੁਰੂ ਸਾਹਿਬ ਮੇਰਾ ਆਹ ਕੁਐਸਚਨ ਹੈ ਜ਼ਰੂਰ ਜਵਾਬ ਮਿਲੂਗਾ ਤੇ ਨੰਬਰ 2 ਤੇ ਜਿੱਦਾਂ ਭਾਈ ਜੀ ਨੇ ਕਹਿੰਦੇ ਆਪਾਂ ਇਕੱਠੇ ਹੋ ਜਾਈਏ ਸਾਰੇ ਤੇ ਗੁਰੂ ਸਾਹਿਬ ਦਾ ਵੀ ਉਸ ਵੇਲੇ ਇਹੀ ਐਲਾਨ ਸੀਗਾ ਇੱਕ ਇਤਿਹਾਸਕਾਰ ਨੇ ਬਹੁਤ ਵਧੀਆ ਲਾਈਨ ਲਿਖੀ ਆ ਉਹ ਜਦੋਂ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਅੰਗਰੇਜ਼ ਔਰੰਗਜ਼ੇਬ ਤੱਕ ਭੇਜਿਆ ਹੋਇਆ ਸੂਈਆ ਸੀ ਅਹਿਮਦ ਸ਼ਾਹ ਬਟਾਲਵੀ ਦੇ ਉਹ ਉਸ ਰਿਪੋਰਟ ਦੇ ਵਿੱਚੋਂ ਕੁਛ ਕੁ ਲਾਈਨਾਂ ਉਹਨੇ ਲਿਖੀਆਂ ਉਹ ਕਹਿੰਦਾ ਕਿ ਜਿਸ ਵੇਲੇ ਗੁਰੂ ਸਾਹਿਬ ਨੇ ਐਲਾਨਨਾਮਾ ਕੀਤਾ ਅੰਮ੍ਰਿਤ ਛਕਾਇਆ ਉਹਨਾਂ ਨੇ ਗੁਰੂ ਸਾਹਿਬ ਨੇ ਐਲਾਨ ਕੀਤਾ ਕਿ ਸਾਰੇ ਆਪਣੀਆਂ ਪਿਛਲੀਆਂ ਜਾਤਾਂ ਭੁੱਲ ਜਾਣ ਸਾਰੇ ਇੱਕ ਦੂਜੇ ਨੂੰ ਭਰਾ ਸਮਝਣ ਭਾਵ ਇੱਕੋ ਟੱਬਰ ਦੇ ਜੀ ਕੋਈ ਵੀ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਨੀਵਾਂ ਨਾ ਸਮਝੇ ਸਾਰੇ ਸਿੱਖ ਧਾਰਨ ਸਿੱਖ ਮਤ ਦੇ ਧਾਰਨੀ ਬਣੋ ਪੁਰਾਣੇ ਧਰਮਾਂ ਦੇ ਭੇਦਾਂ ਨੂੰ ਬਖੰਡਾਂ ਨੂੰ ਭੁੱਲ ਜਾਓ ਦੇਖੋ ਗੁਰੂ ਸਾਹਿਬ ਦਾ ਉਹ ਐਲਾਨਨਾਮਾ ਆ ਕਿ ਅਸੀਂ ਆਪਣੇ ਗੁਰੂ ਤੋਂ ਬੇਮੁੱਖ ਸਾਨੂੰ ਹੋਣਾ ਚਾਹੀਦਾ ਦੋ ਸਮਾਜ ਨੇ ਹਿੰਦੂਸਤਾਨ ਭਾਰਤ ਦੀ ਧਰਤੀ ਤੇ ਇੱਕ ਸਿੱਖ ਸਮਾਜ ਇੱਕ ਹੈਗਾ ਆ ਭਾਰਤੀ ਸਮਾਜ ਕੀ ਸਾਨੂੰ ਇਹ ਜੱਟਾਂ ਜਾਂ ਮੈਂ ਦੂਸਰੇ ਜਾਂ ਜਮਾਰਾ ਮੈਂ ਇਹ ਇਸ ਝੰਝਟ ਚ ਨਹੀਂ ਪੈਣਾ ਚਾਹੁੰਦਾ ਸਿੱਖ ਸਿੱਖ ਹੀ ਆ ਕੋਈ ਹੋਵੇ ਉਹ ਕਹਿ ਰਹੇ ਨੇ ਕਿ ਉਹ ਏਦਾਂ ਪੁੱਛ ਕੇ ਇਹੋ ਜਿਹਾ ਮਤਲਬ ਵਿੱਚ ਸੁਣਨ ਨੂੰ ਏਦਾਂ ਫੀਲ ਜਿਹਾ ਹੋ ਰਿਹਾ ਸੀਗਾ ਕਿ ਉਹ ਐਂ ਕਰਦੇ ਤੇ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਗੁਰੂ ਸਾਹਿਬ ਨੇ ਸਾਨੂੰ ਇਹ ਹੁਕਮ ਦੇ ਦਿੱਤਾ ਤਾਂ ਸਾਨੂੰ ਆਪਣੇ ਗੁਰੂ ਤੋਂ ਬੇਮੁੱਖ ਹੋਣ ਦੀ ਲੋੜ ਹੈਗੀ ਆ ਕੀ ਸਾਨੂੰ ਜ਼ਿਆਦਾ ਮਰਿਆਦਾ ਪੁਰਸ਼ੋਤਮ ਬਣਨ ਦੀ ਲੋੜ ਆ ਉੱਥੋਂ ਦੇ ਬ੍ਰਾਹਮਣੀ ਸਮਾਜ ਨੂੰ ਅਸੀਂ ਜ਼ਿਆਦਾ ਪ੍ਰੋਟੈਕਟ ਕਰ ਰਹੇ ਹਾਂ ਉਹਨੂੰ ਜ਼ਿਆਦਾ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜੋ ਸਾਡੇ ਗੁਰੂ ਸਾਹਿਬ ਦੀ ਮਰਿਆਦਾ ਹੈ ਉਹਨੂੰ ਅਸੀਂ ਪਿੱਛੇ ਸੱਟ ਰਹੇ ਹਾਂ ਦੇਖੋ ਕਿੱਡਾ ਧੱਕਾ ਲੱਗ ਰਿਹਾ ਸਾਡੇ ਗੁਰੂ ਸਾਹਿਬ ਦੇ ਸਿਧਾਂਤ ਨੂੰ ਹਨਾ ਜੀ ਤੇ ਉਹ ਜਿਹੜਾ ਧੱਕਾ ਆ ਉਹੀ ਸਾਡੇ ਜਿਹਾ ਸਾਨੂੰ ਕਮਜ਼ੋਰ ਕਰ ਰਿਹਾ ਵੀਕ ਕਰ ਰਿਹਾ ਬਿਲਕੁਲ ਜੀ ਔਰ ਇੱਕ ਦੂਜੇ ਨੂੰ ਲਾਵਖ ਕਰ ਰਿਹਾ ਹਾਂ ਦੂਰ ਕਰ ਰਿਹਾ ਤੇ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਜਿਵੇਂ ਕਿ ਅਸੀਂ 85% ਹੈ ਸ਼ੁੱਧਰ ਜੇਕਰ ਅਸੀਂ ਉਹ ਆਪਣੀ ਆਪਸੀ ਨਫ਼ਰਤ ਛੱਡ ਦਈਏ ਜੀ ਪਰ ਉਹ ਨਫ਼ਰਤ ਮੈਂ ਉਹੀ ਗੱਲ ਕਿਹਾ ਸੀ ਕਿ ਇੰਪੋਸੀਬਲ ਪਰ ਗੁਰੂ ਸਾਹਿਬ ਕਹਿੰਦੇ ਨਹੀਂ ਸੱਜਣਾ ਇੱਧਰ ਆ ਜਾ ਮੈਂ ਇਹਨੂੰ ਪੋਸੀਬਲ ਕਰਕੇ ਦਿਖਾਉਣਾ ਜੀ ਇਹ ਗੁਰੂ ਗ੍ਰੰਥ ਸਾਹਿਬ ਚ ਪਾਵਰ ਆ ਗੁਰੂ ਸਿੱਖ ਸਿਧਾਂਤ ਚ ਇੰਨੀ ਪਾਵਰ ਆ ਕਿ ਉਹ ਇੰਪੋਸੀਬਲ ਨੂੰ ਪੋਸੀਬਲ ਕਰਦੇ ਆ ਠੀਕ ਨਹੀਂ ਤੇ ਉਹ
ਸਾਨੂੰ ਅਸੀਂ ਬ੍ਰਾਹਮਣੀ ਸਮਾਜ ਦੀ ਮਰਿਆਦਾ ਨੂੰ ਮੰਨਣ ਦੀ ਬਜਾਏ ਜੇਕਰ ਅਸੀਂ ਕਿਤੇ ਗੁਰੂ ਸਾਹਿਬ ਦੀ ਮਰਿਆਦਾ ਨੂੰ ਮੰਨੀਏ, ਗੁਰੂ ਸਾਹਿਬ ਦਾ ਸਿਧਾਂਤ ਕੀ ਕਹਿੰਦਾ ਸੀ 85% ਇਕੱਠੇ ਹੋ ਜਾਵਾਂਗੇ ਤੇ ਫਿਰ ਸੱਚ ਜਾਣਿਓ ਵੀ ਜਿਹੜਾ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਵੀ ਹੁਕਮ ਆ ਕਿ ਬੇਗਮਪੁਰਾ ਧਾਰਮਿਕ ਗਮਾਂ ਤੋਂ ਰਹਿਤ ਸਮਾਜ ਜਿੱਥੇ ਸਾਰੇ ਮਿੱਤਰ ਹੋਣ, ਭਾਈ ਭਾਈ ਹੋਣ, ਦੋਸਤ ਹੋਣ, ਇੱਕ ਇਹੋ ਜਿਹਾ ਸਾਂਝਾ ਸਮਾਜ ਬਣ ਜਾਊਗਾ ਜਿਹਨੂੰ ਅਨੰਦਪੁਰ ਕਹਿੰਦੇ ਆ। ਅਨੰਦਪੁਰ ਆਨੰਦ ਜਿੱਥੇ ਖੁਸ਼ੀਆਂ ਖੁਸ਼ੀਆਂ, ਸਾਰੇ ਮਿੱਤਰ ਦੋਸਤ ਨੇ, ਕਿਸੇ ਨੂੰ ਕੋਈ ਦੁੱਖ ਤਕਲੀਫ਼ ਨੀ ਹੈਗੀ, ਕੋਈ ਕਿਸੇ ਦੇ ਖੂਨ ਦਾ ਪਿਆਸਾ ਨੀ, ਸਾਰੇ ਸਮਝਦੇ ਕਿ ਤੇਰਾ ਖੂਨ ਲਾਲ ਹੈ ਤੇ ਮੇਰਾ ਵੀ ਲਾਲ ਹੈ, ਮਿੱਤਰ ਆਪਾਂ ਭਰਾ ਭਰਾ ਹੈ, ਮਿੱਤਰ ਮਿੱਤਰ ਆ, ਦੋਸਤ ਆ, ਰਿਸ਼ਤੇਦਾਰ ਆ। ਇਹੀ ਅਨੰਦਪੁਰ ਆ, ਇਹੀ ਬੇਗਮਪੁਰ ਆ, ਇਹੀ ਸਿੱਖ ਸਮਾਜ ਆ। ਤੇ ਮੈਂ ਦੂਜੇ ਸ਼ਬਦ ਚ ਇਹ ਵੀ ਕਹਿ ਦਵਾਂ ਕਿ ਇਹੀ ਖਾਲਿਸਤਾਨ ਵੀ ਜਿਹੜਾ ਇਹੀ ਖਾਲ। ਚਲੋ ਦੋਸਤੋ, ਇੱਕ ਵਾਰੀ ਫਿਰ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ। ਸਾਡੇ ਜੀ ਕਾਲਜ ਜਿੰਨੇ ਵੀ ਸਾਰੇ ਹੋਲ ਤੇ ਨੇ ਜੀ, ਇਸੇ ਤਰ੍ਹਾਂ ਹੋਲ ਤੇ ਰਹਿਣਾ, ਕਿਉਂਕਿ ਵਕਤ ਆਪਣੇ ਕੋਲ ਘਟਦਾ ਜਾ ਰਿਹਾ। ਲੇਕਿਨ ਮੈਂ ਚਾਹੂੰਗੀ ਕਿ ਤੁਹਾਨੂੰ ਸਭ ਨੂੰ ਹੀ ਜਿਹੜਾ ਕਿ ਆਪਾਂ ਮੌਕਾ ਜ਼ਰੂਰ ਦੇਈਏ। ਸੋ ਛੋਟੀ ਛੋਟੀ ਗੱਲਬਾਤ ਰੱਖਣਾ ਜੀ, ਕਿਉਂਕਿ ਆਪਾਂ ਸਾਰਿਆਂ ਨੂੰ ਹੀ ਮੌਕਾ ਦੇਣਾ ਕਿ ਤੁਸੀਂ ਕੀ ਕਹਿਣਾ ਚਾਹ ਰਹੇ ਹੋ, ਅਤੇ ਐਂਡ ਤੇ ਜਾ ਕੇ ਆਪਾਂ ਇੰਦਰਜੀਤ ਸਿੰਘ ਅਤੇ ਆਪਣਾ ਦਿਲਬਾਗ ਸਿੰਘ ਜੀ ਉਹਨਾਂ ਦੇ ਨਾਲ ਐਂਡ ਕਰਾਂਗੇ। ਤੁਹਾਡਾ ਸਭ ਦਾ ਮੈਂ ਇਸ ਪਹਿਲਾਂ ਤਾਂ ਧੰਨਵਾਦ ਕਰਦੀ ਹਾਂ ਜੀ, ਤੁਸੀਂ ਸਾਰੇ ਹੀ ਇਹਦੇ ਵਿੱਚ ਪਾਰਟੀਸਪੇਟ ਕਰ ਰਹੇ ਹੋ, ਔਰ ਪਤਾ ਲੱਗ ਰਿਹਾ ਕਿ ਸਾਡੇ ਸਾਰੇ ਹੀ ਜਿੰਨੇ ਵੀ ਭਾਈਚਾਰੇ ਦੇ ਵਿੱਚੋਂ ਆ, ਸਾਰੇ ਹੀ ਸਾਡੇ ਸਰੋਤੇ ਜਿਹੜੇ ਕਿ ਇੱਕੋ ਹੀ ਚੀਜ਼ ਭਾਲਦੇ ਨੇ। ਹਾਂਜੀ, ਲਾਈਨ 1। ਹਾਂਜੀ, ਸਤਿ ਸ੍ਰੀ ਅਕਾਲ, ਤੁਸੀਂ ਦੁਬਾਰਾ ਆਏ ਵਾਲਾ ਦਾ। ਹਾਂਜੀ ਸਰ, ਮੈਂ ਕੰਪਲੀਟ ਕਰਨਾ ਚਾਹ ਰਹੀ ਹਾਂ। ਹਾਂਜੀ, ਕੁਇਕਲੀ। ਹਾਂਜੀ, ਜਿਹੜਾ ਕਾਸਟ ਸਿਸਟਮ ਆ ਉਹ ਆਪਣੇ ਆਪਣੇ ਜੋ ਆ ਕੇ ਪਹੁੰਚਦੇ ਆਪਾਂ ਤੋਂ ਰਾਈ, ਬਿਲਕੁਲ ਪੁੱਛ ਲਈ। ਉਹ ਕਹਿੰਦੇ ਤੁਸੀਂ ਡਿਪਲੋਮੈਟਿਕ ਹੈਗਾ, ਤੁਸੀਂ ਤੁਹਾਡਾ ਰਿਲੀਜਨ ਕੁਛ ਹੋਰ ਕਹਿੰਦਾ, ਤੁਸੀਂ ਕੁਛ ਹੋਰ ਕਹਿੰਦੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਜਿਹੜਾ ਕਾਸਟ ਸਿਸਟਮ ਇਸ ਪਾਰਟ ਓਵਰ ਸੋਸ਼ਲ ਸਿਸਟਮ, ਬਟ ਇਟਸ ਨਾਟ ਪਾਰਟ ਓਵਰ ਰਿਲੀਜਨ। ਹੁਣ ਜਿਹੜਾ ਰਿਲੀਜਨ ਵਿੱਚ ਬੜਾ ਕੁਛ ਅਸੀਂ ਉਹ ਨਹੀਂ ਕਰਦੇ ਰਹੇ, ਆਪਾਂ ਸ਼ਰਾਬਾਂ ਵੀ ਪੀਂਦੇ, ਝੂਠ ਵੀ ਬੋਲਦੇ ਹਾਂ, ਅਸੀਂ ਬੜਾ ਕੁਛ ਕਰਦੇ ਰਿਲੀਜਨ ਦੇ, ਉਹ ਨਹੀਂ ਆਪਾਂ ਕਰ ਸਕਦੇ ਰਹੇ। ਤੇ ਬਾਕੀ ਜਿਹੜਾ ਰਿਲੀਜਨ ਉਹ ਸ਼ੇਪ ਕਰਦਾ ਸੋਸ਼ਲ ਸਿਸਟਮ, ਨਾ ਕਿ ਡਿਕਟੇਟ ਕਰਦਾ ਰਹੇ। ਹੁਣ ਹੋਰ ਵੀ ਉਹ, ਜੇ ਤੁਸੀਂ ਸ਼ਰਾਬ ਪੀਂਦੇ ਜਾਂ ਤੁਸੀਂ ਝੂਠ ਬੋਲਦੇ ਆ, ਉਹ ਰਿਲੀਜਨ ਸਾਨੂੰ ਆਇਆ ਨੀ ਕਹਿੰਦਾ ਤੂੰ ਸਿੱਖ ਨੀ, ਤੂੰ ਉਹ ਕਹਿੰਦਾ ਤੂੰ ਹੌਲੀ ਹੌਲੀ ਜ਼ਿਆਦਾ ਉਹਨੂੰ ਉਹ ਸ਼ੇਪ ਕਰਨ ਦੀ ਕੋਸ਼ਿਸ਼ ਕਰ, ਤੂੰ ਵੀ ਵਧੀਆ ਇਨਸਾਨ ਬਣਨ ਦੀ ਕੋਸ਼ਿਸ਼ ਕਰ। ਬਾਕੀ ਜਿਹੜਾ ਜਿਹੜਾ ਕਾਸਟ ਸਿਸਟਮ ਹੈਗਾ ਹੈਗਾ ਵਨ ਵੇ ਔਰ ਅਦਰ ਵੇ। ਹੁਣ ਜਿਵੇਂ ਕੋਈ ਜੇ ਕੋਈ ਵੀ ਕਾਸਟ ਵਿੱਚ ਕੋਈ ਚੰਡੀਗੜ੍ਹ ਰਹਿੰਦਾ ਰਹੇ, ਉਹਦੇ ਕੋਲ ਚੰਗੀ ਜੋਬ ਆ, ਹੀ ਡੋਂਟ ਟ੍ਰੀਟ ਹਿਜ਼ ਓਨ ਓਨ ਰਿਲੇਟਿਵ ਲਾਈਕ ਹੀ ਟ੍ਰੀਟ ਹਿਜ਼ ਓਨ ਨੇਬਰ। ਜਿਹੜਾ ਜਿਹੜਾ ਇਹ ਵੀ ਹੈਵ ਟੂ ਲਰਨ ਹਾਊ ਟੂ ਲਿਵ ਐਕਸੈਪਟੈਂਸ ਐਂਡ ਟੋਲਰੈਂਸ। ਹੁਣ ਆਪਾਂ ਚੰਡੀਗੜ੍ਹ ਜਾ ਕੇ ਆਪਾਂ ਕਹਿ ਦਈਏ ਅਸੀਂ ਵੀ ਜੋ ਕੋਈ ਕੋਈ ਮੈਂ ਲਾਇਰ ਹਾਂ, ਵੀ ਮੈਂ ਇੱਕ ਬੰਦਾ ਖੇਤੀ ਕਰਦਾ, ਕੋਈ ਮੈਂ ਤੇਰੀ ਮੇਰੀ ਐਂਟਰ ਮੈਂ ਤੇਰੀ ਮੈਰਿਜ ਕਰਨੀ ਹੈ, ਉਹ ਕਹੂਗਾ ਨਹੀਂ ਮੈਂ ਤਾਂ ਲਾਇਰ ਹਾਂ, ਮੈਂ ਉਹਦੇ ਨਾਲ ਹੀ ਕਰੂੰ। ਠੀਕ ਹੈ ਜੀ। ਤੇ ਇਹ ਆਪਾਂ ਨੂੰ ਜਿਹੜੀ ਆਪਣੀ ਸਟਰੈਂਥ ਹੈਗੀ, ਜਿਹੜਾ ਆਪਣਾ ਸੋਸ਼ਲ ਸਿਸਟਮ ਆ, ਕਾਸਟ ਸਿਸਟਮ, ਆਪਣੀ ਸਭ ਤੋਂ ਵੱਡੀ ਸਟਰੈਂਥ ਵੀ ਹੈ ਤੇ ਆਪਣੀ ਵੀਕਨੈਸ ਵੀ ਹੈ। ਉਹ ਜਿਹੜੇ ਆਪਣੀ ਜਿਹੜੀਆਂ ਬਾਲਟੀਆਂ ਹੈਗੀਆਂ ਆਪਾਂ ਨੂੰ ਵੀਕ ਕਰਨੀਆਂ ਚਾਹੁੰਦੀਆਂ ਹੈਗੀਆਂ, ਉਹ ਆਪਾਂ ਨੂੰ ਉਹ ਆਪਾਂ ਨੂੰ ਵੀਕਨੈਸ ਉਹ ਰਿਲਾਈਜ਼ ਕਰਾਉਣਾ ਚਾਹੀਦਾ। ਹੁਣ ਜਿਹੜਾ ਇੰਡੀਆ ਇਸ ਫੋਲੋ ਆਫ ਟ੍ਰੈਡੀਸ਼ਨ, ਇਸ ਫੋਲੋ ਆਫ ਕਾਸਟ, ਦੈਟਸ ਵਾਈ ਦੇ ਕਾਲ ਦ ਲਾਰਜੈਸਟ ਡੈਮੋਕਰੇਸੀ ਰਹੇ। ਹੁਣ ਆਪਣੇ ਇੱਕ ਭਾਜੀ ਨੇ 84 ਦਾ ਯੂਜ ਕੀਤਾ ਸੀ ਆਪਣਾ, ਹੁਣ 84 ਦੇ ਵਿੱਚ ਉਹ ਇਹਨਾਂ ਨੇ ਉਹ ਰਿਲੀਜਨ ਵਿੱਚ ਯੂਜ ਕੀਤਾ, ਉਹ ਰਿਲੀਜਨ ਦਾ ਉਹਦੇ ਨਾਲ ਕੋਈ ਮਤਲਬ ਨਹੀਂ ਸੀ, ਹਿੰਦੂ ਜਾਂ ਉਹ ਸਿੱਖਾਂ ਦਾ ਉਹ ਇਸ਼ੂ ਨਹੀਂ ਸੀ ਰਹੇ। ਵੀ ਆਈ ਥਿੰਕ ਇਹਨਾਂ ਲੋਕਾਂ ਦਾ ਮੋਟਿਵ ਕੁਛ ਹੋਰ ਹੈਗਾ ਰਹੇ, ਇਹ ਤਾਂ ਦੈਟਸ ਵਾਈ ਇਟਸ ਮੇਕਸ ਅਸ ਅਪਸੈਟ ਸਮਟਾਈਮਸ। ਹੁਣ ਜਿਹੜਾ ਆਪਣੇ ਹਿੰਦੂ ਗਊ ਹੱਤਿਆ ਕਰਨੀ ਹਟਾਉਣਾ ਚਾਹੁੰਦੇ ਰਹੇ, ਉੱਥੇ ਵੀ ਕਈ ਮਰੇ ਸੀ, ਉਹਨਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ ਰਹੇ। ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਇੱਥੇ ਹਿੰਦੂ ਜਾਂ ਜਿਹੜੇ ਆਪਣੇ ਬ੍ਰਾਹਮਣ ਆ ਉਹਨਾਂ ਨੂੰ ਵੀ ਉਹ ਸਾਰਾ ਕੁਛ ਹੋਰ ਰਨ ਕਰਦੇ। ਥੈਂਕ ਯੂ। ਓਕੇ ਜੀ। ਹਾਂਜੀ, ਲਾਈਨ 2। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਇਹ ਇਸ ਤਰ੍ਹਾਂ ਹੈਗਾ, ਕਾਸਟਿਸ ਨੂੰ ਖਤਮ ਕਰਨ ਲਈ ਆਪਣੀ ਸੋਚ ਬਦਲਣੀ ਪਊਗੀ। ਬਿਲਕੁਲ। ਤੇ ਉਹਦੇ ਵਿੱਚ ਇਸ ਤਰ੍ਹਾਂ ਹੈਗਾ, ਕੋਈ ਵੀ ਲੇਡੀ, ਕਿਸੇ ਜਾਤ ਦੀ ਲੇਡੀ ਜਾਂ ਕਿਸੇ ਜਾਤ ਦਾ ਬੰਦਾ ਆਪਸ ਵਿੱਚ ਸੌਂ ਕੇ ਜੇ ਬੱਚਾ ਬਣਾ ਸਕਦੇ ਨੇ ਤਾਂ ਉਹਨਾਂ ਦੀ ਇੱਕ ਜਾਤ ਹੈ। ਕੁੱਤਾ ਤੇ ਬਿੱਲੀ ਇਕੱਠੇ ਹੋ ਕੇ ਉਹ ਕਦੀ ਬੇਬੀ ਨੀ ਬਣਾ ਸਕਦੇ, ਉਹ ਦੋ ਡਿਫਰੈਂਟ ਜਾਤਾਂ ਹੋ ਜਾਂਦੀਆਂ। ਬੱਕਰੀ ਤੇ ਸ਼ੇਰ ਦੋਨੋਂ ਇਕੱਠੇ ਸੌਂ ਕੇ ਉਹ ਬੇਬੀ ਨੀ ਬਣਾ ਸਕਦੇ, ਉਹ ਡਿਫਰੈਂਟ ਜਾਤਾਂ ਨੇ। ਜੇਕਰ ਅਸੀਂ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਏ, ਸਮਝ ਆ ਜਾਏ, ਹਾਂ ਅਸੀਂ ਸਾਰੇ ਇੱਕ ਹਾਂ, ਸਾਡੀ ਕਾਸਟ ਇੱਕ ਆ, ਸਾਡੇ ਉਹ ਜਿਹੜੇ ਕਿ ਹਿਊਮਨਿਟੀ ਹਿਊਮਨ ਬੀਇੰਗ ਆ, ਅਸੀਂ ਕਾਸਟ ਨੂੰ ਖਤਮ ਕਰ ਸਕਦੇ। ਥੈਂਕ ਯੂ। ਥੈਂਕ ਯੂ ਜੀ। ਵੈਰੀ ਗੁੱਡ, ਵੈਰੀ ਗੁੱਡ। ਲਓ ਜੀ, ਸਾਡੇ ਨਾਲ ਜੀ ਦੋ ਕਾਲਰ ਹੋਰ ਨੇ, ਉਸ ਤੋਂ ਬਾਅਦ ਆਪਾਂ ਇੰਦਰਜੀਤ ਉਹਨਾਂ ਦੇ ਨਾਲ ਵਾਪਸ ਚਲਦੇ ਹਾਂ।
ਹਾਂਜੀ ਲਾਈਨ 5 ਜੀ ਤੁਸੀਂ ਬਾਕੀ ਸਰੋਤੇ ਜੀ ਇੱਕ ਮੈਂ ਤੁਹਾਨੂੰ ਗੁਜ਼ਾਰਿਸ਼ ਕਰਦੀ ਹਾਂ ਜੇ ਤੁਸੀਂ ਲਾਈਨ ਛੱਡ ਜਾਂਦੇ ਹੋ ਤੁਹਾਡੀ ਵਾਰੀ ਫਿਰ ਦੁਬਾਰਾ ਫਿਰ ਲੇਟ ਆਉਂਦੀ ਹੈ ਸੋ ਇਸ ਕਰਕੇ ਪਲੀਜ਼ ਡੋਨਟ ਲੈਟ ਗੋ ਯੋਰ ਲਾਈਨਸ ਕਿਉਂਕਿ ਜਦੋਂ ਤੁਸੀਂ ਲਾਈਨ ਛੱਡ ਜਾਂਦੇ ਫਿਰ ਮੈਂ ਜੀ ਤੁਹਾਡੀ ਵਾਪਸ ਜਿਹੜੀ ਵਾਰੀ ਆਏਗੀ ਬਾਅਦ ਵਿੱਚ ਹੀ ਆਏਗੀ ਸੋ ਲਓ ਜੀ ਲਾਈਨ 5 ਹਾਂਜੀ ਲਾਈਨ 5 ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭੈਣ ਜੀ ਆਈ ਜਸਟ ਵਾਂਟ ਟੂ ਸੇ ਕਿ ਆਈ ਜਸਟ ਨੀਡ ਟੂ ਰਿਕੁਐਸਟ ਦੀਸ ਗਾਇਸ ਯੂ ਨੋ ਹੂਸੋਐਵਰ ਦੀਸ ਗਾਇਸ ਆਰ ਡੋਨਟ ਇੰਡਲਜ ਬੇਗਮਪੁਰਾ ਇਨਟੂ ਐਨੀਥਿੰਗ ਬਿਕਾਜ਼ ਦੈਟਸ ਅ ਹੋਲੀ ਕਨਸੈਪਟ ਐਂਡ ਡੂ ਯੂ ਡੋਨਟ ਟੂ ਗੈਟ ਇਨਵੋਲਵਡ ਇਨ ਐਨੀ ਜੱਟ ਸਿੱਖ ਔਰ ਐਨੀਥਿੰਗ ਵੀ ਹੈਵ ਅ ਟੋਟਲੀ ਡਿਫਰੈਂਟ ਕਾਸਟ ਸਿਸਟਮ ਐਂਡ ਬਿਲੀਵ ਇਨ ਇਟ ਐਂਡ ਵੀ ਬਿਲੀਵ ਦੈਟ ਵੀ ਆਰ ਸੁਪੀਰੀਅਰ ਥੈਂਕ ਯੂ ਵੈਰੀ ਮਚ ਐਕਸਕਿਊਜ਼ ਮੀ ਸੋਰੀ ਯੂ ਸੈਡ ਯੂ ਬਿਲੀਵ ਯੂਰ ਸੁਪੀਰੀਅਰ ਥੈਂਕ ਯੂ ਜੀ ਥੈਂਕ ਯੂ ਬਹੁਤ ਮਿਹਰਬਾਨੀ ਤੁਹਾਡੀ ਹਾਂਜੀ ਲਾਈਨ 1 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜਾਤ ਪਾਤ ਦਾ ਘਰ ਕਿੱਥੇ ਹੈਗਾ ਭਾਰਤ ਦੇ ਵਿੱਚ ਹੈਗਾ ਜਿੱਥੇ ਹਰੀਅਤ ਨਾਮ ਦਿੱਤਾ ਗਿਆ ਇੱਕ ਕੌਮ ਇੱਕ ਵਰਗ ਦੇ ਲੋਕਾਂ ਨੂੰ ਕੀ ਪਰਮਾਤਮਾ ਦੀ ਕੁਝ ਜਾਤ ਹੈ ਇਹ ਕੁਐਸਚਨ ਹੈਗੇ ਭਾਈ ਸਾਹਿਬ ਜਿਹੜੇ ਤੁਹਾਡੇ ਕੋਲ ਬੈਠੇ ਉਹਨਾਂ ਨੂੰ ਕੀ ਜਾਤ ਪਾਤ ਮਰਨ ਤੋਂ ਕੋਈ ਮਦਦ ਉਹ ਤੋਂ ਕੋਈ ਮਦਦ ਮਿਲਦੀ ਹੈ ਕਿਸੇ ਨੂੰ ਮਨਮੁੱਖ ਅਤੇ ਜਾਤ ਪਾਤ ਦਾ ਫਰਕ ਕੀ ਹੈ ਸੱਚੀ ਜਾਤ ਕੀ ਹੈ ਕੀ ਅਸੀਂ ਜਾਤ ਤੋਂ ਮੁਕਤੀ ਪਾ ਸਕਦੇ ਹਾਂ ਸਾਨੂੰ ਗੁਰਬਾਣੀ ਵਿੱਚ ਮਤਲਬ ਕਈ ਏਦਾਂ ਦੀਆਂ ਧਾਰਨਾ ਮਿਲਦੀਆਂ ਹੈਗੀਆਂ ਤਨ ਤਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਤ ਕਾ ਗਰਭ ਨਾ ਕਰ ਮੂਰਖ ਗੁਆਰਾ ਇਸ ਗਰਭ ਤੇ ਚਲੇ ਬਹੁਤ ਵਕਾਰ ਹੋਰ ਵੀ ਬਹੁਤ ਸਾਰੀਆਂ ਏਦਾਂ ਦੀਆਂ ਹੈਗੀਆਂ ਗੁਰਬਾਣੀ ਦੀਆਂ ਤੁਕਾਂ ਜਿਹੜੀਆਂ ਸਾਨੂੰ ਦੱਸਦੀਆਂ ਹੈਗੀਆਂ ਜਾਤ ਪਾਤ ਦੇ ਬਾਰੇ ਚ ਸਾਨੂੰ ਬਹੁਤ ਸਮਾਂ ਜਾਣੀ ਕਿ ਇਸ ਤੇ ਪਤਾ ਲੱਗਦਾ ਹੈਗਾ ਕਿ ਸਾਨੂੰ ਅੱਜ ਵੀ ਭਾਰਤ ਦੇ ਵਿੱਚ ਜਾਣੀ ਕਿ ਜਿਮੀਦਾਰ ਵੀ ਕਹਿ ਦਿੰਦੇ ਆ ਜੱਟ ਵੀ ਕਹਿ ਦਿੰਦੇ ਆ ਪਰ ਸਾਡੇ ਵਿੱਚ ਵੀ ਜਿਹੜੀ ਹੈਗੀ ਆ ਘਰ ਘਰੀ ਬੈਠੀ ਹੈਗੀ ਆ ਅਸੀਂ ਵੀ ਇਸ ਗੱਲ ਤੋਂ ਮੁਕਤ ਨਹੀਂ ਹੋ ਸਕੇ ਵੀ ਅਸੀਂ ਵੀ ਗੁਰੂ ਸਾਡੇ ਜਿਹੜੇ ਸਾਨੂੰ ਜੋ ਉਦੇਸ਼ ਦੇ ਗਏ ਆ ਉਹਨਾਂ ਦੇ ਉੱਤੇ ਚੱਲ ਸਕੀਏ ਸਾਨੂੰ ਚੱਲਣ ਦੀ ਜ਼ਰੂਰਤ ਹੈਗੀ ਆ ਬਾਕੀ ਮੈਂ ਜਿਹੜੇ ਸਵਾਲ ਕੀਤੇ ਮੈਂ ਹੁਣ ਇਹਨਾਂ ਤੋਂ ਜਵਾਬ ਲੈ ਸਕਦਾ ਤੁਹਾਡਾ ਟਾਈਮ ਦੇਣ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਹੁਣ ਆਪਣੇ ਕੋਲ ਵਕਤ ਹੋ ਗਿਆ ਘੱਟ ਤੇ ਮੈਂ ਜੀ ਇੱਕ ਕਾਲ ਹੋਰ ਬਣੂਗੀ ਉਸ ਤੋਂ ਬਾਅਦ ਫਿਰ ਆਪਾਂ ਜਿਹੜੇ ਕੀ ਸਮਾਪਤ ਕਰਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮਾਰਕਸਵਾਦੀ ਜਾਂ ਉਹ ਸੋਚਿਆ ਉਹਨੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਵੱਖਰਾ ਜੋਰ ਲਾ ਕੇ ਦੇਖਿਆ ਇਹਦੇ ਨਾਲ ਜੇ ਨਜਿੱਠਿਆ ਜਾ ਸਕਦਾ ਤੇ ਜਿਹੜਾ ਆਪਾਂ ਨੂੰ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਬਿਲਕੁਲ ਉਹਦੇ ਨਾਲ ਹੀ ਨਜਿੱਠਿਆ ਜਾ ਸਕਦਾ ਦੂਜੀ ਹੋਰ ਵੀ ਗੱਲ ਆ ਕਿ ਜਿਹੜੇ ਭਾਈਚਾਰੇ ਨੇ ਜਿਹਨਾਂ ਨੂੰ ਆਪਾਂ ਚਲੋ ਸੋ ਕਾਰਡ ਕਹਿ ਦਿੰਦੇ ਹਾਂ ਕਿ ਇਹ ਨੀਵੀਆਂ ਜਾਤੀਆਂ ਨੇ ਇਹ ਜਾਤੀਆਂ ਨੇ ਉਹਨਾਂ ਦੇ ਵਿੱਚੋਂ ਵੀ ਕੁਛ ਵੀ ਰਾਹ ਨੀ ਰਹੀ ਜਦੋਂ ਉਹਨਾਂ ਨੂੰ ਕੋਈ ਉਹਦੇ ਲਈ ਸਹਾਇਤਾ ਮਿਲਣੀ ਹੁੰਦੀ ਆ ਤੇ ਉੱਥੇ ਦਾਅਵਾ ਕਰਨ ਦਿਆ ਕਿ ਹਾਂ ਅਸੀਂ ਪਏ ਹਾਂ ਜਦੋਂ ਉਹਨਾਂ ਨੂੰ ਕੋਈ ਫਿਰ ਉਹਨਾਂ ਨੂੰ ਕੋਈ ਸੰਬੋਧਨ ਕਰ ਹਾਂਜੀ ਹੈਲੋ ਹਾਂਜੀ ਓਕੇ ਜੀ ਆਪਾਂ ਹੋਰ ਕਾਲ ਨਹੀਂ ਲੈ ਸਕਦੇ ਔਰ ਮੈਂ ਸਮਾਪਤ ਕਰੂੰਗੀ ਕਿਉਂਕਿ ਦੇਖੋ ਇਹਦੇ ਵਿੱਚ ਦੀ ਸਾਰੇ ਹੀ ਜੇ ਆਪਾਂ ਦੇਖਿਆ ਜਾਏ ਸਾਰੇ ਹੀ ਧਰਮਾਂ ਦੇ ਵਿੱਚ ਸਾਰੇ ਹੀ ਤਰ੍ਹਾਂ ਦੇ ਲੋਕ ਨੇ ਸੋ ਜੇ ਕੁਛ ਲੋਕ ਇਹੋ ਜਿਹੜੇ ਕਿ ਨਹੀਂ ਇਕੱਠੇ ਹੋਣਾ ਚਾਹੁੰਦੇ ਕੁਛ ਕੁ ਲੋਕ ਨੇ ਜਿਹੜੇ ਕਿ ਵਾਕਈ ਹੀ ਇਸਨੂੰ ਅਲੱਗ ਕਰਨਾ ਚਾਹੁੰਦੇ ਕੁਛ ਕੁ ਲੋਕ ਨੇ ਜਿਹੜੇ ਨਹੀਂ ਐਕਸੈਪਟ ਕਰ ਰਹੇ ਕੁਛ ਕੁ ਲੋਕ ਨੇ ਜਿਹੜੇ ਕਿ ਅਸੀਂ ਸਾਰੇ ਹੀ ਕਹਿੰਦੇ ਕਿ ਵੀ ਹਰ ਕੋਈ ਕਹਿੰਦਾ ਕਿ ਮੈਂ ਹੀ ਸੁਪੀਰੀਅਰ ਹਾਂ ਸਭ ਤੋਂ ਵੱਡਾ ਮੈਂ ਹਾਂਜੀ ਦਜੀਤ ਜੀ ਬੇਗਮਪੁਰਾ ਖਾਲਸਾ ਰਾਜ ਜਾਂ ਸਿੱਖ ਰਾਜ ਜਾਂ ਅਨੰਦਪੁਰ ਸਾਹਿਬ
ਇਹ ਗੁਰੂ ਗ੍ਰੰਥ ਸਾਹਿਬ ਦਾ ਕਨਸੈਪਟ ਹੈ ਤੇ ਮੈਂ ਖਾਲਿਸਤਾਨ ਮੰਗਣ ਵਾਲੇ ਵੀਰਾਂ ਨੂੰ ਵੀ ਮੈਂ ਮੈਸੇਜ ਦੇਣਾ ਚਾਹੁੰਦਾ ਬੇਗਮਪੁਰਾ ਇਹ ਇੱਕੋ ਹੀ ਚੀਜ਼ ਆ ਇਹ ਕੌਮਰ 6000 ਜਾਤ ਵੀ ਇੱਕੋ ਹੀ 6000 ਜਾਤ ਇਹ ਵੀ ਇੱਕ ਲੋਕ ਨੇ ਤੇ ਬੇਗਮਪੁਰਾ ਖਾਲਿਸਤਾਨ ਮੰਗਣ ਵਾਲੇ ਵੀ ਸਾਰੇ ਇੱਕ ਲੋਕ ਨੇ ਇਹਨਾਂ ਨੂੰ ਮੈਂ ਇੱਕੋ ਮੈਸੇਜ ਦੇਣਾ ਚਾਹੁੰਦਾ ਜਿੰਨਾ ਚਿਰ ਪਿੰਡਾਂ ਦੇ ਵਿੱਚ ਇੱਕ ਗੁਰੂ ਘਰ ਤੇ ਇੱਕ ਸ਼ਮਸ਼ਾਨ ਘਾਟ ਤੇ ਚਮਾਲੀਆਂ ਤੇ ਚੂੜਿਆਂ ਦੇ ਘਰ ਇਹ ਨਹੀਂ ਖਤਮ ਹੁੰਦੇ ਇਹਨਾਂ ਨੂੰ ਇੱਕ ਘਰ ਸਿੱਖ ਸਮਾਜ ਦਾ ਨਾਂ ਨਹੀਂ ਦਿੱਤਾ ਜਾਂਦਾ ਉਨਾ ਚਿਰ ਖਾਲਿਸਤਾਨ ਦਾ ਨਾਂ ਭੁੱਲ ਜਿਓ ਜਿੰਨਾ ਇੱਕ ਪਿੰਡ ਦੇ ਵਿੱਚ ਆਬਾਦੀ 50% ਜੱਟਾਂ ਦੀ ਹੁੰਦੀ ਤੇ 50% ਦੂਜੀਆਂ ਜਾਤਾਂ ਦੀ ਹੁੰਦੀ ਆ ਅੱਧੇ ਜੱਟ ਕਾਂਗਰਸੀ ਨੇ ਤੇ ਅੱਧੇ ਅਕਾਲੀ ਨੇ ਤੇ ਨਾ ਕਾਂਗਰਸੀ ਖਾਲਿਸਤਾਨ ਚਾਹੁੰਦੇ ਨਾ ਅਕਾਲੀ ਚਲਾਉਂਦੇ ਤੇ ਦੂਜੀਆਂ ਜਾਤਾਂ ਬਿਲਕੁਲ ਨਹੀਂ ਚਾਹੁੰਦੀਆਂ ਸਿਰਫ ਜਿਹੜੀ ਸੂਝਵਾਨ ਲੋਕ ਆ ਨਾ ਸੂਝਵਾਨ ਦਿਮਾਗ ਰੱਖਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਸਮਝਦੇ ਨੇ ਉਹ ਬਹੁਤ ਘੱਟ ਲੋਕ ਨੇ ਉਹ ਖਾਲਸਾ ਰਾਜ ਚਾਹੁੰਦੇ ਆ ਉਹਨਾਂ ਵੀਰਾਂ ਨੂੰ ਮੇਰੀ ਬੇਨਤੀ ਆ ਵੀ ਜੇ ਲੈਣਾ ਖਾਲਿਸਤਾਨ ਨੂੰ ਭਾਰਤ ਦਾ ਲਿਆ ਜਾਣਾ ਤੇ ਸਮਾਜ ਸੁਧਾਰ ਨੂੰ ਹੀ ਖਾਲਿਸਤਾਨ ਕਹਿੰਦੇ ਆ ਪਹਿਲਾਂ ਸਮਾਜ ਦਾ ਸੁਧਾਰ ਕਰੋ ਇਹ ਲਹਿਰ ਚਲਾਓ ਤਾਂ ਬੇਗਮਪੁਰਾ ਤੇ ਖਾਲਿਸਤਾਨ ਜਾਂ ਆਨੰਦਪੁਰ ਸਾਹਿਬ ਦਾ ਜਿਹੜਾ ਕਨਸੈਪਟ ਪੂਰਾ ਹੋਣਾ ਉਸ ਤਰੀਕੇ ਨਾਲ ਕੋਈ ਕਨਸੈਪਟ ਨਹੀਂ ਪੂਰਾ ਹੋਣਾ ਜਿੰਨਾ ਚਿਰ ਪਿੰਡਾਂ ਦੇ ਵਿੱਚ ਵਿਤਕਰਾ ਚੱਲ ਠੀਕ ਹੈ ਜੀ ਦਿਲਬਾਗ ਜੀ ਤੁਹਾਡਾ ਧੰਨਵਾਦ ਹੈ ਤੇ ਇੰਦਰਜੀਤ ਜੀ ਹਾਂਜੀ ਹਾਂਜੀ ਮਿੰਦਰ ਜੀ ਦੇਖੋ ਬਹੁਤ ਤੁਹਾਡਾ ਥੈਂਕ ਯੂ ਜਿੰਨਾ ਨੇ ਏਡੀ ਵੱਡੀ ਤੁਸੀਂ ਕੋਸ਼ਿਸ਼ ਕੀਤੀ ਔਰ ਇਹ ਬੜਾ ਗੁੰਝਲਦਾਰ ਤੇ ਕੰਪਲੀਕੇਟਡ ਮਸਲਾ ਤੁਸੀਂ ਰੇਡੀਓ ਤੇ ਅੱਜ ਲਿਆਂਦਾ ਤੁਹਾਡੇ ਰੇਡੀਓ ਦਾ ਸਰੋਤਿਆਂ ਦਾ ਬੜਾ ਧੰਨਵਾਦ ਔਰ ਜੋ ਕਾਲਰ ਦੀਆਂ ਕਾਲਾਂ ਆਈਆਂ ਉਹਦੇ ਵਿੱਚੋਂ ਮੈਨੂੰ ਐਂ ਲੱਗਾ ਵੀ ਹੁੰਗਾਰਾ ਬਹੁਤ ਜ਼ਿਆਦਾ ਵਧੀਆ ਹੋਇਆ ਵੀ ਸਾਰੇ ਇਕੱਠੇ ਹੋਣਾ ਸਾਨੂੰ ਹਾਂਜੀ ਹੱਲਾਸ਼ੇਰੀ ਮਿਲੀ ਆ ਤੇ ਉਹ ਆਪਾਂ ਸਾਰੇ ਰਲ ਕੇ ਅੱਗੇ ਵਧੀਏ ਇਸ ਗੁਰੂ ਸਾਹਿਬ ਦੇ ਮਿਸ਼ਨ ਦੇ ਉੱਪਰ ਸਾਰੇ ਡਟ ਕੇ ਪਹਿਰਾ ਦਈਏ ਤੁਹਾਡਾ ਜੀ ਬਹੁਤ ਧੰਨਵਾਦ ਹੈ ਔਰ ਮੈਂ ਤੁਹਾਡਾ ਇੱਕ ਗੀਤ ਛੱਡ ਕੇ ਜ਼ਰੂਰ ਜਾਊਂਗੀ ਸਾਰੇ ਸੁਣਦੇ ਰਹੋ ਜੀ ਇੰਦਰਜੀਤ ਜੀ ਤੇ ਦਿਲਬਾਗ ਜੀ ਤੁਹਾਡਾ ਧੰਨਵਾਦ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਾਰੀ ਫਿਰ ਆਪਾਂ ਪ੍ਰੋਗਰਾਮ ਕਰਾਂਗੇ ਥੈਂਕ ਯੂ ਚਲੋ ਦੋਸਤੋ ਐਂਡ ਤੇ ਜੀ ਇੱਥੇ ਇੱਕ ਬਹੁਤ ਹੀ ਖੂਬਸੂਰਤ ਗੀਤ ਇਹਨਾਂ ਦਾ ਜੀ ਜ਼ਰੂਰ ਮੈਂ ਛੱਡ ਕੇ ਜਾਊਂਗੀ ਤੇ ਗੁਰੂ ਅਮਰਦਾਸ ਜੀ ਦੇ ਕੁਛ ਬੋਲ ਨੇ ਕਹਿੰਦੇ ਕਿ ਜਾਤ ਕਾ ਗਰਵ ਨਾ ਕਰੀਏ ਕੋਈ ਬ੍ਰਹਮ ਬਿੰਦੇ ਸੋ ਬ੍ਰਹਮਣ ਹੋਈ ਜਾਤ ਕਾ ਗਰਵ ਨਾ ਕਰੇ ਮੂਰਖ ਕੁਆਰਾ ਇਸ ਗਰਵ ਤੇ ਚਲੇ ਬਹੁਤ ਵਿਕਾਰਾ ਚਲੋ ਇੱਥੇ ਛੱਡ ਕੇ ਜਾ ਰਹੇ ਹਾਂ ਜੀ ਕੱਲ੍ਹ ਫਿਰ ਮੁਲਾਕਾਤ 1 ਤੋਂ ਲੈ ਕੇ 3 ਵਜੇ ਤੱਕ ਤਦ ਤੱਕ ਹੱਸਦੇ ਰਹੋ ਸੌਂਦੇ ਰਹੋ ਤੇ ਪਿਆਰ ਮੁਹੱਬਤ ਖੁੱਲ੍ਹ ਕੇ ਵੰਡਦੇ ਰਹੋ ਪਹਿਲੀ ਨਫ਼ਰਤ ਚਾਰੇ ਪਾਸੇ ਮਰਨ ਮਰਨ ਤੇ ਤੁਲੇ
जद पंच प्यारे जिन्हें तो मोते शूद्र सन जो सदा जाते सतिकारे You're listening to 1550 AM KRPI Ferndale. The views expressed on Sheray Punjab are not necessarily those of the staff, management, or ownership of this station.